ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ, ਆਪਾਂ ਬੜੇ ਕਰਮਾਂ ਭਾਗਾਂ ਵਾਲੇ ਹਾਂ ਕਿ ਭਾਈ ਰਣਜੀਤ ਸਿੰਘ ਜੀ ਢਿੱਡਰੀਆਂ ਵਾਲੇ ਆਪਣੇ ਕੋਲ ਅੱਜ ਤੀਜਾ ਦੀਵਾਨ ਲਾਉਣ ਜਾ ਰਹੇ ਹਨ ਅਤੇ ਮੈਂ ਹੋਰ ਕੁਛ ਕਹਿਣ ਤੋਂ ਪਹਿਲਾਂ ਸੰਗਤਾਂ ਦੇ ਚਰਨਾਂ 'ਚ ਵੀਰਾਂ ਵਾਲੇ ਪਾਸੇ ਭੈਣਾਂ ਵਾਲੇ ਪਾਸੇ ਬੇਨਤੀ ਕਰਦਾ ਕਿ ਵਿੱਚ ਵਿੱਚ ਜਗ੍ਹਾ ਬਹੁਤ ਖਾਲੀ ਆ, ਥੋੜ੍ਹਾ ਥੋੜ੍ਹਾ ਅੱਗੇ ਆ ਜਾਓ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿੱਥੇ ਆਪਾਂ ਬੜਾ ਚਿਰ ਬੈਠ ਸਕਦੇ ਹਾਂ। ਇਹ ਜਿਹੜੇ ਚਾਰ ਦਿਨ ਹੈ ਆਪਾਂ ਵੱਧ ਤੋਂ ਵੱਧ ਲਾਹਾ ਲਈਏ, ਕਿਉਂਕਿ ਦੋ ਦਿਨਾਂ ਦੇ ਵਿੱਚ ਪਿਛਲੇ ਦੀਵਾਨਾਂ 'ਚ ਦੇਖਣ ਨੂੰ ਮੌਕਾ ਮਿਲਿਆ ਕਿ ਜਦੋਂ ਦੀਵਾਨ ਮੁੱਕਣ 'ਤੇ ਆਉਂਦਾ ਅਤੇ ਸੰਗਤਾਂ ਉੱਠਣ ਲੱਗ ਪੈਂਦੀਆਂ। ਆਪਾਂ ਜਿੱਥੇ 2 ਘੰਟੇ 2.5 ਘੰਟੇ ਬੈਠੇ ਹਾਂ, 15-20 ਮਿੰਟ ਦਾ ਕੋਈ ਆਪਾਂ ਨੂੰ ਬਹੁਤਾ ਫਰਕ ਨਹੀਂ ਪੈਣਾ। ਜਿੰਨਾ ਚਿਰ ਸਤਿਗੁਰਾਂ ਦਾ ਸੁੱਖ ਆਸਣ ਨਹੀਂ ਹੁੰਦਾ, ਹੱਥ ਜੋੜ ਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਬੈਠੇ ਰਹੀਏ। ਜੇ ਭਾਈ ਸਾਹਿਬ ਇੰਨਾ ਚਿਰ ਬੈਠਦੇ ਹਨ ਤਾਂ ਆਪਾਂ ਵੀ ਉਹਨਾਂ ਵਾਸਤੇ, ਆਪਾਂ ਆਪਣੇ ਸਾਰਿਆਂ ਵਾਸਤੇ ਗੁਰਚਰਨਾਂ 'ਚ ਜੁੜ ਕੇ ਬੈਠੀਏ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰੀ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਭਾਈ ਸਾਹਿਬ ਦੇ ਸਾਰੇ ਜਥੇ ਨੂੰ ਅਸੀਂ ਜਿਉਂ ਕਹਿੰਦੇ ਹਾਂ ਕਿ ਸਾਡੀ ਜੋ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਆ ਅਤੇ ਪਿਛਲੇ 2 ਦਿਨ ਦਾ ਜਿਹੜਾ ਦੀਵਾਨ ਅਤੇ ਅੱਜ ਤੀਸਰਾ ਅਤੇ ਕੱਲ੍ਹ ਨੂੰ ਅਖੀਰਲਾ ਦੀਵਾਨ ਹੈ ਅਤੇ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਹੋਵੇਗਾ। ਕੋਈ ਵੀ ਪ੍ਰਾਣੀ ਨੇ ਅੰਮ੍ਰਿਤ ਛਕਣਾ ਹੋਵੇ ਦਫ਼ਤਰ ਦੇ ਵਿੱਚ ਆਪਣਾ ਨਾਂ ਲਿਖਾ ਸਕਦੇ ਹਨ। ਇੰਨਿਆਂ ਲਫ਼ਜ਼ਾਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ, ਜੋ ਅੰਮ੍ਰਿਤ ਸੰਚਾਰ ਦਾ ਸਮਾਂ ਹੈ 12:30 ਵਜੇ ਤੋਂ ਲੈ ਕੇ ਅਤੇ ਸ਼ਾਮ ਤੱਕ ਉਹ ਅੰਮ੍ਰਿਤ ਸੰਚਾਰ ਹੋਣਾ। ਫਿਰ ਇੱਕ ਵਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਕਿਸੇ ਵੀ ਭੈਣ ਭਰਾ ਨੇ ਅੰਮ੍ਰਿਤ ਛਕਣਾ ਹੋਵੇ, ਗੁਰੂ ਵਾਲੇ ਬਣਨਾ ਹੋਵੇ ਅਤੇ ਆਪਣਾ ਨਾਮ ਦਫ਼ਤਰ 'ਚ ਲਿਖਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾਸ ਆਓ ਜੀ ਸਾਰੇ ਰਲ ਕੇ ਜਿਤਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਤਪਤ ਕੜਾ ਬੁਝ ਗਿਆ ਤਪਤ ਕੜਾਹਾ ਕੀ ਹੈ ਸਾਡਾ ਹਿਰਦਾ ਜਿਹੜਾ ਕਿ ਸ਼ਾਂਤ ਹੋ ਗਿਆ ਕਦੋਂ ਗੁਰਸੀਤਲ ਨਾਮ ਦਿਓ ਜਦੋਂ ਸਤਿਗੁਰੂ ਜੀ ਨੇ ਸਾਨੂੰ ਸਮਝ ਦਿੱਤੀ ਨਾਮ ਮਤਲਬ ਗਿਆਨ ਦਿੱਤਾ ਸੋਝੀ ਦਿੱਤੀ ਜਿਉਣ ਦਾ ਚੱਜ ਦਿੱਤਾ ਤਪਤ ਕੜਾ ਬੁਝ ਗਿਆ 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 ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ
ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ। ਆਵਣ ਜਾਣ ਰਹਿਓ, 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 ਬੁਝ ਗਿਆ ਤਪਤ ਕੜਾ, ਬੁਝ ਗਿਆ ਤਪਤ ਕੜਾ, ਬੁਝ ਗਿਆ ਤਪਤ ਕੜਾ, ਬੁਝ ਗਿਆ ਤਪਤ ਕੜਾ। ਬੋਲੋ ਸਾਰੇ ਜੀ, ਤਪਤ ਕੜਾ ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ, 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 ਬੁਝ ਗਿਆ ਤਪਤ ਕੜਾ, ਬੁਝ ਗਿਆ ਤਪਤ ਕੜਾ, ਬੁਝ ਗਿਆ ਤਪਤ ਕੜਾ, ਬੁਝ ਗਿਆ। ਬੰਦ ਖਲਾ
साधू संग पर
ਸਾਰੀ ਸੰਗਤ ਬੋਲੋ ਵਾਹਿਗੁਰੂ 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 ਹਰ ਪੁਰਖ ਨਿਰੰਜਨਾ ਇੱਕ ਧਿਆਈਐ
ਸਤਨਾਮ ਸਦਾ ਸਤਨਾਮ ਜਪ ਮਨ 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 ਸਤਨਾਮ ਸਦਾ ਸਤਨਾਮ ਸਤਿ ਸੰਗਤ ਜੀ ਆਓ ਸਾਰੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਆਪਾਂ ਤੀਸਰੇ ਦਿਨ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਕੱਲ੍ਹ ਐਤਵਾਰ ਦਾ ਲਾਸਟ ਦੀਵਾਨ ਹੋਣਾ ਹੈ ਔਰ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਜਿਨ੍ਹਾਂ ਉੱਤੇ ਵਰਤਦੀ ਹੈ ਉਹ ਤਾਂ ਹਰੇਕ ਦੇ ਉੱਤੇ ਹੀ ਵਰਤਦੀ ਹੈ ਸੱਚਾ ਗਿਆਨ ਤਾਂ ਮਿਲਦਾ ਸਭ ਨੂੰ ਹੀ ਹੈ ਜਿਵੇਂ ਬਰਸਾਤ ਹਰ ਜਗ੍ਹਾ ਪੈਂਦੀ ਹੈ ਜਿਹੜਾ ਭਾਂਡਾ ਸਿੱਧਾ ਕਰ ਲੈਂਦਾ ਉਹ ਭਰ ਜਾਂਦਾ ਹੈ ਜਿਹੜੇ ਆਪਣੇ ਭਾਂਡੇ ਮੂਧੇ ਰੱਖਦੇ ਆ ਉਹ ਖਾਲੀ ਰਹਿ ਜਾਂਦੇ ਆ ਮਾਲਕ ਜੀ ਦੀ ਵਾਹਿਗੁਰੂ ਜੀ ਦੀ ਬਖਸ਼ਿਸ਼ ਇੱਕੋ ਜਿਹੀ ਸਭ 'ਤੇ ਵਰਤਦੀ ਹੈ ਬਸ ਸਾਨੂੰ ਪਾਤਰ ਬਣਨਾ ਚਾਹੀਦਾ ਹੈ ਅੱਗੇ ਹੋਣਾ ਪੈਣਾ ਹੈ ਯੋਗ ਬਣਨਾ ਪੈਣਾ ਹੈ ਕਿਰਪਾ ਤਾਂ ਸਭ 'ਤੇ ਹੀ ਹੁੰਦੀ ਹੈ ਜਿਵੇਂ ਅਸੀਂ ਕਹਿੰਦੇ ਹਾਂ ਰੱਬ ਸਾਡੇ 'ਤੇ ਕਿਰਪਾ ਕਰੇ ਰੱਬ ਸਾਡੇ 'ਤੇ ਕਿਰਪਾ ਕਰੇ ਉਹ ਤਾਂ ਕਿਰਪਾ ਸਭ 'ਤੇ ਹੀ ਕਰਦਾ ਭਾਈ ਜਿਵੇਂ ਹੁਣ ਮੰਨ ਲਓ ਕੈਨੇਡਾ ਤੁਸੀਂ ਆਏ ਹੋ ਅਤੇ ਤੁਸੀਂ ਕਹੋ ਕੈਨੇਡਾ ਨੇ ਕਿੱਡੀ ਕਿਰਪਾ ਕੀਤੀ ਸਾਨੂੰ ਵੀਜ਼ਾ ਦੇ ਦਿੱਤਾ ਜੇ ਸਟੂਡੈਂਟ ਅੱਜ ਇੱਥੇ ਪੜ੍ਹਦੇ ਆ ਜਿਹੜੇ ਉਹ ਇਹ ਕਹਿਣ ਵੀ ਕੈਨੇਡਾ ਨੇ ਸਾਡੇ 'ਤੇ ਕਿੱਡੀ ਕਿਰਪਾ ਕੀਤੀ ਬਿਲਕੁਲ ਕੀਤੀ ਹਰੇਕ 'ਤੇ ਕਰਨ ਲਈ ਤਿਆਰ ਹੈ ਪਰ ਇਹਦੀਆਂ ਕੁਝ ਸ਼ਰਤਾਂ ਨੇ ਰਿਕੁਆਇਰਮੈਂਟਸ ਹੈ ਕੁਛ ਵੀਜ਼ੇ ਵਾਸਤੇ ਜਿਹੜਾ ਪੂਰੀਆਂ ਕਰ ਦਿੰਦਾ ਹੈ ਉਹਦੇ 'ਤੇ ਕਿਰਪਾ ਹੋ ਜਾਂਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਧੀ ਜੀ ਗੱਲ ਹੈ ਨਾ ਸਭਨਾਂ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਣੇਰੀ ਪਰ ਆਹ ਗੱਲ ਜ਼ਰੂਰ ਪਕੜਿਓ ਬਈ ਇੱਥੇ ਭੁਲੇਖਾ ਪਤਾ ਕੀ ਪੈਂਦਾ ਕਿਸੇ 'ਤੇ ਥੋੜ੍ਹੀ ਹੈ ਕਿਸੇ 'ਤੇ ਜ਼ਿਆਦਾ ਹੈ ਇੱਥੇ ਫਿਰ ਉਲਝ ਜਾਂਦੇ ਹਾਂ ਅਸੀਂ ਪੱਕਾ ਅਸੀਂ ਕਹਿੰਦੇ ਹਾਂ ਕਿਸੇ 'ਤੇ ਜ਼ਿਆਦਾ ਕਿਸੇ 'ਤੇ ਥੋੜ੍ਹੀ ਹੈ ਨਹੀਂ ਜਿਹਨੇ ਹੁਣ ਮੰਨ ਲਓ ਯੋਗਤਾ ਨਹੀਂ ਵਿਖਾਈ ਉਹ ਖਾਲੀ ਮੁੜਾਉਣਾ ਹੈ ਅਤੇ ਜਿਹੜਾ ਯੋਗ ਬਣ ਕੇ ਜਾਏਗਾ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਰਿਕੁਆਇਰਮੈਂਟਸ ਜਿਹੜੀਆਂ ਅੰਬੈਸੀ ਦੀਆਂ ਪੂਰੀਆਂ ਕਰਦਾ ਹੈ ਕੈਨੇਡਾ ਦਾ ਜਿਹੜਾ ਕਾਨੂੰਨ ਬਣਿਆ ਜਿਹੜੀਆਂ ਸ਼ਰਤਾਂ ਹੈ ਜਿਹੜੀਆਂ ਤੁਹਾਡੇ ਬੈਂਡ ਆਉਣੇ ਚਾਹੀਦੇ ਹੈ ਜੀ ਜੋ ਤੁਹਾਡੀ ਯੂਨੀਵਰਸਿਟੀ ਤੁਹਾਡੇ ਕਾਲਜ ਜੋ ਭਾਲਦੇ ਹੈ ਜਿੱਦਾਂ ਦੀ ਸ਼ਰਤਾਂ ਹੈ ਉਹਨਾਂ ਦੀਆਂ ਜਿਹੜਾ ਪੂਰੀਆਂ ਨਹੀਂ ਕਰ ਸਕਦਾ ਥੋੜ੍ਹਾ ਅਤੇ ਜਿਹੜਾ ਪੂਰੀਆਂ ਕਰ ਗਿਆ ਜ਼ਿਆਦਾ ਭਾਵ ਕਿ ਇਹ ਤਾਂ ਸਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਹੁਣ ਇਸ ਹਿਸਾਬ ਨਾਲ ਤਾਂ ਇੱਦਾਂ ਲੱਗਦਾ ਵੀ ਕੈਨੇਡਾ ਅਮਰੀਕਾ 'ਚ ਰੱਬ ਦੀ ਬੜੀ ਕਿਰਪਾ ਹੈ ਇੰਡੀਆ 'ਤੇ ਕਿਰਪਾ ਘੱਟ ਹੈ ਇੱਦਾਂ ਹੀ ਲੱਗਦਾ ਨਾ ਪਰ ਰੱਬ ਕਿਵੇਂ ਵੈਰੀ ਹੋ ਗਿਆ ਫਿਰ ਨਿਰਵੈਰ ਕਿਵੇਂ ਹੋਇਆ ਪਰਮਾਤਮਾ ਦੇ ਜਿਹੜੇ ਗੁਣ ਨੇ ਰੱਬੀ ਗੁਣ ਨੇ ਉਹਦੇ ਵਿੱਚ ਜਿੱਦਾਂ ਆਪਾਂ ਪੜ੍ਹਦੇ ਹਾਂ ਵੀ ਇੱਕ ਓਅੰਕਾਰ ਇਹ ਰੱਬ ਜੀ ਦਾ ਪਹਿਲਾ ਗੁਣ ਹੈ ਸਤਨਾਮ ਦੂਸਰਾ ਤੀਜਾ ਗੁਣ ਕਰਤਾ ਪੁਰਖ ਚੌਥਾ ਗੁਣ ਨਿਰਭਉ ਪੰਜਵਾਂ ਗੁਣ ਨਿਰਵੈਰ ਛੇਵਾਂ ਗੁਣ ਅਕਾਲ ਮੂਰਤ ਅਤੇ ਸੱਤਵਾਂ ਗੁਣ ਅਜੂਨੀ ਅਜੂਨੀ ਅਤੇ ਅੱਠਵਾਂ ਸਹਿਭੰਗ ਅਤੇ ਇਸ ਉਹਦੇ ਇਹ ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਕਿਵੇਂ ਹੁੰਦੇ ਹੈ ਗੁਰਪ੍ਰਸਾਦ ਰੱਬੀ ਗੁਣ ਸਾਡੇ 'ਚ ਹੈ ਨੇ ਪਰ ਗਿਆਨ ਦੇ ਨਾਲ ਵਾਪਸ ਪ੍ਰਗਟ ਹੋ ਜਾਂਦੇ ਨੇ
है तो सारिया विच ही ने परमात्मा दे गुण, पर उन्हां नू दुबारा प्रगट करना पैंदा है। रब जी दे गुणा नू जिहड़ा बंदा जिंदगी च प्रगट कर लैंदा, समझ लो उन्हें रब नू प्रगट कर लिया। रब दे गुणा नू अपनी जिंदगी चों वेखना ही रब वेखना है। रब जी दे गुणा नू जिउणा ही रब दे गुण गाउणे हुंदा है। रब जी दे गुणा नू प्रगट कर लो अपनी लाइफ विच। रब प्रगट हो गया, दिसदा है हुण इहदे चों रब। क्यों? इहदे च रब्बी गुण दिसदे है, जिहड़े गुण गुरु नानक ने दसे है बाणी विच। बड़ी वड्डी ये समझण वाली गल है। पहलां गल इन्नी क जरूर कृपा करके समझ लैनी कि जे आपां इदां मन्नांगे, इदां लगदा नहीं भी इन्हां देशां ते रब की ज़्यादा कृपा है, इंडिया ते यार है नहीं कृपा। इदां हो सकता फिर निर्वैर किवें होया? किसे ते ज़्यादा कृपा करी जांदा, किसे ते घट करी जांदा है। रब निर्वैर नहीं, परमात्मा निर्वैर है। पर प्रॉब्लम यह है, जिमें कह लो भी एग्जैम्पल है, ये भी इतों की इतों का कानून तो चाहता है कि सारे आ जाओ। अंबैसी तो निर्वैर है, पर प्रॉब्लम उन्हां दी है जिहड़े उहदे योग नहीं बन सके, काबल नहीं बन सके। वीजा उन्हां नूं नहीं मिलिया जिहड़े काबल नहीं बन सके, जिहड़े नहीं उन्हां दीआं शर्तां पूरियां कर सके। यह एग्जैम्पल है, हो सकता वैर भी करदे होण, आपां नहीं जाणदे, पर यह एग्जैम्पल है। एक परमात्मा की कृपा लैण वास्ते तेनू योग बनना पैना है, वह तो सारिआं ते ही करदा है, पर कोई थोड़ी कोई ज़्यादा हासिल करता है। थोड़ा जिहड़ा पिछे रह गया, थोड़ी जिहड़ा ज़्यादा अपने आप नूं कायम कर लिया, जिन्हें उहदीआं शर्तां दे मुताबक ढाल लिया, वह ज़्यादा बख्शिश हासिल कर लैंदा है। पर उहने ते सिस्टम सारिआं लई बनाया है। जिहड़ा सिस्टम इंडिया लई बनाया है, उही कनेडा लई बनिया, उही अमरीका लई बनिया। जिवें आपां पहले दवान विच वी गल कीती सी ना प्यारिओ, जिन्ने बैठे हो आपां सारे ध्यान इधर रखियो, जिहड़े आउंदे ने आपां उहनां वल जना ही वेखीए ते चंगा। दो तीन दिन अपने इदां ही लंघ गए। मैं कल भी नोट करदा सी, सारा दवान संगत आई जांदी है ते ध्यान बहुतियां दा उधर ही खड़क खड़क खड़का हुंदा जदों उहदे ते आपां मथा टेकदे सारे। पर कोशिश करो भी अज आप ही वेखिए ही ना, भुल जाए सारा कुछ, इदा ध्यान एकाग्र रखे। मालक जी की वाहगुरू जी की बख्शिश सब ते है। मतलब कि जिमें बरसात पैण का सिस्टम कनेडा च भी उही बनाया रब ने, अमरीका च भी उही बनाया, तो इंडिया विच भी उही बनाया, कृपा सब ते कीती हुई। पर जे कनेडा अमरीका च कह लो दरख्त ज़्यादा ला लोंगे, वायुमंडल उदा का बना लोंगे, हवा विच ऑक्सीजन की मात्रा ज़्यादा होएगी, तो इत्थे कुदरती गल है कि बरसात ज़्यादा पेगी। तो जे आप दरख्त घटा लाँगे इंडिया विच, तो बरसातां घट जाणगियां। सीधी जी गल है, हुण साडे इंडिया विच पंगा ये है भी जे बरसातां घट जाण, तुसीं मैनूं एक जवाब दिओ की कीता जावे? जग कराए जान, अरदासां कीतियां जान के दरख्त लाए जान, ये तरीका है ना, ये शर्त है। कुदरत कह लो, रब कह लो, पूरी करो। पंगा ये हो गया है भी बंदा कुदरत दियां शर्तां पूरियां ते करदा नहीं, रब दियां। बरसात पैण वालियां शर्तां पूरियां करो ते बरसात लै लो, वो शर्तां पूरियां करदा नहीं, जग करन लग पिया, अरदासां करन लग पिया, पाठ करदा, कहिंदा की हो, कहिंदे मैं कह देना ते बस फिर बेनती नाल ही मीह पै जाणा। ते परमात्मा कहिंदा मेरा कानून तोड़दा है ना, ते तू मेरा कुछ नहीं लगदा, चाहे जिड्डा वड्डा मर्जी भगत बनिया, मेरा लॉ तोड़ दिता तू, मेरा की लगदा है? इत्थे जिहड़े बंदे ने कनेडा दा कानून बनाया, जिहड़ी मिनिस्ट्री है, वह मिनिस्ट्री जे ते होएगी गलत ते कानून तोड़ के जाओ, उन्हां कोल तुहानू माफ़ करा देणगे। पर जे चंगी मिनिस्ट्री होएगी, वह कहणगे कानून तोड़ के आया तू, साडा कुछ नहीं लगता। रब दा वह बंदा कुछ नहीं लगता जिहड़ा रब दा कानून तोड़दा है। परमात्मा मालक दा बनाया बनाए निजम ने जिहड़े, जिहड़ा उन्हां नू तोड़दा है वह रब दा कुछ नहीं लगता। ਤਾਂ ਕਰਕੇ ਜੇ ਅਸੀਂ ਚਾਹੁੰਦੇ ਹਾਂ, ਹੁਣ ਇਹ ਗੱਲ ਨੂੰ ਇਕੱਲਾ ਬਰਸਾਤ 'ਤੇ ਨਾ ਲਾਓ,
ਇਹਨੂੰ ਹਰੇਕ ਚੀਜ਼ 'ਤੇ ਹੀ ਲਾ ਲਓ। ਬਰਸਾਤ ਜਿਵੇਂ ਰਿਕੁਆਇਰਮੈਂਟ ਹੈ ਕੁਦਰਤ ਦੀ, ਬਰਸਾਤ ਚਾਹੀਦੀ ਹੈ ਤਾਂ ਦਰਖਤ ਲਾਓ। ਇਸੇ ਤਰ੍ਹਾਂ ਹਰੇਕ ਚੀਜ਼ ਵਾਸਤੇ ਇੱਥੇ ਸ਼ਰਤ ਹੈ, ਇੱਕ ਕੁਦਰਤ ਸ਼ਰਤ ਹੈ ਉੱਥੇ, ਉਹ ਪੂਰੀ ਕਰਨੀ ਪੈਂਦੀ। ਇੱਦਾਂ ਨਹੀਂ ਹੋਣਾ ਕਿ ਸ਼ਰਤ ਪੂਰੀ ਨਾ ਕਰੇ। ਹੁਣ ਜਿਵੇਂ ਆਪਾਂ ਪੜ੍ਹਦੇ ਹਾਂ, ਲੋਕ ਗਾ ਕੇ ਪੜ੍ਹੋ, ਫਰੀਦਾ ਲੋੜੈ ਦਾਖ ਬਜੋਰੀਆਂ, ਦਾਖਾਂ ਖਾਣ ਦਾ ਤੇਰਾ ਜੀ ਕਰਦਾ ਤੇ ਉਹਦੇ ਵਾਸਤੇ ਕੀ ਕਰਨਾ ਪਏਗਾ? ਅਰਦਾਸ ਕਰਨੀ ਪਏਗੀ ਕਿ ਦਾਖਾਂ ਬੀਜਣੀਆਂ ਪੈਣਗੀਆਂ, ਬੀਜਣੀਆਂ ਪੈਣਗੀਆਂ। ਤੈਨੂੰ ਦਿਮਾਗ ਮਿਲਿਆ, ਤੈਨੂੰ ਬਾਡੀ ਮਿਲੀ ਹੈ, ਤੈਨੂੰ ਬੀਜਣੀਆਂ ਪੈਣਗੀਆਂ। ਗੱਲ ਇਹ ਵੇਖ, ਇਹ ਸਮਝਣੀ ਪੈਣੀ। ਤੇ ਜੇ ਬੰਦਾ ਦਾਖਾਂ ਬੀਜ ਕੇ ਇਹ ਕੋਸ਼ਿਸ਼ ਕਰੇਗਾ ਕਿ ਬੀਜਾਂ ਮੈਂ ਕਿੱਕਰ ਤੇ ਮੈਨੂੰ ਦਾਖਾਂ ਨਸੀਬ ਹੋ ਜਾਣਗੀਆਂ, ਇਹ ਕਦੀ ਨਹੀਂ ਹੋ ਸਕਣਾ। ਪਰਮਾਤਮਾ ਦਾ ਇਦਾਂ ਦਾ ਸਿਸਟਮ ਨਹੀਂ ਬਣਿਆ, ਤੇ ਸਾਡਾ ਤੇ ਸਾਰੇ ਦਾ ਸਾਰਾ ਢਾਂਚਾ ਹੀ ਇਦਾਂ ਦਾ ਬਣਿਆ ਹੋਇਆ। ਅੱਜ ਅਰਦਾਸ ਕਰਾਉਂਦੇ ਹਾਂ, ਖੰਡ ਪਾਠ ਕਰਾਇਆ ਕਾਹਦੇ ਲਈ? ਬਾਪੂ ਜੀ ਦੀ ਸ਼ੂਗਰ ਬਹੁਤ ਵੱਧ ਗਈ ਹੈ ਤੇ ਬਾਪੂ ਜੀ ਗੁਲਾਬ ਜਾਮਣ ਨੂੰ ਛੱਡਦੇ ਨਹੀਂ, ਤੇ ਸਿਸਟਮ ਤੋੜ ਕੇ ਤੁਹਾਡੀਆਂ ਅਰਦਾਸਾਂ ਦਾ ਕੀ ਅਰਥ ਹੈ? ਕਿਉਂ ਨਾ ਅਸੀਂ ਅਰਦਾਸ ਕਰਨ ਨਾਲੋਂ ਬਾਪੂ ਨੂੰ ਸਮਝਾਈਏ ਵੀ ਬਾਪੂ ਜੀ ਜਿਹੜੇ ਤੁਸੀਂ ਚੋਰੀ ਚੋਰੀ ਰਸਗੁੱਲੇ ਫਰਿੱਜ 'ਚੋਂ ਕੱਢ ਕੇ ਖਾ ਜਾਂਦੇ ਹੋ, ਇਹ ਖੱਟ ਜਾਓ ਖਾਣੋ, ਇਹ ਨਾ ਸਮਝਾਈਏ। ਇਹ ਨਹੀਂ ਕੰਮ ਕਰਨਾ ਚਾਹੀਦਾ ਸਾਨੂੰ। ਜਿਹੜੇ ਬੰਦੇ ਜੱਗ ਕਰਨ ਲੱਗੇ ਹੈ, ਜਿਹੜੇ ਬੰਦੇ ਕਹਿੰਦੇ ਆ ਜੀ ਅਸੀਂ ਲੰਗਰ ਲਾ ਕੇ ਮੀਂਹ ਪਵਾ ਲੈਣਾ, ਇਹ ਨਾ ਹੋਵੇ ਵੀ ਆਪਾਂ ਉਹਨਾਂ ਨੂੰ ਬਿਠਾ ਕੇ ਸਮਝਾਈਏ ਵੀ ਦਰਖਤ ਲਾਓ। ਕਿਉਂ ਬਈ ਦੱਸੋ, ਇਹ ਨਹੀਂ ਕਰਨਾ ਚਾਹੀਦਾ ਸਾਨੂੰ। ਪਰ ਇਸ ਟੌਪਿਕ 'ਤੇ ਗੱਲ ਕਰੇਗਾ ਕੋਈ? ਪਤਾ ਕਿਉਂ ਨਹੀਂ ਕਰੇਗਾ? ਕਿਉਂਕਿ ਜੇ ਆਹ ਕੁਛ ਚੱਲਦਾ ਰਿਹਾ ਸਾਡੇ ਵਰਗਿਆਂ ਦਾ ਵੀ ਤੋਰੀ ਫੁਰਕਾ ਤਾਂ ਹੀ ਚੱਲਣਾ, ਤਾਂ ਹੀ ਅਗਲਾ ਕਹਿੰਦਾ ਵੀ ਹੋ ਜਾਣਾ ਕੰਮ ਤੇਰਾ, ਹੋ ਜਾਣਾ। ਹੋਣ ਦਾ ਜਿਹੜਾ ਕੰਮ, ਹੋਣ ਦਾ ਜਿਹੜਾ ਸਿਸਟਮ ਹੈ ਉਹ ਕਿਉਂ ਨਹੀਂ ਦੱਸਦੇ? ਹੁਣ ਬੱਚਾ ਕੋਈ ਮੇਰੇ ਕੋਲ ਆਵੇ, ਮੇਰਾ ਜੀ ਮੇਰੀ ਪੀਅਰ ਹੋ ਜਾਵੇ, ਭਾਈ ਸਾਹਿਬ ਅਰਦਾਸ ਕਰ ਦਿਉ, ਤਾਂ ਮੈਨੂੰ ਕੀ ਕਹਿਣਾ ਚਾਹੀਦਾ ਉੱਥੇ? ਮੈਨੂੰ ਕਹਿਣਾ ਚਾਹੀਦਾ ਪੀਅਰ ਹੋਣ ਵਾਸਤੇ ਜਿਹੜੀਆਂ ਸ਼ਰਤਾਂ ਹੈ ਪੂਰੀਆਂ ਰੱਖੀ, ਟੈਕਸ ਭਰਦਾ ਰਹੀ, ਜਿਹੜਾ ਜਿਹੜਾ ਇੱਥੇ ਦਾ ਸਿਸਟਮ ਹੈ ਫੋਲੋ ਕਰੀ, ਭੁੱਲ ਨਾ ਜਾਈ ਕਿਤੇ, ਕੋਈ ਗਲਤੀ ਨਾ ਕਰ ਲਈ, ਕੋਈ ਇਹੋ ਜਿਹਾ ਕੰਮ ਨਾ ਕਰ ਲਈ ਡਿਪੋਰਟ ਕਰ ਦੇਣ ਤੈਨੂੰ, ਖਰਾਬੀ ਨਾ ਕਰੀ, ਇਹ ਦੱਸਣਾ ਚਾਹੀਦਾ। ਅਤੇ ਮੇਰੇ ਵਰਗਾ ਕਹੇ ਕੋਈ ਨਹੀਂ ਤੂੰ $100 ਦਸਵੰਧ ਕੱਢੀ ਜਾਇਆ ਕਰ, ਹਰੇਕ ਮਹੀਨੇ ਮੈਨੂੰ ਭੇਜੀ ਜਾਇਆ ਕਰ, ਹੋ ਜਾਣਾ ਆਪੇ ਹੀ ਕੰਮ। ਆਹ ਪ੍ਰੋਬਲਮ ਹੈ ਇੱਥੇ, ਪੁਜਾਰੀ ਸਿਸਟਮ ਜਿਹੜਾ ਹੈ ਉਹ ਪੈਦਾ ਹੋ ਜਾਂਦਾ। ਇੰਨੀ ਗੱਲ ਹੀ ਸਮਝ 'ਚ ਆ ਜੇ ਕਿਤੇ ਸਾਡੇ। ਹੁਣ ਇਹਨੂੰ ਤੁਸੀਂ ਬੀਜਿਆਂ ਉੱਤੇ ਨਾ ਲਾਓ, ਇਹਨੂੰ ਹਰੇਕ ਚੀਜ਼ 'ਤੇ ਲਾ ਕੇ ਵੇਖੋ, ਜ਼ਿੰਦਗੀ ਦੇ ਹਰੇਕ ਪਹਿਲੂ 'ਤੇ, ਹਰ ਚੈਪਟਰ ਦੇ ਉੱਤੇ ਤੁਸੀਂ ਇਹ ਚੀਜ਼ ਲਾ ਦਿਓ। ਇਹ ਕੁਦਰਤ ਦਾ ਕਾਨੂੰਨ ਹੈ ਜਿਹੜਾ ਰੱਬ ਦਾ ਲਾਓ, ਪਰ ਪਰਮਾਤਮਾ ਦਾ ਜਿਹੜਾ ਸਿਸਟਮ ਹੈ ਮੈਨੂੰ ਪੂਰਾ ਹੀ ਕਰਨਾ ਪੈਣਾ। ਅਤੇ ਰੱਬ ਕਦੇ ਵੀ ਉਸ ਬੰਦੇ ਨੂੰ ਮਾਫ਼ ਨਹੀਂ ਕਰਦਾ ਜਿਹੜਾ ਉਹਦਾ ਨਿਯਮ ਤੋੜ ਕੇ ਆਖੇ ਵੀ ਤੂੰ ਮੇਰੀ ਗੱਲ ਸੁਣ ਲੈ। ਅੱਗ ਸਾੜਦੀ ਹੈ ਜੀ, ਬੋਲੋ, ਸਾੜਦੀ ਹੈ ਨਾ, ਸਭ ਨੂੰ ਸਾੜੇਗੀ, ਮੈਨੂੰ ਵੀ ਸਾੜੇਗੀ, ਅੱਗ ਦਾ ਜਿਹੜਾ ਸਿਸਟਮ ਹੈ ਉਹ ਸਾੜੇਗੀ, ਤੇਰਾ ਵੀ ਮਾਸ ਸਾੜੇਗੀ, ਮੇਰਾ ਵੀ ਮਾਸ ਸਾੜੇਗੀ। ਮੈਨੂੰ ਮਾਫ਼ ਕਰ ਦਿਓ ਜੀ, ਜਿੱਦਣ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠੇ ਹੈ ਉਹਨਾਂ ਦਾ ਮਾਸ ਵੀ ਸੜਦਾ ਹੈ, ਕੰਡੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਵੀ ਲੱਗਦੇ ਹੈ। ਇਹ ਨੁਕਤਾ ਸਮਝਣਾ ਪੈਣਾ ਸਾਨੂੰ, ਉਹਦਾ ਜਿਹੜਾ ਸਿਸਟਮ ਹੈ ਉਹ ਫੋਲੋ ਕਰਨਾ ਪੈਣਾ ਹੈ। ਰੱਬ ਦਾ ਕਾਨੂੰਨ, ਰੱਬ ਦੀ ਭਗਤੀ, ਰੱਬ ਦਾ ਕਾਨੂੰਨ ਫੋਲੋ ਕਰਨ ਨੂੰ ਕਹਿੰਦੇ ਹੈ। ਇਹ ਭਗਤ ਹੈ, ਬੰਦਗੀ ਦਾ ਅਰਥ ਰੱਬ ਦੇ ਨਿਯਮਾਂ 'ਚ ਬੰਦ ਰਹਿ ਕੇ ਜ਼ਿੰਦਗੀ ਜਿਉਣੀ, ਅਧੀਨਗੀ, ਨਿਯਮ ਦੇ ਅਧੀਨ ਚੱਲਣਾ ਬੰਦਗੀ ਦਾ ਅਰਥ। ਬੰਦਗੀ ਮਤਲਬ ਅਧੀਨਗੀ, ਜਿਹੜਾ ਅਧੀਨ ਹੈ ਕੁਦਰਤ ਦੇ ਨਿਯਮਾਂ ਦੇ ਅਧੀਨ ਹੈ ਜਿਹੜਾ, ਬਸ ਇਹ ਬੰਦਗੀ ਹੈ। ਜਿਹੜਾ ਨਿਯਮ ਤੋੜਦਾ ਹੈ ਉਹ ਭਗਤ ਨਹੀਂ ਹੋ ਸਕਦਾ, ਨਿਯਮ ਤੋੜ ਕੇ ਕੋਈ ਭਗਤੀ ਨਹੀਂ ਹੁੰਦੀ। ਤਾਂ ਕਰਕੇ ਸਾਡੇ ਨਾਲੋਂ ਗੋਰੇ ਆਹ ਲੋਕ ਜਿਹੜੇ ਆ ਕਾਮਯਾਬ ਹੋ ਗਏ, ਕਿਉਂਕਿ ਕੁਦਰਤ ਦੇ ਕਾਨੂੰਨ ਨੂੰ ਫੋਲੋ ਕਰਦੇ ਰਹੇ ਅਤੇ ਆਪਣੇ ਵਰਗੇ ਬਹਿ ਕੇ ਅਰਦਾਸਾਂ 'ਤੇ ਅੱਖਾਂ ਬੰਦ ਕਰਕੇ ਅਤੇ ਸਾਰਾ ਕੁਛ ਕਰਦੇ ਰਹੇ, ਪਰ ਜੋ ਰੱਬ ਜੀ ਦਾ ਨਿਯਮ ਸੀ ਉਹ ਅਸੀਂ ਫੋਲੋ ਨਹੀਂ ਕੀਤਾ।
ਹਰੇਕ ਪਿੰਡ 'ਚ ਚਾਰ ਚਾਰ ਗੁਰਦੁਆਰੇ ਬਣਾ ਲਏ ਆਪਾਂ, ਵੱਡੇ ਵੱਡੇ ਇੱਦਾਂ ਦੀਵਾਨ ਹੁਣ ਅਸੀਂ ਵੀ ਲਾਉਂਦੇ ਹੀ ਹਾਂ, ਦੀਵਾਨ ਲਾਏ, ਅਰਦਾਸਾਂ ਕੀਤੀਆਂ, ਮਾਲਕਾ ਸੁੱਖ ਰੱਖੀ, ਮਾਲਕਾ ਸੁੱਖ ਰੱਖੀ। ਪਾਣੀ ਵਾਲੇ ਕਹਿੰਦੇ ਆ ਪਾਣੀ ਗੰਦਾ ਹੋ ਗਿਆ ਜੀ, ਖਰਾਬ ਹੋ ਗਿਆ ਜੀ, ਅੱਗੇ ਤੋਂ ਬਰਸਾਤਾਂ ਦਾ ਹੋਰ ਪੰਗਾ ਪੈ ਜਾਣਾ ਹੈ। ਦਰਖਤ ਲਾਉਣ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਤੇ ਜ਼ੋਰ ਕਾਹਦੇ 'ਤੇ ਲਾਉਂਦੇ ਰਹੇ। ਬਸ ਇਹ ਨੁਕਤਾ ਆਪਾਂ ਸਾਰੇ ਸਮਝਣ ਦੀ ਖੇਚਲ ਕਰਿਓ। ਪਰਮਾਤਮਾ ਦੀ ਕਿਰਪਾ ਸਭ 'ਤੇ ਹੀ ਹੁੰਦੀ ਹੈ, ਪਰ ਪਾਤਰ ਸਾਨੂੰ ਬਣਨਾ ਪੈਣਾ, ਯੋਗ ਸਾਨੂੰ ਬਣਨਾ ਪੈਣਾ, ਸਿਸਟਮ ਉਹਦਾ ਸਾਰਿਆਂ ਥਾਵਾਂ ਉੱਤੇ ਹੀ ਹੈ। ਬਸ ਉਹਦੇ ਲਈ ਹਿੰਮਤ ਸਾਨੂੰ ਕਰਨੀ ਪਏਗੀ ਪਿਆਰਿਓ। ਉਹ ਉਸ ਨੁਕਤੇ ਨੂੰ ਆਪਾਂ ਸਮਝ ਲਈਏ। ਲੋੜੇ ਦੱਖ ਬਿਜ਼ੁਰੀਆਂ ਕਿੱਕਰ ਬੀਜੈ ਜੱਟ ਹੰਡੈ ਉਨਕ ਤਾਏਂ ਦਾ ਪੈਂਦਾ ਲੋੜੈ ਪੱਟ। ਤਾਂ ਕਰਕੇ ਬਸ ਇਹਦਾ ਅਰਥ ਇੰਨਾ ਹੀ ਰੱਖੋ ਵੀ ਜਿੱਦਾਂ ਦਾ ਬੀਜਣਾ ਹੈ ਉਦਾਂ ਦਾ ਵੱਢਣਾ ਪਏ। ਕਿੱਕਰ ਬੀਜ ਕੇ ਅਰਦਾਸ ਕਰਾਓ ਵੀ ਮਹਾਰਾਜ ਮੈਂ ਕਿੱਕਰ ਬੀਜ ਆਇਆ, ਦਾਖਾਂ ਲਾ ਦਿਓ, ਕਦੇ ਨਹੀਂ ਲੱਗਣੀ ਦਾਖਾਂ। ਨਾ ਸਾਡੇ ਵਰਗੇ ਕਮਲਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀ ਕਿੱਕਰ ਬੀਜ ਕੇ ਆਏ ਭਾਈ ਦੀ ਅਰਦਾਸ ਕਰੋ ਵੀ ਦਾਖਾਂ ਲੱਗ ਜਾਣ। ਸਾਨੂੰ ਸਮਝਾਉਣਾ ਚਾਹੀਦਾ ਵੀ ਜੇ ਦਾਖਾਂ ਲਾਉਣੀਆਂ ਖਾਣੀਆਂ ਹੈ ਤਾਂ ਦਾਖਾਂ ਵਾਲਾ ਬੀਜ, ਇਹ ਸਾਡੀ ਡਿਊਟੀ ਚਾਹੀਦੀ ਸੀ ਸਾਡੇ ਵਰਗਿਆਂ ਦੀ। ਇੱਕ ਤਾਂ ਉਹਦੀ ਗਲਤੀ ਹੈ ਜਿਹੜਾ ਕਿੱਕਰ ਬੀਜ ਕੇ ਦਾਖਾਂ ਭਾਲਦਾ ਹੈ, ਅਤੇ ਉਦੋਂ ਵੱਡੀ ਗਲਤੀ ਸਾਡੇ ਵਰਗਿਆਂ ਦੀ ਹੈ ਜਿਹੜੇ ਕਿੱਕਰਾਂ ਵਾਲਿਆਂ ਦੀਆਂ ਅਰਦਾਸਾਂ ਕਰਦੇ ਆ ਵੀ ਇਹਨੂੰ ਦਾਖਾਂ ਮਿਲ ਜਾਣ। ਸਾਡਾ ਫਰਜ਼ ਇਹ ਸੀ ਵੀ ਅਸੀਂ ਸਹੀ ਸਮਝਾ ਦਿੰਦੇ, ਸਹੀ ਸਮਝਾਓਗੇ ਵੀ ਆਹ ਰੂਲ ਨੇ, ਰੱਬ ਦੇ ਨਿਯਮ ਨੇ, ਤੈਨੂੰ ਫੋਲੋ ਕਰਨੇ ਪੈਣਗੇ। ਬਸ ਇੰਨਾ ਹੀ ਕੰਮ ਸੀ, ਪਰ ਤੁਹਾਨੂੰ ਲੱਗਦਾ ਹੈ ਵੀ ਇੰਨਾ ਕੁ ਕੰਮ ਹੈ, ਵੀ ਇੰਨਾ ਹੀ ਕੰਮ ਹੈ, ਇਹੀ ਤਾਂ ਪੰਗਾ ਪਾਉਂਦਾ ਸਾਰੇ ਪਾਸੇ, ਇਹੀ ਪਰੇਸ਼ਾਨੀ ਦਾ ਘਰ ਹੈ, ਇਸੇ ਕਰਕੇ ਹੀ ਰੌਲਾ ਪੈਂਦਾ ਸਾਰਾ। ਕਿਉਂਕਿ ਇਹ ਪੁਜਾਰੀ ਸਿਸਟਮ 'ਤੇ ਬਹੁਤ ਵੱਡੀ ਸੱਟ ਵੱਜਦੀ ਹੈ। ਪਤੀ ਪਤਨੀ ਨੇ ਬੱਚਾ ਚਾਹੀਦਾ, ਉਹਨਾਂ ਨੂੰ ਬੱਚਾ ਹੋਣ ਦਾ ਪ੍ਰੋਸੀਜਰ ਫੋਲੋ ਕਰਨਾ ਪਏਗਾ, ਉਹ ਫੋਲੋ ਕਰਨਾ ਪਏਗਾ। ਜੇ ਕੋਈ ਪ੍ਰੋਬਲਮ ਹੈ ਉਹਦਾ ਇਲਾਜ ਕਰਾਉਣਾ ਪਏਗਾ। ਉਹਦੇ ਵਾਸਤੇ ਉਹ ਬੰਦੇ ਆਪਣੇ ਆਪ ਨੂੰ ਚੈੱਕ ਕਰਾਉਣ, ਜੇ ਕੋਈ ਪ੍ਰੋਬਲਮ ਹੈ ਉਹਨੂੰ ਠੀਕ ਕਰੋ। ਰੱਬ ਨੇ ਸਾਨੂੰ, ਮਾਲਕ ਨੇ ਆ ਦਿਮਾਗ ਦਿੱਤਾ ਹੈ, ਸੋਝੀ ਦਿੱਤੀ ਹੈ, ਇਹਨੂੰ ਵਰਤੋ। ਤਾਂ ਕਰਕੇ ਇਸ ਗੱਲ ਨੂੰ ਸਮਝਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਤਾਂ ਕਰਕੇ ਪਿਆਰਿਓ, ਰੱਬ ਦੇ ਗੁਣ ਸਾਡੀ ਜ਼ਿੰਦਗੀ ਦੇ ਵਿੱਚੋਂ ਪ੍ਰਗਟ ਹੋਣ, ਅਤੇ ਰੱਬੀ ਗੁਣਾਂ ਦੇ ਆਪਣੀ ਜ਼ਿੰਦਗੀ ਵਿੱਚੋਂ ਜਦੋਂ ਦਰਸ਼ਨ ਕਰਦੇ ਹਾਂ, ਇਹੀ ਰੱਬ ਦੇ ਦਰਸ਼ਨ ਹੈ। ਜਦੋਂ ਆਪਾਂ ਗੱਲ ਕਰਨ ਲੱਗੇ ਸੀ ਨਾ ਵੀ ਭੁਲੇਖਾ ਕਦੋਂ ਪੈਂਦਾ, ਜਿੱਦਾਂ ਹੁਣ ਮੰਨ ਲਓ ਆਪਾਂ ਕਹਿੰਦੇ ਹਾਂ, ਜੇ ਹੁਣ ਆਪਾਂ ਇੱਕ ਸ਼ਬਦ ਪੜ੍ਹੀਏ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ, ਇੱਦਾਂ ਨਹੀਂ ਲੱਗਦਾ ਵੀ ਕੋਈ ਹੋਰ ਹਸਤੀ ਹੈ ਜਿਹਦੇ ਅਸੀਂ ਦਰਸ਼ਨ ਕਰਨੇ ਹੈ। ਇਹ ਸ਼ਬਦ 'ਚ ਇੱਦਾਂ ਹੀ ਪ੍ਰਤੀਤ ਹੁੰਦਾ, ਜਿਵੇਂ ਆਪਾਂ ਬਹੁਤ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ। ਇਹੋ ਜਿਹੇ ਜਦੋਂ ਸ਼ਬਦ ਆਉਂਦੇ ਹੈ, ਸਾਡਾ ਮਾਇੰਡ ਇੱਦਾਂ ਸੈੱਟ ਹੈ ਵੀ ਕੋਈ ਹਸਤੀ ਹੈ ਜਿਹਦੇ ਅਸੀਂ ਦਰਸ਼ਨ ਕਰਨੇ ਹੈ, ਜਿਹਨੇ ਸਾਡੇ ਕੋਲ ਆਉਣਾ ਹੈ। ਆਉਣਾ ਜ਼ਰੂਰ ਹੈ, ਪਰ ਅਸੀਂ ਆਪਣੇ ਆਪ ਚੋਂ ਪ੍ਰਗਟ ਕਰਨੇ ਨੇ ਉਹ ਗੁਣ, ਕਿਉਂਕਿ ਜਿਹੜਾ ਰੱਬ ਗੁਰੂ ਨਾਨਕ ਪਾਤਸ਼ਾਹ ਦੱਸਦੇ ਆ ਉਹਨੇ ਰੱਬ ਦੇ ਗੁਣ, ਉਹ ਰੱਬੀ ਪਰਮਾਤਮਾ ਜਿਹੜਾ ਸਾਰੇ ਪਾਸੇ ਪ੍ਰਗਟ ਹੈ, ਫੈਲਿਆ ਹੋਇਆ ਕੁਦਰਤ ਦੇ ਰੂਪ ਵਿੱਚ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਜਿਹੜਾ ਪ੍ਰਗਟ ਰੂਪ ਹੈ ਉਹਦਾ ਸਰਗੁਣ ਰੂਪ ਹੈ ਉਹ ਵੀ ਪਰਮਾਤਮਾ ਹੀ ਹੈ, ਜਿਹੜਾ ਅਣ ਦਿਸਦਾ ਨਹੀਂ ਦਿਸਦਾ ਉਹ ਵੀ ਪਰਮਾਤਮਾ ਹੀ ਹੈ, ਅਤੇ ਉਹ ਸਾਡੀ ਜ਼ਿੰਦਗੀ 'ਚੋਂ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ। ਜਦੋਂ ਇੱਦਾਂ ਦੇ ਸ਼ਬਦ ਆਪਾਂ ਸੁਣਦੇ ਹਾਂ ਉਦੋਂ ਅਸੀਂ ਇੱਦਾਂ ਫੀਲ ਕਰੀਏ ਕਿ ਯਾਰ ਮੇਰੇ ਵਿੱਚ ਆਹ ਸੱਤ ਨਹੀਂ, ਮੇਰੇ 'ਚ ਸੰਤੋਖ ਨਹੀਂ, ਮੇਰੇ ਵਿੱਚ ਧਰਮ ਨਹੀਂ, ਧੀਰਜ ਨਹੀਂ, ਸਹਿਜ ਨਹੀਂ, ਮੇਰੇ 'ਚ ਆਹ
ਗੁਣ ਨਹੀਂ ਦਿਸਦੇ ਮੈਨੂੰ, ਮੈਂ ਉਹਨਾਂ ਦੇ ਦਰਸ਼ਨਾਂ ਦੀ ਆਸ ਕਰਦਾ। ਹੁਣ ਜਦੋਂ ਇਦਾਂ ਸ਼ਬਦ ਚੱਲਦਾ ਤੁਸੀਂ ਵੇਖੋ, ਕੋਈ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਲਿਆ ਰਿਹਾ ਇਦਾਂ ਵੀ ਦਰਸ਼ਨ ਦਿਓ, ਇੱਕ ਛਿਨ ਦਰਸ਼ ਦਿਖਾਏ ਜੀ, ਇਦਾਂ ਨਹੀਂ ਲੱਗਦਾ? ਇੱਕ ਛਿਨ ਦਰਸ਼ ਦਿਖਾਏ ਜੀ, ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਹਮਣੇ ਲਿਆਉਂਦਾ ਹੈ ਮਹਾਰਾਜ ਦੇ ਇਦਾਂ ਵੀ ਮੈਨੂੰ ਦਰਸ਼ਨ ਇੱਕ ਕਦੀ ਤੇ ਦਰਸ਼ਨ ਦਿਓ, ਇਦਾਂ ਲੱਗਦਾ। ਕੋਈ ਕਿਸੇ ਨੂੰ ਲਿਆਉਂਦਾ ਸਾਹਮਣੇ, ਕੋਈ ਕਿਸੇ ਨੂੰ ਲਿਆਉਂਦਾ, ਇਦਾਂ ਸੁਰਤ ਦੇ ਵਿੱਚ ਕਦੇ ਕੋਈ ਕਦੇ ਕੋਈ। ਪਹਿਲੀ ਗੱਲ ਤੇ ਇੱਕ ਗੱਲ ਚੇਤਾ ਰੱਖੋ, ਸਾਡਾ ਗੁਰੂ ਦੇਹ ਹੈ ਕਿ ਸ਼ਬਦ, ਸਾਡਾ ਗੁਰੂ ਦੇਹ ਹੈ ਕਿ ਗਿਆਨ, ਤੇ ਫਿਰ ਮੰਗਦੇ ਕਿਹਦੇ ਦਰਸ਼ਨ? ਸੁਰਤ ਚ ਕੌਣ ਆ ਰਿਹਾ ਭਲਾ? ਦੇਹ ਬੋਡੀ ਆ ਰਹੀ ਹੈ, ਸਰੀਰ ਆ ਰਿਹਾ, ਬਾਰ ਬਾਰ ਸਾਡੀ ਸੁਰਤ ਵਿੱਚ ਸਰੀਰ ਆਉਂਦਾ ਹੈ। ਪਰ ਜਦੋਂ ਅਸੀਂ ਗੁਣਾਂ ਵਾਲੇ ਪਾਸੇ ਕੰਸਨਟ੍ਰੇਟ ਕਰਾਂਗੇ, ਜਦੋਂ ਅਸੀਂ ਗਿਆਨ ਵਾਲੇ ਪਾਸੇ ਨੂੰ ਤੁਰਾਂਗੇ, ਉਹ ਅੱਛਾ ਸੱਚਾ ਗਿਆਨ ਜ਼ਿੰਦਗੀ 'ਚ ਆਉਣਾ ਸਤਿਗੁਰੂ ਦਾ ਦਰਸ਼ਨ ਹੁੰਦਾ, ਅਕਲ ਆਉਣੀ, ਸਮਝ ਆਉਣੀ, ਗਿਆਨ ਆਉਣਾ। ਦੇਹ ਭਾਵੇਂ ਕੋਈ ਹੋਵੇ, ਦੇਹ ਅੱਜ ਗ੍ਰੰਥ ਹੈ ਅਤੇ ਗਿਆਨ ਸਾਡਾ ਗੁਰੂ ਹੈ, ਗਿਆਨ ਗੁਰੂ ਹੈ। ਇੱਥੇ ਕਈ ਬੰਦੇ ਰੌਲਾ ਪਾਉਂਦੇ ਹੈ, ਕਹਿੰਦੇ ਜੀ ਗਿਆਨ ਗੁਰੂ ਕਿਉਂ ਕਹਿੰਦੇ ਹੋ? ਤੁਸੀਂ ਸਿੱਧਾ ਕਹੋ, ਤੁਸੀਂ ਇੱਦਾਂ ਨਾ ਕਹੋ ਵੀ ਗਿਆਨ ਗੁਰੂ। ਉਹਨਾਂ ਨੂੰ ਜਦੋਂ ਪੁੱਛੀਦਾ ਵੀ ਗਿਆਨ ਗੁਰੂ ਹੀ ਕਹਿਣਾ ਪਏਗਾ ਨਾ, ਉਹ ਫਿਰ ਕਹਿੰਦੇ ਨਹੀਂ ਇਹ ਗੱਲ ਠੀਕ ਨਹੀਂ, ਗਿਆਨ ਗੁਰੂ ਨਹੀਂ ਕਹਿਣਾ। ਮੈਂ ਕਹਿੰਦਾ ਨਹੀਂ, ਸ਼ਬਦ ਦੇ ਦੁਆਰਾ ਉਹ ਗਿਆਨ ਪ੍ਰਗਟ ਹੁੰਦਾ, ਸ਼ਬਦ ਜਿਹੜੇ ਨੇ ਸ਼ਬਦ ਦੁਆਰਾ ਗਿਆਨ ਸਾਨੂੰ ਸਮਝ ਵਿੱਚ ਆਉਂਦਾ ਹੈ। ਸਾਡਾ ਗੁਰੂ ਹੈ ਗਿਆਨ ਅਤੇ ਦੇਹ ਹੈ ਗ੍ਰੰਥ, ਤਾਂ ਕਰਕੇ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ, ਦੇਹ ਗ੍ਰੰਥ। ਇੱਕ ਤਾਂ ਮੇਰੇ ਨਾਲ ਕਾਫੀ ਥੋੜ੍ਹੇ ਦਿਨ ਪਹਿਲਾਂ ਉਹ ਕਹਿੰਦਾ ਨਹੀਂ ਜੀ ਇੱਦਾਂ ਨਹੀਂ ਜੀ ਇੱਦਾਂ, ਤੁਸੀਂ ਇੱਦਾਂ ਨਹੀਂ ਕਰ ਸਕਦੇ। ਮੈਂ ਇਹਨਾਂ ਨੂੰ ਬੇਨਤੀ ਇਹ ਕੀਤੀ, ਮੈਂ ਕਿਹਾ ਯਾਰ ਇੱਦਾਂ ਜੇ ਕਰੋਗੇ ਨਾ ਤੁਸੀਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਅਸਥਾਨ ਬਣਿਆ ਜਿੱਥੇ ਅੰਤਮ ਸੰਸਕਾਰ ਕੀਤਾ ਜਾਂਦਾ, ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਤਕਰੀਬਨ 100 ਜਾਂ 150 ਹਰੇਕ ਵੀਕ ਸੰਸਕਾਰ ਕੀਤੇ ਜਾਂਦੇ ਆ। ਕਿਉਂ ਪਿਆਰਿਓ? ਠੀਕ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ 100-150 ਸਰੂਪ ਸੰਸਕਾਰ ਕੀਤੇ ਜਾਂਦੇ ਆ। ਆਪਣੇ 'ਚੋਂ ਕਿੰਨੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸੰਸਕਾਰ 'ਤੇ ਪਹੁੰਚਦੇ ਹਰ ਵੀਕ? ਸਾਲ ਵਿੱਚ ਜੇ ਸੰਸਕਾਰ ਹੋਣ ਲੱਗੇ ਵੀ ਹਰ ਹਫ਼ਤੇ ਸੰਸਕਾਰ ਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਜਿਹੜੀ ਹੈ, ਸੰਸਕਾਰ ਦੀ ਜਿਹੜੀ ਸੇਵਾ ਹੈ, ਸਾਲ 'ਚ ਇੱਕ ਵਾਰੀ ਕਰੋ ਤੇ ਸਾਰੇ ਸਿੱਖ ਪਹੁੰਚਣਗੇ ਵੀ ਅੱਜ ਸਾਡੇ ਗੁਰੂ ਦਾ ਅੰਤਮ ਸੰਸਕਾਰ ਹੋਣਾ। 10 ਦਾ ਸੰਸਕਾਰ ਹੋਏਗਾ, 10 ਸਰੂਪ ਮਾਰਕੀਟ ਵਿੱਚ ਨਵੇਂ ਛੱਪ ਕੇ ਆਉਣਗੇ। ਉਹ ਸ਼ੌਪ ਬਣੀ ਆ, ਉਹ ਦੁਕਾਨ ਹੈ। ਅੱਜ ਅਸੀਂ ਖੁਸ਼ੀ ਮਨਾਵਾਂਗੇ ਤੇ ਕੱਲ੍ਹ ਜਿੱਦਣ ਸਾਰੇ ਸਰੂਪ ਬਿਰਧ ਹੋ ਗਏ ਤੇ ਸੰਸਕਾਰ ਕਰਨ ਗਏ, ਉਦਣ ਅਸੀਂ ਸਾਰੇ ਰੋਈਏ ਬਹਿ ਕੇ। ਪਰ ਆਪਾਂ ਇੱਦਾਂ ਨਹੀਂ ਕਰਦੇ, ਨਹੀਂ ਨਾ ਕਰਦੇ ਤਾਂ। ਹਰ ਵੀਕ ਸੰਸਕਾਰ ਹੁੰਦਾ, ਕਿੰਨੇ ਕੁ ਸਿੱਖ ਚੀਕਾਂ ਮਾਰਦੇ ਆ, ਕਿੰਨੇ ਕੁ ਤਾਹਾਂ ਮਾਰਦੇ ਆ, ਕਿੰਨੇ ਕੁ ਰੋਂਦੇ ਹੈ। ਉਸ ਵੇਲੇ ਅਸੀਂ ਕੀ ਕਹਿੰਦੇ ਹਾਂ? ਸਾਡਾ ਗੁਰੂ ਦੇਹ ਨਹੀਂ, ਸਾਡਾ ਗੁਰੂ ਕੀ ਹੈ ਜੀ? ਗਿਆਨ, ਸ਼ਬਦ। ਤੇ ਗਿਆਨ ਕਦੇ ਸੜਦਾ ਨਹੀਂ, ਉਦਣ ਇਹ ਸਟੇਟਮੈਂਟ ਦਿੰਦੇ ਹਾਂ ਅਸੀਂ। ਕਹਿੰਦੇ ਹਾਂ ਸਾਡਾ ਗੁਰੂ ਕਿੱਥੇ ਸੜਦਾ ਹੈ ਜੀ? ਸਾਡਾ ਗੁਰੂ ਆਉਂਦਾ ਜਾਂਦਾ ਨਹੀਂ, ਉਹ ਤੇ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ ਨਾ ਜਾਏ। ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਫਿਰ ਸਾਨੂੰ ਇਹ ਗੱਲ ਕਹਿਣ 'ਚ ਪ੍ਰੋਬਲਮ ਕੀ ਹੈ? ਮੈਂ ਕਹਿੰਦਾ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਗੱਲ ਛੱਡੋ, ਚੰਗਾ ਗਿਆਨ ਕਿਤੇ ਵੀ ਲਿਖਿਆ ਹੈ, ਇੱਕ ਕਿਤਾਬ ਨੂੰ ਵੀ ਅੱਗ ਨਹੀਂ ਲੱਗਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹੁਤ ਵੱਡੀ ਗੱਲ ਹੈ ਨਾ, ਕਿਸੇ ਵੀ ਕਿਤਾਬ ਨੂੰ ਕੋਈ ਅੱਗ ਲਾਵੇ, ਸਾਡੇ ਰੂੜੀਆਂ ਤੇ ਸਿੱਟੇ, ਇਹ ਬਹੁਤ ਮਾੜੀ ਗੱਲ ਹੈ ਕਿਸੇ ਵੀ ਧਰਮ ਗ੍ਰੰਥ ਨੂੰ। ਪਰ ਸਾਡਾ ਗੁਰੂ ਗਿਆਨ ਹੈ ਜਿਹੜਾ ਸੜਦਾ ਨਹੀਂ, ਜਿੱਦਾਂ ਆਪਾਂ ਪੜ੍ਹਦੇ ਹਾਂ ਗੁਰ ਕਾ ਬਚਨ ਵਸੈ ਜੀ ਨਾਲੇ, ਉਹ ਤੇਰੇ ਅੰਦਰ ਵਸਦਾ ਹੈ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਆਹ ਵੇਖੋ ਇੱਥੇ ਵਸਿਆ, ਇਹਨੂੰ ਪਾਣੀ ਨਹੀਂ ਡੋਬ ਸਕਦਾ। ਇੱਥੇ ਜਿਹੜਾ ਵਸਿਆ ਇਹਨੂੰ ਚੋਰ ਕਿਵੇਂ ਚੁਰਾ ਕੇ ਲੈ ਜਾਏਗਾ? ਪਾਹੇ ਨਾ ਸਕੈ ਜਲ, ਉਹ ਅੱਗ ਵਿੱਚ ਸੜਦਾ ਨਹੀਂ। ਜਿਹੜਾ ਸੜਦਾ ਉਹ ਦੇਹ ਹੈ,
ਜਿਹੜਾ ਨਹੀਂ ਸੜਦਾ ਉਹ ਗਿਆਨ ਹੈ, ਜਿਹੜਾ ਬਣਦਾ ਜਿਹੜਾ ਬਣਾ ਰਹੇ ਨੇ ਉਹ ਦੇਹ ਹੈ, ਉਹ ਦੇਹ ਹੈ, ਪਰ ਅਸੀਂ ਜੁੜੇ ਹੋਏ ਹਾਂ ਗਿਆਨ ਨਾਲ। ਤਾਂ ਕਰਕੇ ਆ ਚੇਤਾ ਰੱਖਿਓ ਵੀ ਜਦੋਂ ਵੀ ਆਹ ਪੰਗਤੀਆਂ ਇਦਾਂ ਦੇ ਸ਼ਬਦ ਗੁਰਬਾਣੀ ਚ ਆਉਂਦੇ ਹੈ, ਸਵਾਦ ਤੇ ਬਹੁਤ ਦਿੰਦੇ ਆ। ਵੇਖੋ ਤੁਸੀਂ ਇੱਕ ਵਾਰੀ ਪੜ੍ਹ ਕੇ ਵੇਖੋ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ। ਆ ਵੇਖਿਓ ਗਾ ਕੇ ਵੇਖਦੇ ਹਾਂ ਆਪਾਂ, ਸੱਚੀ ਬਹੁਤ ਸਵਾਦ ਆਉਣਾ ਤੇ ਇਦਾਂ ਲੱਗਦਾ ਵੀ ਕੋਈ ਮਿਲੇਗਾ ਸਾਨੂੰ, ਕੋਈ ਸਾਨੂੰ ਗਲਵੱਕੜੀ ਚ ਲਏਗਾ, ਕੋਈ ਸਾਡਾ ਮੱਥਾ ਚੁੰਮੇਗਾ, ਕੋਈ ਸਾਨੂੰ ਇਦਾਂ ਬਾਹਾਂ ਤੋਂ ਫੜੇਗਾ, ਕੋਈ ਮੈਨੂੰ ਸੁੱਤੇ ਪੈ ਨੂੰ ਉਠਾਏਗਾ। ਇਹ ਇੱਥੇ ਹਿਪਨੋਟਾਈਜ ਹੋਏ ਆ, ਇਹ ਸੌਣਾ ਹੈ ਤੇ ਜਦੋਂ ਜਦੋਂ ਇਹ ਇਸ ਨੀਂਦ ਤੋਂ ਕੋਈ ਜਗਾਉਂਦਾ ਹੈ ਉਦੋਂ ਸੱਟ ਵੱਜਦੀ ਹੈ ਵੀ ਨਹੀਂ ਇੱਦਾਂ ਨਾ ਕਹੋ, ਆਹ ਨਾ ਕਹੋ, ਪਰ ਸੌ ਗਏ ਹਾਂ ਅਸੀਂ, ਹਿਪਨੋਟਾਈਜ਼ ਹੋਏ ਹਾਂ, ਸਾਡਾ ਮਾਈਂਡ ਇੱਥੇ ਖੜ ਗਿਆ, ਜਾ ਕੇ ਸਾਡਾ ਮਾਈਂਡ ਇੱਥੇ ਕਿਤੇ ਨਾ ਕਿਤੇ ਜਾ ਕੇ ਡੈੱਡ ਹੋ ਗਿਆ। ਹੁਣ ਜਿੰਨੇ ਆਪਾਂ ਬੈਠੇ ਹਾਂ ਨਾ, ਜੇ ਮੈਂ ਸਾਰਿਆਂ ਨੂੰ ਪੁੱਛਾਂਗਾ ਤੇ ਕੋਈ ਕਿਸੇ ਦੇ ਦਿਮਾਗ 'ਚ ਕੋਈ ਸਰੀਰ ਆਈ ਜਾਣਾ, ਕਿਸੇ ਦੇ ਦਿਮਾਗ 'ਚ ਕੋਈ ਇੱਦਾਂ ਇੱਦਾਂ ਸੁਰਤ ਦੇ ਵਿੱਚ ਕਦੇ ਕੋਈ ਇੱਦਾਂ ਦਿਮਾਗ 'ਚ ਆਏਗਾ, ਤੁਸੀਂ ਵੇਖਿਓ। ਪਰ ਲਿਆਉਣਾ ਪੈਣਾ ਉਹ ਸਾਨੂੰ ਆਪਣੇ ਆਪ ਨੂੰ, ਕਿਉਂ? ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਕਿਹੜੇ ਤੀਰਥ ਤੇ ਨਹਾਉਣਾ ਪੈਣਾ ਜਿਹੜਾ ਸਾਡੇ ਅੰਦਰ ਹੈ, ਘੱਟ ਹੀ ਤੀਰਥ ਨਹਾਵਾ। ਤੂੰ ਆਪਣੇ ਆਪ ਤੋਂ ਦੂਰ ਗਿਆ, ਤੈਨੂੰ ਵਾਪਸ ਲੈ ਕੇ ਆਉਣਾ, ਤੇਰਾ ਵਿਛੋੜਾ ਤੇਰੇ ਆਪਣੇ ਆਪ ਨਾਲੋਂ ਪਿਆ। ਜਿਹੜਾ ਬਚਪਨ ਵਿੱਚ ਅਸੀਂ ਮਾਂ ਦੇ ਉਧਰ ਵਿੱਚ ਸੀ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ। ਹੁਣ ਇੱਥੇ ਨਾ ਜਿਹੜੇ ਬੰਦੇ ਮੇਰਾ ਵਿਰੋਧ ਕਰਦੇ ਆ, ਉਹ ਕਹਿੰਦੇ ਐ ਇਹ ਸਿਮਰਨ ਦੇ ਵਿਰੁੱਧ ਹੈ, ਪਰ ਮੈਂ ਕਹਿੰਦਾ ਪਿਆਰਿਓ, ਸਿਮਰਨ ਦੀ ਡੈਫੀਨੇਸ਼ਨ ਜੇ ਤੁਸੀਂ ਗਲਤ ਦੱਸੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿੱਦਾਂ ਤੁਸੀਂ ਮਨੌਤ ਮੰਨਦੇ ਹੋ ਉਵੇਂ ਅਸੀਂ ਮੰਨੀਏ। ਸਿਮਰਨ ਨੂੰ ਮੈਂ ਮੰਨਦਾ, ਪਰ ਤੁਹਾਡੀ ਡੈਫੀਨੇਸ਼ਨ ਜਿਹੜੀ ਤੁਸੀਂ ਦੱਸਦੇ ਹੋ ਉਹਨੂੰ ਨਹੀਂ ਮੰਨਦਾ। ਜਦੋਂ ਸਿਮਰਨ ਦਾ ਰੂਪ ਜੋਗ ਮਤ ਵਾਲਾ ਬਣ ਜਾਂਦਾ ਹੈ ਉਹਦੇ ਵਿੱਚ ਪ੍ਰੋਬਲਮ ਹੈ, ਮੈਨੂੰ ਉਹਦੇ ਨਾਲ ਪ੍ਰੋਬਲਮ ਹੈ। ਸਿਮਰਨ ਦਾ ਅਸਲੀ ਰੂਪ ਦੱਸੋ, ਅਸੀਂ ਤੁਹਾਡੇ ਸਿਮਰਨ ਦੇ ਕਿ ਬੰਦਾ ਕਿਵੇਂ ਵਿਰੁੱਧ ਹੋ ਸਕਦਾ, ਨਾਮ ਦੇ ਕਿਵੇਂ ਵਿਰੁੱਧ ਹੋ ਜਾਓਗੇ ਤੁਸੀਂ, ਨਾਮ ਦੇ ਸਿਮਰਨ ਦੇ ਵਿਰੁੱਧ ਹੋ ਕੇ ਕਿੱਦਾਂ ਚੱਲਾਂਗੇ? ਪਰ ਉਸ ਵੇਲੇ ਪ੍ਰੋਬਲਮ ਹੈ ਜਦੋਂ ਸਿਮਰਨ ਦੀ ਡੈਫੀਨੇਸ਼ਨ ਜੋਗੀਆਂ ਵਾਲੀ ਦੱਸਦੇ ਹਾਂ, ਉਸ ਗੱਲ ਦੇ ਵਿਰੋਧ 'ਚ ਹੈ। ਜੋਗੀਆਂ ਵਾਲਾ ਕੰਮ ਜਦੋਂ ਤੁਸੀਂ ਕੁੰਡਲੀਨੀ ਜਾਗਰਣ ਵਾਲੇ ਕੰਮਾਂ 'ਚ ਪੈ ਗਏ, ਉਹ ਜਿਹੜਾ ਜੋਗੀ ਵਾਲਾ ਦਸਮ ਦੁਆਰ ਸੀ, ਜਿਹੜਾ ਜੋਗੀ ਜੋ ਬਣ ਸਮਝ ਕੇ ਬੈਠਾ ਹੈ, ਉਹ ਚੀਜ਼ ਜਦੋਂ ਤੁਸੀਂ ਸਿਮਰਨ ਦੇ ਵਿੱਚ ਉਹਨੂੰ ਵਾੜ ਲਿਆ ਉਦੋਂ ਪ੍ਰੋਬਲਮ ਹੈ। ਸਿਮਰਨ ਦੇ ਵਿਰੁੱਧ ਨਹੀਂ, ਤੁਹਾਡੀ ਡੈਫੀਨੇਸ਼ਨ ਦੇ ਵਿਰੁੱਧ ਆ, ਜੋ ਤੁਸੀਂ ਦੱਸੀ ਵੀ ਇੱਦਾਂ ਹੈ ਸਿਮਰਨ। ਆਪਾਂ ਕਹਿੰਦੇ ਹਾਂ ਸਿਮਰਨ ਹਰ ਜਗ੍ਹਾ ਹਰ ਥਾਂ ਹਰ ਸਿੱਖ ਆਪਣੀ ਸੁਰਤ ਕਰਕੇ ਕਰੇ। ਪਰਮਾਤਮਾ ਨੂੰ ਤੁਸੀਂ ਯਾਦ ਰੱਖੋ, ਯਾਦ ਨੂੰ ਪੰਜਾਬੀ 'ਚ ਕੀ ਕਹਿੰਦੇ ਹੈ? ਚੇਤਾ। ਅਤੇ ਫਾਰਸੀ 'ਚ ਕੀ ਕਹਿੰਦੇ ਹੈ? ਸਿਮਰਨ। ਚੇਤਾ ਰੱਖ ਹਰ ਥਾਂ ਹਰ ਜਗ੍ਹਾ ਹਰ ਵੇਲੇ ਕਿ ਰੱਬ ਵੇਖਦਾ ਬਈ। ਕੋਈ ਆਫਿਸਰ ਨਹੀਂ ਵੇਖਦਾ, ਕੈਮਰਾ ਨਹੀਂ ਲੱਗਾ, ਪਰ ਪਰਮਾਤਮਾ ਤੇ ਵੇਖਦਾ, ਮਾਲਕ ਤੇ ਵੇਖਦਾ। ਯਾਦ ਰੱਖ ਹਰ ਥਾਂ। ਵੇਖੋ ਇੱਥੇ ਬਹਿ ਕੇ ਮੈਂ 15 ਮਿੰਟ ਸਿਮਰਨ ਕੀਤਾ, ਮੈਂ ਕੀਤਾ ਨਾ ਵਾਹਿਗੁਰੂ 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 ਵਾਹਿਗੁਰੂ, ਸਾਰਿਆਂ ਨੇ ਕੀਤਾ ਆਪਾਂ, ਪਰ ਇਹਨੂੰ ਸਿਮਰਨ ਨੂੰ ਵੱਡਾ ਕਰ ਲਓ। ਜੇ ਮੈਂ ਗੂੰਗਾ ਹੋਵਾਂ ਫਿਰ ਬੋਲ ਹੀ ਨਾ ਸਕਾਂ, ਵਾਹਿਗੁਰੂ ਵਾਹਿਗੁਰੂ ਬੋਲ ਹੀ ਨਾ ਸਕਾਂ, ਆਵਾਜ਼ ਹੀ ਨਾ ਮੇਰੀ ਨਿਕਲੇ, ਸੁਰਤ ਜਿਹੜੀ ਹੈ ਮੇਰੀ ਇਹਨੂੰ ਵੱਡਾ ਕਰੋ ਸਿਮਰਨ ਨੂੰ। ਹਰ ਥਾਂ ਹਰ ਜਗ੍ਹਾ ਕੁਦਰਤ ਦੇ ਰੱਬ ਜੀ ਦੇ ਨਿਜਮਾਂ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਵੋ, ਇਹ ਰੱਬ ਦਾ ਸਿਮਰਨ ਹੈ। ਵੇਖੋ ਕਨੇਡਾ ਵਿੱਚ ਤੁਸੀਂ ਰਹਿੰਦੇ ਹੋ, ਤੁਹਾਨੂੰ ਕਨੇਡਾ ਦਾ ਕਾਨੂੰਨ ਕਦੇ ਭੁੱਲਿਆ? ਇੱਥੇ ਦੱਸੋ ਭੁੱਲਿਆ ਕਦੇ? ਕਦੇ ਨਹੀਂ ਭੁੱਲਿਆ। ਕਨੇਡਾ ਦਾ ਕਾਨੂੰਨ ਤੁਹਾਡੇ ਧਿਆਨ 'ਚ ਹੈ,
ਭਲਾ ਇਹ ਦੱਸੋ ਵੀ ਕੈਨੇਡਾ ਦਾ ਕਾਨੂੰਨ ਧਿਆਨ ਵਿੱਚ ਹੀ ਹੈ, ਜੇ ਧਿਆਨ 'ਚ ਨਾ ਹੋਵੇ ਤਾਂ ਇੱਥੇ ਬੰਦੇ ਇੱਕ ਦੂਜੇ ਨੂੰ ਮਾਰ ਦੇਣ? ਹੁਣ ਆਪਾਂ ਰੋਡ 'ਤੇ ਜਾਂਦੇ ਹਾਂ, ਗੱਡੀ ਆਪਣੇ ਆਪ ਹੀ ਲਾਈਨ 'ਚ ਚੱਲਦੀ ਹੈ, ਕਿਉਂ? ਕਿਉਂਕਿ ਕੈਨੇਡਾ ਦਾ ਕਾਨੂੰਨ ਸਾਡੇ ਧਿਆਨ 'ਚ ਹੈ। ਧਿਆਉਣਾ, ਤੂੰ ਕਾਨੂੰਨ ਨੂੰ ਧਿਆ ਰਿਹਾ, ਧਿਆਨ 'ਚ ਹੈ ਤੇਰੇ। ਇੱਥੇ ਕਿਸੇ ਵੀ ਬੀਬੀ ਦੀ ਬਾਂਹ ਫੜ ਲਏਗਾ ਜੇ ਤੇਰੇ ਘਰ ਵਾਲੀ ਨੂੰ ਨਾ ਧਿਆਉਂਦਾ ਹੋਇਆ, ਤੂੰ ਧਿਆਨ 'ਚ ਹੈ ਤੇਰੇ ਘਰ ਵਾਲੀ, ਦਿਮਾਗ 'ਚ ਹੈ, ਧਿਆਨ 'ਚ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਅਸੀਂ ਧਿਆਨ 'ਚ ਰੱਖੋ, ਯਾਦ ਰੱਖੋ। ਹੁਣ ਇੱਕ ਗੱਲ ਦੱਸੋ ਵੀ ਕੈਨੇਡਾ ਨੂੰ ਧਿਆਨ ਵਿੱਚ ਲਿਆਉਣ ਵਾਸਤੇ ਕਿੰਨੇ ਸਾਲ ਲੱਗੇ ਸੀ? ਜਿੱਦਣ ਇੱਥੇ ਆਏ ਉਦਣ ਦਾ ਹੀ ਧਿਆਨ 'ਚ ਹੈ? ਇੰਡੀਆ ਵਾਂਗੂ ਥੋੜ੍ਹਾ ਗੱਡੀ ਚਲਾਈ ਹੈ, ਇੱਕ ਦਿਨ ਨਹੀਂ ਚਲਾਈ ਇੱਥੇ, ਕਿਉਂਕਿ ਇੱਥੋਂ ਦਾ ਕਾਨੂੰਨ ਸਾਡੇ ਧਿਆਨ 'ਚ ਹੈ। ਅਤੇ ਰੱਟੇ ਲਾ ਕੇ ਦਿਮਾਗ 'ਚ ਪਾਇਆ, ਮੈਨੂੰ ਜਵਾਬ ਦਿਓ ਬਈ, ਕਿੰਨੇ ਕੁ ਰੱਟੇ ਲਾਏ ਸੀ ਤੁਸੀਂ ਵੀ ਇੱਦਾਂ ਇੱਦਾਂ ਇੱਦਾਂ? ਆਪਣੇ ਆਪ ਹੀ ਇੱਕ ਦਿਨ ਜਿੱਦਣ ਤੁਸੀਂ ਕੈਨੇਡਾ 'ਚ ਪੈਰ ਪਾਇਆ, ਉਦਣ ਦਾ ਹੀ ਕਾਨੂੰਨ ਇੱਥੋਂ ਦਾ ਧਿਆਨ 'ਚ ਆ ਗਿਆ। ਸੰਗਤ ਆ ਨਹੀਂ ਰਹੀ, ਮੇਰਾ ਖਿਆਲ ਤੁਸੀਂ ਬਾਹਰ ਹੀ ਰੋਕਤੀ। ਇਹ ਹੈ ਚੰਗਾ, ਇੱਕ ਤਰ੍ਹਾਂ ਨਾਲ ਟਕਾਅ ਬਣਿਆ, ਥੋੜ੍ਹਾ ਜਿਹਾ ਗੱਲ ਸਮਝ ਆ ਰਹੀ ਹੈ। ਜੇ ਸੰਗਤ ਆਉਣ ਲੱਗ ਗਈ ਫਿਰ ਨਹੀਂ, ਫਿਰ ਸਮਝ ਗਏ, ਪਰ ਉਹ ਬਾਹਰ ਨਾ ਨਾਰੇ ਲਾਉਣ ਲੱਗ ਜਾਣ ਵੀ ਹਾਏ ਮੱਥਾ ਨਹੀਂ ਟੇਕਣ ਦਿੰਦੇ, ਡਰ ਬਹੁਤ ਲੱਗਦਾ ਪਿਆਰੇ। ਬਸ ਫਿਰ ਠੀਕ ਹੈ, ਤੁਸੀਂ ਆਪੇ ਜਾਣੋ ਪਿਆਰਿਓ, ਤੁਸੀਂ ਜਾਣੋ, ਸੰਗਤ ਜਾਣੇ, ਤੁਹਾਡੀ ਕਮੇਟੀ ਜਾਣੇ। ਚਲੋ, ਇਹਨਾਂ ਨੇ ਭਰੋਸਾ ਦਿੱਤਾ ਹੈ, ਅੰਡਰਸਟੈਂਡ ਕਰਦੇ ਹੋਣਗੇ ਕਈ ਬੰਦੇ ਜਿਹੜੇ ਥੱਲੇ ਵੀ ਬੈਠ ਕੇ ਸੁਣਦੇ ਹੈ, ਬਾਹਰਲੇ ਪਾਸੇ ਟੈਂਟ ਵਿੱਚ ਜਾਂ ਥੱਲੇ ਜਿਹੜੇ ਬੈਠੇ ਆ। ਪਰ ਜੇ ਸਮਝ ਜਾਓ, ਸਮਝ ਜਾਈਏ ਨਾ ਭਾਈ, ਨਿੱਕੀਆਂ ਨਿੱਕੀਆਂ ਗੱਲਾਂ ਆ, ਜੇ ਸਮਝ 'ਚ ਆ ਜਾਣ ਸਾਡੇ, ਵੇਖਿਓ ਹੁਣ ਜਿਹੜਾ ਇੱਥੋਂ ਦਾ ਕਾਨੂੰਨ ਹੈ ਅਮਰੀਕਾ ਦਾ, ਕੈਨੇਡਾ ਦਾ, ਇਹਨੂੰ ਦਿਮਾਗ 'ਚ ਭਾਣ 'ਤੇ ਕਿੰਨੇ ਸਾਲ ਲੱਗੇ ਤੁਹਾਨੂੰ? ਜਿੱਦਣ ਤੁਸੀਂ ਏਅਰਪੋਰਟ ਤੋਂ ਉੱਤਰੇ ਉਦਣ ਦਾ ਹੀ ਧਿਆਨ 'ਚ, ਜਿੱਦਣ ਜਿਹੜਾ ਬੱਚਾ ਇੱਥੇ ਜੰਮਿਆ ਉਦਣ ਦਾ ਹੀ ਧਿਆਨ 'ਚ। ਹੁਣ ਘਰ ਵਾਲੀ ਧਿਆਨ 'ਚ ਹੀ ਹੈ ਨਾ, ਸਿਮਰਨ ਉਹਦਾ ਮਾਇੰਡ ਕਰਦਾ, ਸਿਮਰਨ ਕਹਿੰਦੇ ਉਹ, ਯਾਦ ਕਹਿ ਲਓ, ਚੇਤਾ ਕਹਿ ਲਓ, ਪੰਜਾਬੀ 'ਚ ਕਹੋ, ਚੇਤਾ ਹੀ ਹੈ ਘਰ ਵਾਲੀ, ਇੱਦਾਂ ਦਿਮਾਗ 'ਚ ਹੀ ਹੈ ਵੀ ਕਿਸੇ ਹੋਰ ਵੱਲ ਨਹੀਂ, ਵੀ ਹੁਣ ਘਰ ਵਾਲੀ ਦਿਮਾਗ 'ਚ ਹੈ। ਅਤੇ ਘਰ ਵਾਲੀ ਨੂੰ ਭਾਉਣ ਦਿਮਾਗ 'ਚ ਭਾਣ ਲਈ ਕਿੰਨਾ ਚਿਰ ਲੱਗਦਾ ਭਲਾ? ਕਿੰਨੇ ਸੌ ਸਾਲ ਲੱਗਦਾ, ਕਈ ਕਿੰਨੇ ਜਨਮ ਲੱਗਦੇ ਆ ਭਲਾ? ਵੇਖਿਓ, ਸੁਣੋ ਇੱਧਰ, ਜਿੱਦਣ ਕਲੀਰੇ ਜੇ ਬੰਨ ਕੇ ਇੱਦਾਂ ਨਾਲ ਆ ਕੇ ਬਹਿ ਗਈ, ਉਦਣ ਦੀ ਚੇਤਾ ਹੀ ਹੈ, ਆਖੋ ਸਤਨਾਮ। ਘਰ ਵਾਲਾ ਉਹ ਜਿੱਦਣ ਬੀਬੀ, ਉਹ ਤੁਸੀਂ ਵੀ ਜਿੱਦਣ ਦਾ ਘਰ ਵਾਲਾ ਵੇਖਿਆ ਸੀ, ਇੱਦਾਂ ਆ ਕੇ ਬੈਠੀਆਂ ਸੀ, ਆ ਅੱਜ ਤੱਕ ਚੇਤਾ। ਹੁਣ ਇਹ ਦੱਸੋ ਵੀ ਹਰੇਕ ਸਾਲ ਫਿਰ ਦੱਸੋ ਆ ਕੇ ਸਾਨੂੰ, ਹੁਣ ਮੈਨੂੰ ਇੱਥੇ ਕਹਿੰਦੇ ਭਾਈ ਸਾਹਿਬ ਗੇੜਾ ਮਾਰਦੇ ਰਿਹਾ ਕਰੋ, ਮੈਂ ਕਿਹਾ ਕਿਉਂ? ਕਹਿੰਦੇ ਫਿਰ ਭੁੱਲ ਜਾਂਦਾ ਸਾਰਾ ਕੁਛ। ਅਤੇ ਹੁਣ ਕਦੇ ਕਿਸੇ ਨੇ ਇਹ ਕਿਹਾ, ਇੱਦਾਂ ਕਿਹਾ ਬੀਬੀਆਂ ਨੇ ਵੀ ਰਿਸ਼ਤੇਦਾਰੋ ਇਕੱਠੇ ਹੋਵੋ, ਮੈਨੂੰ ਘਰ ਵਾਲਾ ਭੁੱਲ ਗਿਆ, ਮੈਨੂੰ ਫਿਰ ਦੱਸੋ ਸਾਲ ਬਾਅਦ? ਅੱਛਾ, ਤੁਸੀਂ ਕਦੇ ਕਹੋਗੇ ਕਦੇ ਵੀ ਸਾਡੀਆਂ ਕਲਾਸਾਂ ਲਾ ਕੇ ਜਾਓ ਸਾਨੂੰ ਸਮਝਾ? ਆਹ ਪਤਾ ਨਹੀਂ, ਜਦੋਂ ਅਸੀਂ ਇੱਧਰ ਨੂੰ ਤੁਰੇ ਹਾਂ ਨਾ, ਇੱਥੇ ਫਿਰ ਸਿਸਟਮ ਸ਼ੁਰੂ ਹੋ ਗਿਆ, ਰਿਸ਼ਤਾ ਬਣਿਆ ਹੀ ਨਹੀਂ, ਤਾਂ ਹੀ ਕਲਾਸਾਂ ਭਾਲਦਾ ਕਦੇ ਤੂੰ, ਮੈਨੂੰ ਕਹਿੰਦਾ ਹਰ ਸਾਲ ਆਈ ਜਾ, ਤੂੰ ਦੱਸ ਜਾ ਕੇ। ਅਸਲ 'ਚ ਇਹ ਨੁਕਤਾ ਸਾਡੇ ਪਕੜ 'ਚ ਨਹੀਂ ਆਇਆ, ਜੇ ਕਿਤੇ ਪਕੜ ਲਓ ਨਾ ਮੇਰਿਓ ਵੀਰੋ, ਭਰਾਵੋ, ਬਜ਼ੁਰਗੋ, ਭੈਣੋ, ਗੱਲ ਏਡੀ ਵੱਡੀ ਨਹੀਂ। ਗੁਰੂ ਜੀ ਕਹਿੰਦੇ ਟਾਈਮ ਥੋੜ੍ਹਾ ਲੱਗਦਾ, ਆਜ ਮਲਾਵਾ ਟਾਕੇ ਮਖੂੰਜੜੀਆਂ ਮਨੋ ਮਚਿੰਦੜੀਆਂ। ਇਹਦੇ 'ਤੇ ਕੋਈ 10 ਸਾਲ ਲੱਗਦੇ ਹੈ, 20 ਸਾਲ ਲੱਗਦੇ ਆ, ਪਰ ਸਾਡੇ 'ਤੇ ਪੰਗਾ ਇੱਥੇ ਕਹਿਣਗੇ ਐਵੇਂ ਥੋੜ੍ਹਾ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ, ਐਵੇਂ ਥੋੜ੍ਹਾ। ਹੁਣ ਸਾਡੇ ਵਰਗੇ ਬੈਠੇ ਅਸੀਂ ਤੇ ਜੀ ਟਰੱਕ ਚਲਾਉਣੇ ਨੇ, ਕਿਹੜਾ ਬੰਦਾ 12 ਸਾਲ ਸਾਧਾਂ ਕੋਲ ਲਾ ਕੇ ਆਵੇ, ਡਰ ਗਿਆ ਨਾ ਉੱਥੇ। ਉਹ ਭਾਈ 50-50 ਸਾਲ ਲੱਗ ਜਾਂਦੇ ਨੇ ਜਾ ਕੇ ਕਿਤੇ ਸਾਧੂਆਂ ਦੇ ਕਸ਼ਹਿਰੇ ਧੋਈਏ ਤਾਂ ਗੱਲ ਬਣਦੀ। ਸਾਡੇ ਵਰਗਾ ਬੰਦਾ ਘਬਰਾ ਜਾਂਦਾ, ਅਗਲਾ ਕਹਿੰਦਾ ਯਾਰ ਇਹ ਤੇ ਕੰਮ ਹੀ ਬੜਾ ਔਖਾ ਹੈ, ਪਰ ਬਾਣੀ ਕਹਿੰਦੀ ਆਜ ਮਲਾਵਾ ਤਾਂ ਕਿ ਮਕੁੰਜੜੀਆਂ ਮਨੋ ਮਚਿੰਦੜੀਆਂ। ਅੱਜ ਮਲਾਪ ਹੋ ਸਕਦਾ ਤੇਰਾ,
ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ, ਤੇ ਕਸੂਰ ਤੇਰਾ ਹੈ, ਤੇਰੀ ਅੱਖ ਦਾ ਜਿਹੜਾ ਮੋਤੀ ਹੈ ਉਹਨੂੰ ਮਾੜਾ ਜਿਹਾ ਪਰੇ ਕਰ ਲੈ ਬਸ। ਰੱਬ ਕਿੱਥੇ ਦੂਰ ਹੈ? ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਰੱਬ ਨਹੀਂ ਤੇ ਹੋਰ ਕੀ ਹੈ? ਆ ਜਿਹੜਾ ਸਾਹਮਣੇ ਹੈ ਤੈਨੂੰ ਰੱਬ ਦਿਸਦਾ ਨਹੀਂ, ਤੇਰੇ ਤੈਨੂੰ ਦਰਖਤ 'ਚ ਨਹੀਂ ਦਿਸਦਾ, ਜੇ ਦਰਖਤ 'ਚ ਜਿੱਦਣ ਨਹੀਂ ਹੁੰਦਾ ਸੜ ਜਾਂਦਾ ਹੈ, ਤੈਨੂੰ ਪੰਛੀਆਂ 'ਚ ਨਹੀਂ ਦਿਸਦਾ, ਤੈਨੂੰ ਜਾਨਵਰਾਂ 'ਚ ਨਹੀਂ ਦਿਸਦਾ, ਤੈਨੂੰ ਤੇਰੇ ਬੱਚੇ 'ਚ ਨਹੀਂ ਦਿਸਦਾ ਧੜਕਦਾ, ਤੈਨੂੰ ਤੇਰੀ ਮਾਂ 'ਚ ਨਹੀਂ ਦਿਸਦਾ, ਤੈਨੂੰ ਤੇਰੇ ਪਿਤਾ 'ਚ ਨਹੀਂ ਦਿਸਦਾ। ਮਹਾਰਾਜ ਕਹਿੰਦੇ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕੌਣ ਹੈ ਇਹ? ਤੈਨੂੰ ਕੀ ਲੱਗਦਾ ਤੇਰੀ ਮਾਂ ਬੋਲਦੀ ਹੈ? ਨਹੀਂ, ਕਿਤੇ ਨਾ ਕਿਤੇ ਪਿੱਛੇ ਰੱਬ ਹੀ ਤੇ ਬੋਲਦਾ। ਸਿਮਰਨ ਕਰ, ਸੁਰਤ ਕਰਕੇ ਕਰ ਉਹਨੂੰ ਚੇਤਾ, ਕਰ ਸਿਮਰਨ, ਆ ਯਾਦ ਕਰ, ਬੱਚੇ ਚੋਂ ਵੇਖ, ਧੀਆਂ ਚੋਂ ਵੇਖ, ਪੁੱਤਾਂ ਚੋਂ ਵੇਖ, ਮਾਂ ਚੋਂ ਵੇਖ, ਜਿਹੜੇ ਦਫ਼ਤਰ 'ਚ ਕੰਮ ਕਰਦਾ ਤੇਰੇ ਆਫਿਸਰ ਚੋਂ ਵੇਖ, ਤੇਰੇ ਮਾਲਕ ਚੋਂ ਵੇਖ। ਇੱਦਾਂ ਹੀ ਥੋੜ੍ਹਾ ਵੀ ਟਰੱਕ ਜੇ ਕੋਈ ਬੰਦਾ ਹੁਣ ਮੇਰਾ ਵੀਰ ਲਾਇਸੈਂਸ ਲੈ ਲਵੇ, ਕਿੰਨੀ ਚੰਗੀ ਗੱਲ ਹੈ, ਟਰੱਕ ਚਲਾਉਣ ਲੱਗ ਜੇ, ਹੁਣ ਤਾਂ ਲਾਇਸੈਂਸ ਮਹਿੰਗਾ ਹੀ ਬਹੁਤ ਕਰਤਾ, 5500 ਲੱਗਦਾ, ਪਹਿਲਾਂ 1200-1300 ਦਾ ਬਣ ਜਾਂਦਾ ਸੀ। ਪਹਿਲੋਂ ਮੈਂ ਸਾਰੀ ਜਾਣਕਾਰੀ ਲਈ ਹੈ, ਇਕੱਲੀ ਇਕੱਲੀ ਚੀਜ਼ ਦੀ। ਹੋ ਸਕਦਾ ਯਾਰ ਟਰੱਕ ਹੀ ਚਲਾਉਣਾ ਪੈ ਜੇ ਆਉਣ ਵਾਲੇ ਸਮੇਂ 'ਚ, ਕੀ ਪਤਾ ਜਿਹੜੇ ਹਿਸਾਬ ਨਾਲ ਮਗਰ ਪਏ ਆ ਮੇਰੇ, ਕਹਿੰਦੇ ਇਹਨੂੰ ਬੋਲਣ ਨਹੀਂ ਦੇਣਾ। ਸੁਣੋ 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 ਬਈ, ਮੈਂ ਵਿੱਚ ਵਿੱਚ ਤਾਂ ਵੀ ਮੈਨੂੰ, ਮੈਂ ਕਹਿ ਰਿਹਾ ਇਹ ਗੱਲ ਵੀ ਵੇਖੋ, ਕੋਈ ਲਾਇਸੈਂਸ ਬੱਚਾ ਸਾਡਾ ਵੀਰ ਲਾਇਸੈਂਸ ਲੈਂਦਾ ਹੈ, ਟਰੱਕ ਚਲਾਉਂਦਾ ਹੈ, ਉਹ ਕਵੇ ਯਾਰ ਜਿੰਨੇ ਮੈਨੂੰ ਟਰੱਕ ਫੜਾ ਤਾ ਆਪਣਾ, ਟਰੱਕ ਟ੍ਰੇਲਰ ਜਿਹੜਾ ਆ ਉਹਦਾ $1,00,000 ਦਾ ਟਰੱਕ ਟ੍ਰੇਲਰ ਲੈ ਕੇ ਮੈਨੂੰ ਦਿੱਤਾ, ਜੇ ਮੇਰਾ ਮਾਲਕ ਇੱਥੇ ਨਹੀਂ ਵੇਖਦਾ ਤੇ ਮੈਂ ਇਹਨੂੰ ਇੱਦਾਂ ਸੰਭਾਲਾਂ ਜਿੱਦਾਂ ਮੇਰਾ ਆਪਣਾ, ਇੱਦਾਂ ਸੰਭਾਲਾਂ, ਕਿਉਂਕਿ ਜੇ ਮੇਰਾ ਮਾਲਕ ਨਹੀਂ ਵੇਖਦਾ ਪਰ ਰੱਬ ਤੇ ਵੇਖਦਾ, ਇੱਥੋਂ ਸੁਧਰੇਗਾ ਸਾਰਾ ਕੁਛ, ਇੱਥੋਂ ਸੁਧਾਰ ਹੋਏਗਾ। ਹੁਣ ਬੰਦਾ ਟਰੱਕ ਰੋਕ ਕੇ ਕਹਿੰਦਾ ਮੈਂ ਸਿਮਰਨ ਲੱਗਾ ਜੀ ਕਰਨ, ਪਰੇ ਹਟ ਜਾਓ ਸਾਰੇ, ਮੈਂ ਨਾਮ ਲੱਗਾ ਜਪਣ, ਮੈਨੂੰ ਬਾਬਾ ਜੀ ਨੇ ਦੱਸਿਆ ਵੀ ਘੰਟਾ ਸਿਮਰਨ ਕਰਨਾ ਹੀ ਕਰਨਾ, ਟਰੱਕ ਤੁਹਾਡੇ ਇੰਨੇ ਵਧੀਆ ਹੈ ਵੀ ਭੋਰਿਆਂ ਵਰਗੇ ਟਰੱਕ ਨੇ, ਉੱਥੇ ਤੁਸੀਂ ਬੈਠ ਕੇ ਅਤੇ ਘੰਟਾ ਲਾ ਲਓ ਬਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੇਰਾ ਮੇਰਾ ਸਿਮਰਨ ਕਰ ਰਿਹਾ ਮੈਂ, ਅਤੇ ਟਰੱਕ ਟ੍ਰੇਲਰ ਕਿਤੇ ਕੋਈ ਪ੍ਰੋਬਲਮ ਪਵੇ ਤੋੜ ਕੇ ਪੁੱਠਾ ਸਿੱਧਾ ਕਰਕੇ ਅਤੇ ਅਗਲੇ ਨੂੰ ਖਿਲਾਰ ਕੇ ਚਾਬੀ ਫੜਾ ਕੇ ਨਿਕਲ ਜਾ, ਕਰਦੇ ਨਹੀਂ ਬੰਦੇ ਇੱਦਾਂ? ਕਰਦੇ ਆ, ਯਾਨੀ ਕਿ ਮਾਲਕ ਹੈ ਜਿਹੜਾ ਉਹਨੂੰ ਡਰਾਈਵਰ ਵਿੱਚੋਂ ਰੱਬ ਦਿਸੇ, ਉਹਨੂੰ ਉਹਦੇ 'ਚੋਂ ਦਿਸੇ ਵੀ ਜਿਹੜਾ ਆਹ ਬੱਚਾ ਮੇਰੇ ਕੋਲ ਆਇਆ ਕੰਮ ਮੰਗਣ ਵਾਸਤੇ ਆਇਆ, ਮੈਨੂੰ ਇਹਦੇ ਵਿੱਚੋਂ ਰੱਬ ਦਿਸੇ, ਕਿਵੇਂ ਨਾ ਸੁਧਾਰ ਹੋਏਗਾ ਸਾਡੇ ਸਾਰੇ ਸਿਸਟਮ ਦਾ। ਸਾਨੂੰ ਯਾਦ ਰਵੇ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਉਹ ਤੇ ਪ੍ਰਗਟ ਹੈ। ਸਾਨੂੰ ਸਾਡੀ ਮਾਂ 'ਚੋਂ ਦਿਸੇ, ਸਾਨੂੰ ਸਾਡੇ ਪਿਤਾ 'ਚੋਂ ਦਿਸੇ, ਸਾਡੀਆਂ ਅਸੀਂ ਉਹਨਾਂ ਵਾਸਤੇ ਕੁਛ ਕਰੀਏ। ਪਰ ਇੱਕ ਗੱਲ ਹੋਰ, ਅੱਜ ਦਿਨੇ ਵੀ ਮੈਂ ਗੱਲ ਕਰਦਾ ਸੀ, ਇਹਨਾਂ ਦੇਸ਼ਾਂ 'ਚ ਨਾ ਸੱਚੀ ਮੰਮੀ ਡੈਡੀ ਦੀ ਯਾਦ ਬੜੀ ਆਉਂਦੀ। ਜਦੋਂ ਬੱਚਾ ਹੋਣ ਵਾਲਾ ਹੋਵੇ ਫਿਰ ਫੋਨ ਕਰਨਗੇ, ਮੰਮੀ ਜੀ ਆ ਜਾਓ, ਉਹ ਸੋਚਦੇ ਨੇ ਵੀ ਯਾਰ ਇਹ ਇੰਨਾ ਪਿਆਰ ਜਾਗ ਪਿਆ ਇਹਦੇ ਅੰਦਰ, ਨਹੀਂ ਸਾਡਾ ਜੀ ਨਹੀਂ ਜੀ ਲੱਗਦਾ ਤੁਹਾਡੇ ਬਿਨਾਂ। ਹੁਣ ਉਹਨੂੰ ਪਤਾ, ਉਹਨੂੰ ਕੀ ਪਤਾ ਵੀ ਇਹਨਾਂ ਨੇ ਐਸਾ ਲੈ ਜਾਣਾ ਮੈਨੂੰ ਇੱਕ ਵਾਰੀ, ਫਿਰ ਮੁੜ ਕੇ ਨਿਆਣੇ ਆਹ ਸਾਂਭੋ ਜੀ, ਇੱਦਾਂ ਕਰੋ ਜੀ, ਇੱਦਾਂ ਕਰੋ, ਫਿਰ ਬਹੁਤ ਯਾਦ ਆਉਂਦੀ ਮੰਮੀ ਡੈਡੀ ਦੀ। ਪਿਤਾ ਜਿਹੜੇ ਹੁਣ ਅੱਜ ਕੱਲ੍ਹ ਦੇ ਬੱਚੇ ਆ, ਚਲੋ ਇਹ ਤਾਂ ਵੇਖੋ ਮੈਂ ਇੰਡੀਆ ਵਾਲਿਆਂ ਨੂੰ ਵੀ ਕਹਿੰਦਾ ਹੁੰਦਾ, ਬੜਾ ਜਿੱਦਣ ਤੂੰ ਪੜ੍ਹਾਈ ਕਰੋਗੇ ਤੁਸੀਂ, ਜਿੱਦਣ ਤੁਹਾਡੇ ਮਾਂ ਪਿਓ ਗਰੀਬ ਪਿੰਡਾਂ 'ਚ ਰਹਿਣ ਵਾਲੇ ਜਿਹੜੇ ਆ ਨਾ, ਜਿੱਦਣ ਅੰਬੈਸੀ 'ਚੋਂ ਵੀਜ਼ਾ ਲੈ ਕੇ ਆਉਂਦੇ ਆ ਨਾ ਵੀ ਸਾਡੇ ਪੁੱਤ ਨੇ ਸਾਨੂੰ ਕੈਨੇਡਾ ਸੱਦਿਆ, ਉਹ ਪੁੱਛ ਕੇ ਵੇਖੋ ਉਹਨਾਂ ਦਾ ਕਿੱਡਾ, ਉਸ ਵੇਲੇ ਕਿੰਨੇ ਹੌਸਲੇ 'ਚ ਹੁੰਦੇ ਆ ਆਪਣੇ ਪਿੰਡ ਵਿੱਚ ਵੀ ਸਾਡੇ ਬੱਚੇ ਪੜ੍ਹ ਕੇ ਕੈਨੇਡਾ ਗਏ ਹੈ, ਅੱਜ ਅਸੀਂ ਉਹਨਾਂ ਨੂੰ ਮਿਲਣ ਚੱਲੇ ਹਾਂ, ਸਾਡੇ ਬੱਚਿਆਂ ਨੇ ਡਿਗਰੀ ਲੈਣੀ ਹੈ ਅਸੀਂ ਉੱਥੇ ਚੱਲੇ ਹਾਂ, ਜ਼ਿੰਮੇਵਾਰ ਬਣੀਏ, ਆਪਣੇ ਫਰਜ਼ ਪਛਾਣੀਏ, ਅਸੀਂ ਕਿਸੇ ਵਾਸਤੇ ਕੁਝ ਕਰ ਸਕੀਏ, ਸਾਨੂੰ ਹਰੇਕ ਵਿੱਚੋਂ ਰੱਬ ਦਿਸੇ,
ਪਰਮਾਤਮਾ ਦੀਆਂ ਸ਼ਰਤਾਂ, ਕੁਦਰਤ ਦੀਆਂ ਸ਼ਰਤਾਂ, ਜਿਸ ਮਾਂ ਦੀ ਕੁੱਖੋਂ ਮੈਂ ਜੰਮਿਆ ਉਸ ਮਾਂ ਪ੍ਰਤੀ ਮੇਰਾ ਕੋਈ ਫਰਜ਼। ਜਿੱਦਣ ਮੇਰੇ ਘਰ ਬੱਚਾ ਜੰਮਦਾ ਕੋਈ, ਹੁਣ ਵੇਖਿਓ ਜਿੱਦਣ ਤੁਹਾਡੇ ਘਰ ਬੱਚਾ ਹੁੰਦਾ ਫਿਰ ਅਗਲਾ ਕੋਈ ਤੁਹਾਨੂੰ ਲੈਸਨ ਥੋੜ੍ਹਾ ਦਿੰਦਾ ਵੀ ਇਹਨੂੰ ਤੂੰ ਪਾਲਣਾ ਹੈ, ਇਹਦਾ ਖਿਆਲ ਰੱਖੀ, ਇਹਦੇ ਨਾਲ ਤੂੰ ਇੱਦਾਂ ਕਰੀ ਇੱਦਾਂ ਕਰੀ, ਇਹ ਬੱਚੇ ਨੂੰ ਤੂੰ ਪੜ੍ਹਾਉਣਾ ਹੈ, ਵੱਡਿਆਂ ਹੋ ਕੇ ਵਿਆਹਣਾ ਹੈ, ਇਹਦੀਆਂ ਇਹਦਾ ਰੋਟੀ ਦਾ ਧਿਆਨ ਰੱਖੀ, ਇਹਦੇ ਕੱਪੜਿਆਂ ਦਾ ਧਿਆਨ ਰੱਖੀ। ਬੱਚਾ ਐਂ ਨਾ ਪਿਓ ਦੇ ਹੱਥ 'ਤੇ ਧਰ ਦਿਓ, ਇੱਦਾਂ ਨਰਸ ਲਿਆ ਕੇ ਫੜਾ ਦਿੰਦੀ ਹੈ, ਸਾਰੀਆਂ ਜ਼ਿੰਮੇਵਾਰੀਆਂ ਆਪਣੇ ਆਪ ਹੀ ਸਮਝ ਵਿੱਚ, ਕਿਸੇ ਨੂੰ ਲੈਸਨ ਨਹੀਂ ਦੇਣਾ ਪੈਂਦਾ, ਸਮਝ ਹੈ ਬਸ, ਕਲਿੱਕ ਕਰ ਗਈ ਨਾ ਗੱਲ। ਪਰ ਜਿਹੜਾ ਰੱਬ ਵਾਲਾ ਨੁਕਤਾ ਹੈ, ਬੱਚੇ ਵਾਲੀ ਗੱਲ ਹਰ ਇੱਕ ਬੱਚੇ ਪਿਤਾ ਨੂੰ ਸਮਝ ਆ ਜਾਂਦੀ ਹੈ, ਵਿਆਹ ਵਾਲਾ ਸਿਸਟਮ ਘਰ ਵਾਲੀ ਆ ਕੇ ਨਾਲ ਬੈਠੀ ਸਮਝ ਆ ਜਾਂਦੀ ਹੈ, ਪਰ ਜਿਹੜਾ ਪਰਮਾਤਮਾ ਵਾਲਾ ਸਿਸਟਮ ਹੈ, ਰੱਬ ਵਾਲਾ ਕੌਨਸੈਪਟ ਹੈ, ਇਹ ਬਹੁਤ ਉਲਝਿਆ ਹੋਇਆ। ਇਹਦੇ 'ਤੇ ਇੰਨੀਆਂ ਬੁੱਕਸ ਛਪੀਆਂ ਨੇ, ਇੱਦਾਂ ਦੇ ਲੈਕਚਰ ਹੋਏ ਹੈ, ਰੱਬ ਇੱਦਾਂ, ਰੱਬ ਇੱਦਾਂ, ਰੱਬ ਇੱਦਾਂ, ਅਤੇ ਕਈ ਇੰਨੇ ਕਨਫਿਊਜ਼ ਹੋ ਗਏ ਕਹਿੰਦੇ ਨਾਸਤਕ ਹੀ ਠੀਕ ਆ, ਅਸੀਂ ਨਹੀਂ ਮੰਨਦੇ, ਉਹ ਇੱਦਾਂ ਹੋ ਗਏ। ਪਰ ਜਿਹੜੇ ਰੱਬ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਦੱਸਦੇ ਹੈ, ਉਹਨਾਂ ਨੇ ਜਿਹੜਾ ਦੱਸਿਆ, ਉਹ ਕਹਿੰਦੇ ਉਹ ਕਿਤੇ ਗਿਆ ਹੋਇਆ ਥੋੜ੍ਹਾ ਹੈ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ, ਕਹਿੰਦੇ ਨੇੜੇ ਹੀ ਖੜਾ ਹੈ, ਖੜਾ ਹੈ ਕਹਿੰਦੇ ਬਿਲਕੁਲ, ਉਹ ਤਾਂ ਇੱਥੋਂ ਦੂਰ ਥੋੜ੍ਹਾ ਹੈ, ਉਹਨੂੰ ਕੋਈ ਸੱਦਣਾ ਹੈ, ਉਹਨੂੰ ਬੁਲਾਉਣਾ ਹੈ, ਉਹਦੇ ਤਰਲੇ ਲੈਣੇ ਹੈ, ਬਸ ਤੈਨੂੰ ਤੇਰਾ ਮੋਤੀਆ ਜਿਹਾ ਪਰੇ ਕਰ ਜਿਹੜਾ ਪੜਦਾ ਹੈ, ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋ ਬੰਦਾ ਲਹਿ ਨਾ ਸਕੰਦਾ ਹੈ ਨਾਲ ਹੀ ਹੈ। ਕਹਿੰਦੇ ਪਤਾ ਪਤਾ ਕਿਉਂ ਨਹੀਂ ਲੱਗਦਾ, ਸਵਾਓ ਨਾ ਜਾਣਾ ਗੂੜਾ, ਕਹਿੰਦੇ ਸਵਾਦ ਨਹੀਂ ਆ ਰਿਹਾ, ਹੈ ਬਿਲਕੁਲ ਨਾਲ ਹੈ ਪਤਾ ਨਹੀਂ ਲੱਗ ਰਿਹਾ, ਕਿਉਂ? ਕਿਉਂਕਿ ਮਾਇਆ ਮਦਮਾਤਾ ਮਟੀਰੀਅਲਿਜ਼ਮ ਵਿੱਚ ਸੁਰਤ ਫਸ ਗਈ, ਪਦਾਰਥਵਾਦ ਵਿੱਚ ਮਟੀਰੀਅਲ ਵਿੱਚ ਕਹਿੰਦੇ ਸੁਰਤ ਫਸ ਗਈ, ਮਾਇਆ ਵਿੱਚ, ਮਾਇਆ ਮਦ ਮਾਤਾ, ਇਸੇ ਕਰਕੇ ਹੋਛੀਆਂ ਗੱਲਾਂ ਹੀ ਕਰਦਾ ਰਿਹਾ, ਹੋਛੀ ਮਾਤਾ, ਮਟੀਰੀਅਲ ਵਿੱਚ ਸੁਰਤ ਫਸਣ ਕਰਕੇ ਇੰਨੀ ਨੇੜੇ ਰੱਬ ਸੀ ਉਹਦਾ ਪਤਾ ਹੀ ਨਹੀਂ ਲੱਗ ਸਕਿਆ, ਹਾਜ਼ਰ ਸੀ ਤੇਰੇ ਬਿਲਕੁਲ ਨਾਲ ਸੀ, ਤੇਰੇ ਅੰਗ ਸੰਗ ਸੀ, ਦੂਰ ਥੋੜ੍ਹਾ ਸੀ ਸਾਡੇ ਨਾਲੋਂ। ਸਵਾਓ ਨਾ ਜਾਣਾ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ, ਭਰਮ ਹੈ ਮਨ ਵਿੱਚ, ਭੁਲੇਖਾ ਹੈ ਬਸ, ਜੇ ਉਹ ਭੁਲੇਖਾ ਕੱਢ ਦਿੱਤਾ ਜਾਵੇ ਆਜ ਮਲਾਵਾ ਸ਼ੇਖ ਫਰੀਦ, ਉਹਨੂੰ ਟਾਈਮ ਥੋੜ੍ਹਾ ਲੱਗਦਾ ਉਹਦੇ, ਅੱਜ ਹੁਣੇ ਹੀ ਜੇ ਕਲਿੱਕ ਹੋਣਾ ਹੈ ਨਾ, ਤੇ ਜਿਵੇਂ ਘਰ ਵਾਲੀ ਕੋਲ ਬੈਠੀ ਆ ਕੇ ਨਾਲ ਦੀ ਨਾਲ ਕਲਿੱਕ ਹੋ ਗਿਆ ਵੀ ਆ ਗਈ ਗੱਲ ਪਕੜ, ਨਾ ਆਈ ਤੇ ਸਾਰੀ ਜ਼ਿੰਦਗੀ ਨਾ ਆਵੇ ਭਾਵੇਂ। ਇੱਦਾਂ ਹੀ ਹੈ ਪਰਮਾਤਮਾ ਬਾਰੇ ਜੇ ਸਮਝ ਆਉਣੀ ਹੈ ਨਾ, ਤੇ ਇੱਕ ਸੈਕਿੰਡ ਵਿੱਚ ਆ ਜਾਣਾ, ਨਹੀਂ ਜਿਹਨੂੰ ਆਉਂਦੀ ਬਸ ਸਾਰੀ ਜ਼ਿੰਦਗੀ ਭਟਕਦੇ ਫਿਰੀਏ, ਪੁੱਛਦੇ ਫਿਰੀਏ, ਕਦੇ ਉਹਨੂੰ ਪੁੱਛ ਲੈ, ਕਦੇ ਉਹਨੂੰ ਪੁੱਛ ਲੈ, ਤਾਂ ਕਰਕੇ ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਕਹਿੰਦੇ ਸਮਝ ਨਹੀਂ ਆਉਂਦੀ ਗਿਆਨ ਤੋਂ ਬਿਨਾਂ, ਗੁਰ ਮਤਲਬ ਗਿਆਨ, ਅਕਲ, ਸਮਝ, ਜਦੋਂ ਉਹ ਗਿਆਨ ਮਿਲਦਾ, ਸਹੀ ਗਿਆਨ, ਸਹੀ ਡਾਇਰੈਕਸ਼ਨ ਮਿਲ ਜਾਂਦੀ ਹੈ, ਫਿਰ ਥੋੜ੍ਹਾ ਤੁਰਦੇ ਹਾਂ ਤਾਂ ਵੀ ਮੰਜ਼ਿਲ ਦੇ ਨੇੜੇ ਪਹੁੰਚਦੇ ਹਾਂ, ਥੋੜ੍ਹਾ ਜਿਹਾ ਤੁਰਦੇ ਹਾਂ ਤਾਂ ਵੀ ਮੰਜ਼ਿਲ ਦੇ ਨੇੜੇ ਨੇੜੇ ਜਾਈ ਜਾਂਦੇ ਹਾਂ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ, ਨਿਕਟ ਖੜਾ, ਉਹ ਬਿਲਕੁਲ ਨਾਲ ਹੈ, ਤੇ ਨਾਲ ਕਿੰਨਾ ਹੈ, ਉਹ ਸਾਡੇ ਅੰਦਰ ਹੈ, ਅੰਦਰ ਮਤਲਬ ਜਿਹਨੂੰ ਇੱਦਾਂ ਸਮਝ ਲਈਏ ਵੀ ਅਸੀਂ ਆਪ ਹੀ ਹਾਂ, ਆਪਣੇ ਆਪ ਤੋਂ ਦੂਰ ਚਲੇ ਗਏ ਹਾਂ, ਜਿੱਦਣ ਸਮਝ ਆਈ ਉਦਣ ਉਹ ਹੋ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਉਦਣ ਇਹ ਸਮਝ ਆਉਣੀ ਹੈ, ਉਦਣ ਸਮਝ ਆਉਣੀ ਹੈ, ਗੁਰ ਹੈ ਦਿਖਾਇਓ ਲੋਇਣਾ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਤੂੰ ਹੀ ਹੋਹੇ ਨਾ।
लो पढ़िए। तू ही मोहे ना, तू ही मोहे ना, तू ही मोहे ना, गज के समझ लै के जिंदगी जीवांगे ना प्यारिओ, ज्ञान लै के जिंदगी जीवांगे, फिर साडा नजरिया बनना। जिवें आपां पहले दवान च गल कीती सी वी नजरिया जदों है ना बंदे दा, फिर उहदा घटनावां नूं वेखणा किदां, दुखां नूं किदां वेखणा, सुखां नूं किदां वेखणा, बीमारी नूं किदां वेखणा, मौत नूं किदां वेखणा, रब नूं किदां वेखणा, इह तेरे नजरिए ते डिपेंड करदा। साडा आपो अपना नजरिया है, ते जदों गल आउणी है ना रब दी, हुण वेख्यो आपां आपो अपने नजरिए नाल वेखांगे। लो पढ़ो, एक घड़ी ना मिलते कल जुग सुणो, एक घड़ी ना मिलते तां कल जुग होता, एक घड़ी ना मिलते ता कल जुग होता, हुण कद मिलिए प्रेय तुद भगवंता, हुण कद मिलिए पढ़ो पढ़ो। एक घड़ी ना मिल
ਬਿਲਪ ਕਰੇ ਚਾਤ੍ਰਿਕ ਕੀ ਨਾਈ ਬਿਲਪ ਕਰੇ ਚਾਤ੍ਰਿਕ ਕੀ ਨਾਈ ਮੇਰਾ ਮਨ ਲੋਚਦਾ ਹੈ ਤਰਸਦਾ ਹੈ ਜਿਵੇਂ ਚਾਤ੍ਰਿਕ ਸਵੰਤੀ ਬੂੰਦ ਨੂੰ ਤਰਸਦਾ ਤੇ ਮੈਨੂੰ ਦਰਸ਼ਨ ਦੇ ਹੁਣ ਸਾਡੇ ਨਜ਼ਰੀਏ ਤੇ ਹੈ ਇਹ ਵੀ ਅਸੀਂ ਕਿਵੇਂ ਵੇਖਦੇ ਹਾਂ ਇੱਥੇ ਕਿਹੜਾ ਬੰਦਾ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦੇਣ ਕਿਹੜਾ ਕਹਿੰਦਾ ਕਲਗੀਆਂ ਵਾਲੇ ਦਰਸ਼ਨ ਦੇਣ ਕਿਹੜਾ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਦਾਰ ਹੋ ਜਾਣ ਕਿਹੜਾ ਕਹਿੰਦਾ ਬਾਬਾ ਦੀਪ ਸਿੰਘ ਦੇ ਦਰਸ਼ਨ ਹੋ ਜਾਣ ਤੇ ਕਿਹੜਾ ਕਹਿੰਦਾ ਹੈ ਗੁਣਾਂ ਦੇ ਰੂਪ ਵਿੱਚ ਤੂੰ ਮੇਰੀ ਜ਼ਿੰਦਗੀ 'ਚ ਪ੍ਰਗਟ ਹੋ ਮੈਂ ਤੇ ਸੁਣਨਾ ਪਿਆ ਮੈਂ ਤੇ ਖਾਲੀ ਹਾਂ ਕੁਆਲਿਟੀ ਆਵੇ ਮੇਰੇ 'ਚ ਤੂੰ ਮੇਰੇ ਵਿੱਚ ਹੈ ਹੀ ਹੈ ਪ੍ਰਗਟ ਹੋ ਮੈਂ ਆਪਣੇ ਆਪ ਨੂੰ ਕੁਝ ਹੋਰ ਹੀ ਸਮਝੀ ਫਿਰਦਾ ਇੱਧਰ ਧਿਆਨ ਰੱਖਿਓ ਬਈ ਉਹਨਾਂ ਨੂੰ ਆਈ ਜਾਣ ਦਿਓ ਆਪਾਂ ਇੱਧਰ ਰੱਖ ਲਓ ਧਿਆਨ ਕਿਰਪਾ ਕਰਕੇ ਵੇਖੋ ਹੁਣ ਉਹ ਜੇ ਆਪਾਂ ਕੋਸ਼ਿਸ਼ ਕਰੀਏ ਤੇ ਆਪਾਂ ਉੱਧਰ ਧਿਆਨ ਨਾ ਹੀ ਦਈਏ ਫਿਰ ਟਿਕ ਜਾਏਗਾ ਮਨ ਕਿੰਨਾ ਵਧੀਆ ਲੱਗਿਆ ਹੋਇਆ ਸੀ ਲੱਗਿਆ ਰਹਿਣ ਦਈਏ ਪਿਆਰਿਓ ਤੁਹਾਡੇ ਨਜ਼ਰੀਏ ਤੇ ਹੈ ਇਹ ਪੁਆਇੰਟ ਆਫ ਵਿਊ ਤੁਹਾਡਾ ਕਿੱਦਾਂ ਦਾ ਹੈ ਕਿੱਦਾਂ ਵੇਖਦੇ ਹੋ ਤੁਸੀਂ ਰੱਬ ਨੂੰ ਕਿੱਦਾਂ ਸਮਝਦੇ ਹੋ ਰੱਬ ਨੂੰ ਤੇ ਮੇਰਾ ਮੰਨਣਾ ਇਹ ਹੈ ਵੀ ਜਦੋਂ ਗੁਰੂ ਨਾਨਕ ਨੇ ਜਿਹੜਾ ਨਜ਼ਰੀਆ ਦਿੱਤਾ ਰੱਬ ਕਿੱਦਾਂ ਵੇਖਦੇ ਹੋ ਜੀ ਕਹਿੰਦੇ ਇੱਕ ਓਅੰਕਾਰ ਫੈਲਿਆ ਹੋਇਆ ਮੂਲ ਮੰਤਰ ਗੁਰੂ ਨਾਨਕ ਦਾ ਨਜ਼ਰੀਆ ਗੁਰੂ ਨਾਨਕ ਸਾਹਿਬ ਦਾ ਪੁਆਇੰਟ ਆਫ ਵਿਊ ਹੈ ਰੱਬ ਨੂੰ ਵੇਖਣ ਦਾ ਉਹ ਕੋਈ ਪੱਥਰ ਨਹੀਂ ਕੋਈ ਬੰਦਾ ਨਹੀਂ ਉਹ ਕੋਈ ਦੇਹ ਨਹੀਂ ਕੋਈ ਸਰੀਰ ਨਹੀਂ ਉਹਦਾ ਕੋਈ ਰੂਪ ਨਹੀਂ ਪਰ ਸਾਰੇ ਰੂਪ ਉਸੇ ਦੇ ਹੀ ਹੈ ਉਹਦਾ ਕੋਈ ਰੰਗ ਨਹੀਂ ਪਰ ਸਾਰੇ ਰੰਗ ਉਸੇ ਦੇ ਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਰੱਬ ਸਾਡੇ ਸਾਹਮਣੇ ਰੱਖਿਆ ਇੱਦਾਂ ਸਮਝੋ ਉਸ ਨਜ਼ਰੀਏ ਤੋਂ ਵੇਖੋ ਰੱਬ ਨੂੰ ਇੱਥੇ ਜਦੋਂ ਸ਼ਬਦ ਚੱਲਦਾ ਨਾ ਦਿਮਾਗ ਵਿੱਚ ਕਿਸੇ ਨੂੰ ਨਾ ਆਉਣ ਦੇ ਉਹ ਆਉਣ ਦੇ ਜਿਹੜਾ ਗੁਰੂ ਨਾਨਕ ਨੇ ਦੱਸਿਆ ਤੇ ਚੇਤਾ ਰੱਖੋ ਗੁਣਾਂ ਦੇ ਰੂਪ ਵਿੱਚ ਮਾਲਕ ਪਰਮਾਤਮਾ ਹਰੇਕ ਦੇ ਅੰਦਰ ਹੈ ਤੇ ਪ੍ਰਗਟ ਹੋ ਸਕਦਾ ਹੈ ਪ੍ਰਗਟ ਕੀਤਾ ਹੈ ਪ੍ਰਗਟ ਕਰ ਸਕਦੇ ਹਾਂ ਇੱਕਦਮ ਜਦੋਂ ਸਮਝ ਆ ਗਈ ਗਿਆਨ ਹੋ ਗਿਆ ਅਕਲ ਆ ਗਈ ਤੇ ਸਾਰੇ ਦਾ ਸਾਰਾ ਢਾਂਚਾ ਹੀ ਬਦਲ ਜਾਣਾ ਹੈ ਔਗਣ ਗੁਣ ਬਣ ਜਾਣੇ ਹੈ ਜਿਹੜਾ ਸ਼ੈਤਾਨ ਸੀ ਉਸੇ ਨੇ ਭਗਵਾਨ ਬਣ ਜਾਣਾ ਜਿਹੜਾ ਸਾਡੇ ਅੰਦਰ ਔਗਣ ਸੀ ਜਿਹੜੀਆਂ ਸਾਡੀਆਂ ਕਮੀਆਂ ਸੀ ਜਿਹੜਾ ਤੇਰਾ ਹੰਕਾਰ ਸੀ ਉਹੀ ਕੌਨਫੀਡੈਂਸ ਬਣ ਜਾਏਗਾ ਜਿਹੜਾ ਤੇਰਾ ਕਾਮ ਸੀ ਉਹੀ ਐਨਰਜੀ ਇੱਕਦਮ ਸ਼ੁੱਧ ਹੋ ਜਾਏਗੀ ਜਿਹੜਾ ਸਾਡਾ ਲੋਭ ਸੀ ਇੱਕਦਮ ਸ਼ੁੱਧ ਹੋ ਜਾਏਗਾ ਸਾਡਾ ਮੋਹ ਸਾਰੇ ਦੇ ਸਾਰੇ ਇਹ ਬਦਲ ਜਾਣਗੇ ਔਗਣਾਂ ਨੂੰ ਗੁਣ ਬਣਨ 'ਤੇ ਟਾਈਮ ਨਹੀਂ ਲੱਗਣਾ ਗਿਆਨ ਜੇ ਹੋ ਗਿਆ ਸਮਝ ਆ ਗਈ ਜੇ ਔਗਣਾਂ ਨੇ ਗੁਣ ਬਣ ਜਾਣਾ ਸਾਡੀਆਂ ਜਿਹੜੀਆਂ ਕਮੀਆਂ ਨੇ ਸਾਡੀਆਂ ਜਿਹੜੀਆਂ ਘਾਟਾਂ ਨੇ ਨਾ ਜਿਹੜੀਆਂ ਉਹੀ ਗੁਣ ਬਣ ਜਾਣੀਆਂ ਇੱਕਦਮ ਚੇਂਜ ਹੋ ਜਾਣਾ ਜੀ ਸਾਰਾ ਕੁਛ ਇੱਕਦਮ ਤਾਂ ਕਰਕੇ ਜਦੋਂ ਸ਼ਬਦ ਚੱਲਦਾ ਨਾ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਸਾਡੇ ਨਜ਼ਰੀਏ ਤੇ ਵੀ ਅਸੀਂ ਦਰਸ਼ਨ ਚ ਅਸੀਂ ਸੋਚ ਕੇ ਕੀ ਬੈਠੇ ਹਾਂ ਤੇ ਕਈ ਇੱਦਾਂ ਦੀਆਂ ਚੀਜ਼ਾਂ ਸੋਚ ਕੇ ਬੈਠ ਗਏ ਨੇ ਜਿਹੜੀਆਂ ਕਦੇ ਨਹੀਂ ਹੋਣੀਆਂ ਜਿਹੜਾ ਸਰੀਰ ਏਦਾਂ ਸਰੀਰ ਨੂੰ ਦਿਮਾਗ ਵਿੱਚ ਰੱਖਦਾ ਨਹੀਂ ਭਾਈ ਸਰੀਰ ਨੇ ਨਹੀਂ ਤੇਰਾ ਭਲਾ ਗਿਆਨ ਨੇ ਕਰਨਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੁਰਾ ਮਾਰਨ ਵਾਸਤੇ ਆਉਂਦੇ ਹੈ ਕੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਦੇਹ ਦੇ ਦਰਸ਼ਨ ਨਹੀਂ ਕੀਤੇ ਦੱਸੋ ਜੀ ਜਿਨ੍ਹਾਂ ਨੇ ਸੀਸ 'ਚ ਰੇਤਾ ਪਾਇਆ ਗੁਰੂ ਅਰਜਨ ਦੇਵ ਜੀ ਦੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਰੀਰ ਦੇ ਦਰਸ਼ਨ ਨਹੀਂ ਕੀਤੇ ਕੀਤੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਨ ਵਾਲਿਆਂ ਨੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ ਹੈ ਵੱਡੇ ਵੱਡੇ ਮਸੰਦਾਂ ਨੇ ਧੋਖਾ ਦਿੱਤਾ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਦਰਸ਼ਨ ਕੀਤੇ ਹੈ ਪਰ ਉਹ ਗਿਆਨ ਉਹ ਸਮਝ ਨਹੀਂ ਲੈ ਸਕੇ ਤਾਂ ਕਰਕੇ ਉਹ ਮੰਗਲਾ ਹੈ ਦੇਹ ਮੰਗੇਗਾ ਹੋ ਸਕਦਾ ਤੇਰੇ ਸਾਹਮਣੇ ਖੜ ਜੇ ਤੈਨੂੰ ਤਾਂ ਨਾ ਪਤਾ ਲੱਗੇ ਪਰ ਗਿਆਨ ਮੰਗੀਏ ਸਮਝ ਮੰਗੀਏ ਅਕਲ ਮੰਗੀਏ ਸਾਡੇ ਔਗਣ ਹੀ ਸਾਡੇ ਗੁਣ ਬਣ ਜਾਣ ਜਿਸ ਨਜ਼ਰੀਏ ਨਾਲ ਵੇਖੋਗੇ ਰੱਬ ਨੇ ਉਸੇ ਰੂਪ 'ਚ ਸਾਹਮਣੇ ਆਉਣਾ ਲਓ ਸੁਣੋ ਮੇਰਾ ਮਨ ਲੋਚੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ
बिलप करे चात्रिक की न्याई, बिलप करे चात्रिक की न्याई, त्रिखा ना उतरे शांत ना आवे, बिन दर्शन संत प्यारे दियो, बिन दर्शन संत प्यारे दियो, हाउ कोली दियो कोल कुमाई, गुर दर्शन संत प्यारे दियो, गुर दर्शन संत प्यारे दियो, हुण कद मिलिए प्रेम तुद भगवंता, हुण कद मिलिए प्रेम तुद भगवंता, एक घड़ी ना मिलते ता काल जुग होता, एक घड़ी ना मिलते ता काल जुग होता, तेरा मुख सुहावा जियो सहज धुन बाणी, चिर हुआ देखे सारंग पाणी, डिसिपलन च रहिंदे रहिंदे इंडिया च चले जाओ सारे डिसिपलन टुट जाण, फिर तुसी तरसो यार मैं ते बड़ा डिसिपलन च रहिंदा हुंदा सी, मुड़के भी कदे इदां हो सकदा है। जिहड़ा आपां गल करन लगे सी ना मात गर्भ मैं आपन सिमरन दे, उत्थे निजमां च रह चुके हां मां दे ढिड च, निजम बाहर आ के तोड़े आपां सारे, चिर हो गया, उदों ते असीं बाहर जांदे ही नहीं सी, जांदे किवें जा सकदे ही नहीं सी मां दे ढिड च। जिहड़ा शब्द आउंदा ना मात गर्भ मैं आपन सिमरन दे, इहदा अर्थ इह है वी उदों असीं तेरे निजमां च रहिंदे सी, हुण साडा जी करदा तेरे निजमां च चलना वा, तैनूं चेता रखना, जदों दा मैं बाहर आ गया मैं ते मर्जियां लग पिया करन, हुण मेरा जी करदा है वी कदी फिर भी होएगा इत्थे मैं तेरी बंदगी करांगा, तेरे च बंद हो जांगा, कुदरत मेरे आले दुआले रब फैलिया होया, तेरे तेरे सिस्टम च कदे हुण भी मैं बंद हो जाऊंगा, जिवें तुसीं इंडिया जाके कहो कदे फिर भी लाइन च गड्डी चला सकांगा मैं, कदे फिर भी मैं बंदे आला काम करांगा, इदां इदां समझ के वेखो तुसीं बई कद माता दे उधर विच निजमां नूं मन्निया है बच्चे ने। इत्थे साडे बंदे पिट स्यापा पा लैंदे कहिंदे जी सिमरन दे विरुद्ध है, मैनूं तुहाडे चों जवाब दिओ जिहड़ा बच्चा हिंदू मां दे ढिड च किहड़ा सिमरन करदा राम 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 राम, सिखां दा बच्चा मां दे ढिड च वाहिगुरु करदा, मुसलमानां दा बच्चा किहड़ा सिमरन करदा, सिमरन करना रब दा मतलब उहदे निजमां च रहना। आपां कहिंदे गावन तुदनो पवन पाणी बैसंतर, हुण अग किवें गाउंदी है, अग दे किहड़ी जीव है, हवा दे किहड़ी जीव है, पानी दे केड़ी जीव है, पवन ए जेड़े पवन गावन तुदनो पवन पानी बैसंतर, ए सारा कुछ तेरे निजम विच है, तेरे निजमां च रहना तेनू गाउणा है, तेरा फॉलोवर बनना है, तेरी खुशी लैनी है, कनेडा दे निजमां च रहना कनेडा दे चंगे नागरिक बनना है, इदा ही रब दे भगत बनन वास्ते रब दे निजमां च रहना ही रब दी भगती है, रब दे कानून च रहना, मैं रब दे निजमां च रहना। माता दे ढिड विच किहड़ा सिमरन कीता है उत्थे निजम फॉलो कीते सी, निजम असीं तोड़ ही नहीं सकते सी मां दे ढिड च, किदां निजम तोड़दे, जिद्दे जिद्दां दा गुथली दे विच फिट सी उवें ही बैठा रहा, आपां सारे ही उत्थे निजम मनदे रहे हां, बाहर आ के तोड़ते, जिमें जिमें वड्डे हो ही गए निजम तोड़दे गए, तेरा सिमरन तू जे तेरा चेता भुल गया, ते अज तेरा कानून सानू दोबारा याद आ जाए साडा सिमरन समझ लो फिर चालू हो गया, साडा सिमरन चले फिर चले, हर वेले असी
ਸੁਣਿਓ ਹਰ ਵੇਲੇ ਅਸੀਂ ਤੈਨੂੰ ਯਾਦ ਰੱਖੀਏ ਮੇਰੇ ਖਿਆਲ ਪਕੜ ਚਾਹੁੰਦੀ ਹੈ ਗੱਲ ਵੀਰੋ ਭਾਈਓ ਚਰ ਕਨੇਡਾ ਵਾਲਿਆਂ ਦੇ ਤੇ ਸਭ ਕੁਝ ਚ ਪਕੜ ਚਾਹੁੰਦਾ ਹੈ ਜਾਣ ਕੇ ਭਾਵੇਂ ਕਰਨ ਤੇ ਕੀ ਹੈ ਪਰ ਬਹੁਤ ਹੁਣ ਆਮ ਥੋੜ੍ਹਾ ਹੈ ਤੁਸੀਂ ਜਿਹੜੇ ਕਨੇਡਾ ਤੱਕ ਪਹੁੰਚੇ ਹੈ ਤੇਜ਼ ਹੀ ਹੈ ਦਿਮਾਗ ਸਾਰਿਆਂ ਦਾ ਇਹ ਤੇ ਨਹੀਂ ਗੱਲ ਸਮਝ 'ਚ ਨਹੀਂ ਆਉਂਦੀ ਉਹਨਾਂ ਨੂੰ ਨਹੀਂ ਅਸੀਂ ਸਮਝਾ ਸਕਦੇ ਜਿਹੜੇ ਸਮਝਣਾ ਚਾਹੁੰਦੇ ਨਹੀਂ ਉਹਨਾਂ ਦਾ ਕੀ ਕਰੀਏ ਉਹਨਾਂ ਨੂੰ ਨਹੀਂ ਸਮਝਾ ਸਕਦੇ ਪਰ ਇਕੱਲੀ ਇਕੱਲੀ ਗੱਲ ਤੁਹਾਡੇ ਸਮਝ 'ਚ ਪੈਣੀ ਚਾਹੀਦੀ ਹੈ ਸਾਰੇ ਕਿਵੇਂ ਗਾਉਂਦੇ ਹੈ ਅਸੀਂ ਕਿਵੇਂ ਗਾਉਣਾ ਹੈ ਅਸੀਂ ਰੱਬ ਦੇ ਨਿਯਮਾਂ ਦੇ ਵਿੱਚ ਰਹਿ ਕੇ ਉਹਨੂੰ ਜ਼ਿੰਦਗੀ ਜਿਉਣੀ ਹੈ ਨਿਯਮ ਫੋਲੋ ਕਰਨੇ ਹੈ ਉਹਦਾ ਕਾਨੂੰਨ ਫੋਲੋ ਕਰਨਾ ਹੈ ਰੱਬ ਦੇ ਸਿਸਟਮ ਦੇ ਵਿੱਚ ਵਿੱਚ ਰਹਿਣਾ ਬਾਹਰ ਨਹੀਂ ਜਾਣਾ ਲਓ ਜੀ ਸ਼ਬਦ ਜਿਹੜਾ ਚੱਲ ਰਿਹਾ ਨਾਲ ਨਾਲ ਫਿਰ ਪੜੋ ਤੇਰਾ ਮੁਖ ਸੁਹਾਵਾ ਜਿਉਂ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਦਿਓ ਮੇਰੇ ਸੱਜਣ ਮੀਤ ਮੁਰਾਰੇ ਇੱਕ ਮਿੰਟ ਰੁਕੋ ਇੱਕ ਮਿੰਟ ਫੇਰ ਰੁਕੋ ਹੁਣ ਜਦੋਂ ਦੇਸ਼ ਦੀ ਗੱਲ ਆਈ ਧੰਨ ਸੋ ਦੇਸ਼ ਜਹਾਂ ਤੂੰ ਹੁਣ ਤਾਂ ਨੂੰ ਮੂੰਹ ਕਰ ਲਈਏ ਵੀ ਕਿੱਥੇ ਹੈ ਦੇਸ਼ ਕਹਿੰਦੇ ਉੱਤੇ ਸੱਚਖੰਡ ਉੱਤੇ ਹੈ ਕਿਤੇ ਪਰ ਗੁਰੂ ਸਾਹਿਬ ਕਹਿੰਦੇ ਆ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਅੱਜ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਨਾ ਇੱਥੇ ਫੀਲਿੰਗ ਬਣਦੀ ਹੈ ਕਦੀ 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 ਕਿਸੇ ਕਿਸੇ ਰੱਬ ਨਾਲ ਜੁੜੇ ਹੋਏ ਨੂੰ ਮਿਲਦੇ ਹਾਂ ਤਾਂ ਇੱਦਾਂ ਲੱਗਦਾ ਉੱਥੇ ਫੀਲ ਹੁੰਦਾ ਸਾਨੂੰ ਤੇਰਾ ਦੇਸ਼ ਕਿੱਥੇ ਹੈ ਤੂੰ ਤੇ ਹਰ ਜਗ੍ਹਾ ਹੀ ਹੈ ਪਰਮਾਤਮਾ ਮਾਲਕ ਹਰ ਜਗ੍ਹਾ ਰਹਿੰਦਾ ਘੱਟ ਘੱਟ ਮੈਂ ਹਰ ਜੂ ਵਸਾ ਦੇਸ਼ ਉਹਦਾ ਸੰਤਨ ਕਹਿਓ ਪੁਕਾਰ ਕੋਈ ਥਾਂ ਐਸਾ ਨਹੀਂ ਜਿੱਥੇ ਰੱਬ ਨਹੀਂ ਪਰਮਾਤਮਾ ਬਿਨਾਂ ਕੋਈ ਥਾਂ ਨਹੀਂ ਇੱਥੇ ਲਓ ਫਿਰ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਦਿਓ ਮੇਰੇ ਸੱਜਣ ਮੀਤ ਮੁਰਾਰੇ ਦਿਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਦਿਓ ਗੁਰ ਸੱਜਣ ਮੀਤ ਮੁਰਾਰੇ ਦਿਓ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਦਿਓ ਦੇਖੇ ਗੁਰ ਦਰਬਾਰੇ ਜੀਓ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਦਿਓ ਕੋਲ ਕੁਮਾਈ ਇਸ ਸੱਚੇ ਗੁਰ ਦਰਬਾਰੇ ਦਿਓ ਇਸ ਸੱਚੇ ਗੁਰ ਦਰਬਾਰੇ ਦਿਓ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਭਗਵੰਤਾ ਇੱਕ
ਕੰਡੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਸਾਰੇ ਪੜੋ। ਇੱਕ ਕੰਡੀ ਨਾ ਮਿਲਤੇ ਪੜੋ ਪੜੋ ਤਾਂ ਕਲ ਜੁਗ ਹੋਤਾ। ਜੀ ਇੱਕ ਕੰਡੀ ਨਾ ਮਿਲਤੇ ਕਲ ਜੁਗ ਹੋਤਾ। ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਭਾਗ ਹੋਆ ਗੁਰਸੰਤ ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਜਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਦੀਓ। ਜਨ ਨਾਨਕ ਦਾਸ ਤੁਮਾਰੇ ਦੀਓ। ਕੋਲੀ ਦਿਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਦਿਓ। ਜਨ ਨਾਨਕ ਦਾਸ ਤੁਮਾਰੇ ਦਿਓ। ਹੁਣ ਕਦ ਮਿਲੀਏ ਪ੍ਰੇਮ ਤੁਧ ਭਗਵੰਤਾ। ਹੁਣ ਕਦ ਮਿਲੀਏ ਪ੍ਰੇਮ ਤੁਧ ਭਗਵੰਤਾ। ਹਾਂ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਫਿਰ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਸਾਰੇ ਬੋਲੋ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਕਲ ਜੁਗ ਕਿੱਥੇ ਹੋਏਗਾ? ਬਾਹਰ ਕਿਤੇ ਨਾ। ਬਾਣੀ ਕਹਿੰਦੀ ਹੈ ਕੱਲੀ ਕਾ ਜਨਮ ਚੰਡਾਲ ਕੇ ਘਰ ਹੋਈ। ਚੰਡਾਲ ਬੰਦਿਆਂ ਦੇ ਅੰਦਰ ਕਲਯੁਗ ਆਉਂਦਾ ਹੈ, ਬਾਹਰ ਨਹੀਂ ਕਲਯੁਗ ਆਉਂਦਾ। ਕਲਯੁਗ ਦਾ ਜਨਮ ਕਿੱਥੇ ਹੁੰਦਾ? ਕਹਿੰਦੇ ਚੰਡਾਲਾਂ ਦੇ ਅੰਦਰ ਅੰਦਰ ਆਉਂਦਾ। ਮੇਰੇ ਜਿੱਦਣ ਮੈਂ ਚੰਡਾਲ ਹੋ ਗਿਆ ਮੇਰੇ ਅੰਦਰ ਕਲਯੁਗ ਜੰਮਣਾ, ਬਾਹਰ ਨਹੀਂ ਕਲਯੁਗ। ਅਤੇ ਇਸ ਕਲਯੁਗ ਦੇ ਵਿੱਚ ਪ੍ਰਧਾਨ ਕੀ ਹੈ? ਕਲਯੁਗ ਮਹਿ ਕੀਰਤਨ ਪ੍ਰਧਾਨ। ਕੀਰਤਨ ਕੀ? ਰੱਬ ਦੀ ਕੀਰਤੀ। ਕੀਰਤਨ ਦਾ ਅਰਥ ਸਾਜਾਂ ਤੇ ਵਜਾਉਣਾ ਨਹੀਂ ਹੁੰਦਾ। ਇੱਦਾਂ ਅਸੀਂ ਸਾਜ਼ ਵਜਾਈਏ ਤੇ ਆਹ ਕੀਰਤਨ ਹੈ। ਰੱਬ ਦੀ ਕੀਰਤੀ ਮਨ ਦੇ ਤਲ ਤੇ ਸਾਰੇ ਕਰਨ, ਉਹਨੂੰ ਉਹਦੀ ਕੀਰਤੀ ਕਰਨੀ, ਯਾਦ ਕਰਨਾ ਹਰ ਵੇਲੇ ਹਰ ਜਗ੍ਹਾ ਹਰ ਥਾਂ। ਰੱਬ ਦੀ ਕੀਰਤੀ ਰੱਖਾਂਗੇ, ਪਰਮਾਤਮਾ ਨੂੰ ਯਾਦ ਰੱਖਾਂਗੇ। ਜਦੋਂ ਹੀ ਸਾਨੂੰ ਰੱਬ ਜੀ ਦੀ, ਮਾਲਕ ਜੀ ਦੀ ਕੀਰਤੀ ਕਰਨ ਲੱਗੇ, ਕਲਯੁਗ ਖਤਮ। ਤੇ ਜਦੋਂ ਅਸੀਂ ਕੀਰਤੀ ਛੱਡ ਦਿੱਤੀ ਤੇ ਕਲਯੁਗ ਨੇ ਜਨਮ ਲੈ ਲੈਣਾ, ਲੈਣਾ ਸਾਡੇ ਅੰਦਰ। ਤੇ ਕਲਯੁਗੀ ਬੰਦੇ ਹੁੰਦੇ ਆ ਜੀ ਜਗ੍ਹਾ, ਉਹ ਉਦਾਂ ਬਾਹਰ ਨਹੀਂ ਕਲਯੁਗ ਕਿਤੇ ਆਉਂਦਾ। ਕਹਿੰਦੇ ਹਰਨਾਖਸ਼ ਜਿਹੜਾ ਆ ਉਹ ਸਤਯੁਗ ਵਿੱਚ ਹੋਇਆ, ਪਰ ਕਲਯੁਗ ਤੇ ਉਹਦੇ ਅੰਦਰ ਸੀ। ਪ੍ਰਹਿਲਾਦ ਸਤਯੁਗ ਵਿੱਚ ਹੈ। ਇਸ ਕਰਕੇ ਅਸੀਂ ਸਤੋ ਗੁਣੀ ਬਣੀਏ, ਸਾਡੀ ਬਿਰਤੀ ਦੇ ਵਿੱਚ ਉਹ ਕਲਯੁਗ ਨਾ ਆਵੇ। ਮਾੜੇ ਖਿਆਲਾਂ ਦਾ ਆਉਣਾ ਇਹੀ ਕਲਯੁਗ ਹੈ। ਭੈੜੀ ਸੋਚ, ਭੈੜੇ ਖਿਆਲ, ਭੈੜੇ ਕਰਮ ਇਹੀ ਕਲਯੁਗ ਹੈ। ਇਹ ਸਾਡੇ ਅੰਦਰ ਜਨਮ ਲਏਗਾ, ਇਹਦੇ ਤੋਂ ਬਚਣਾ ਪੈਣਾ ਪਿਆਰਿਓ। ਇਹ ਅੰਦਰ ਕਦੋਂ ਆ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਤਾਂ ਕਰਕੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਪਰ ਅਰਦਾਸ ਹਮੇਸ਼ਾ ਕਰਦੇ ਰਹੀਏ ਤੇ ਤਰੀਕਾ ਹੀ ਇਹ ਹੈ। ਸਤਿਗੁਰੂ
ਕਲਯੁਗ ਮਹਿ ਕੀਰਤਨ ਪ੍ਰਦਾਨਾ ਆਪ ਤਰੇ ਲੋ ਥੋੜਾ ਜਿਹਾ ਉੱਪਰ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਹਰ ਦਰਗਾਹ ਪਤ ਸਿਉ ਜਾਏ 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 ਦਰਗਾਹ ਪਤ ਸਿਉ ਜਾਏ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਪੜੋ ਜੀ ਆਪ ਤਰੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਲਾਏ ਧਿਆਨਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਲਾਏ ਧਿਆਨਾ ਗੁਰਮੁਖ ਜਪੀਏ ਲਾਏ ਧਿਆਨਾ ਬੜੇ ਤਰੀਕਿਆਂ ਨਾਲ ਕਹਿੰਦੇ ਗਾਉਂਦੀ ਹੈ ਦੁਨੀਆ ਨਹੀਂ ਹਰ ਹਰ ਭੀਜੈ ਰਾਮ ਰਾਜ ਗਾਉਣ ਦੀ ਗੱਲ ਨਹੀਂ ਵੀ ਰਾਗਾਂ ਚ ਗਾਣਾ ਕਿਵੇਂ ਗਾਣਾ ਹੈ ਲੋੜ ਹੈ ਮਾਲਕ ਜੀ ਦੀ ਕੀਰਤੀ ਕਰਨ ਦੀ ਸੁਰਤ ਕਰਕੇ ਕੀਰਤੀ ਕਰੀਏ ਹਰ ਜਗ੍ਹਾ ਹਰ ਵੇਲੇ ਹਰ ਥਾਂ ਉਹਦੀ ਲੋੜ ਹੈ ਤਾਂ ਕਰਕੇ ਕਲਯੁਗ ਕੀ ਹੈ ਸਾਡੇ ਅੰਦਰ ਆਉਂਦਾ ਹੈ ਤੇ ਦਰਗਾਹ ਚ ਜਾਣਾ ਹੈ ਦਰਗਾਹ ਕਿੱਥੇ ਹੈ ਜੀ ਪਰਮਾਤਮਾ ਹਰ ਜਗ੍ਹਾ ਕਿ ਕਿਸੇ ਇੱਕ ਥਾਂ ਤੇ ਹੈ ਜੀ ਹਰ ਜਗ੍ਹਾ ਤੇ ਫਿਰ ਪਰਮਾਤਮਾ ਦੀ ਦਰਗਾਹ ਕਿੱਥੇ ਹੈ ਹਰ ਜਗ੍ਹਾ ਜੇ ਤੁਸੀਂ ਇਹ ਮੰਨਦੇ ਹੋ ਵੀ ਰੱਬ ਹਰੇਕ ਥਾਂ ਤੇ ਹੈ ਫਿਰ ਰੱਬ ਦੀ ਦਰਗਾਹ ਵੀ ਤੇ ਹਰੇਕ ਥਾਂ ਦੀ ਹੋਏਗੀ ਜਦੋਂ ਅਸੀਂ ਰੱਬ ਨੂੰ ਭੁੱਲ ਗਏ ਤੇ ਦਰਗਾਹ ਚੋਂ ਨਿਕਲ ਗਏ ਜਦੋਂ ਮਾਲਕ ਯਾਦ ਆ ਗਿਆ ਤੇ ਦਰਗਾਹ ਵਿੱਚ ਐਂਟਰੀ ਮਿਲ ਗਈ ਤੇ ਕਿਵੇਂ ਰੱਖੀਦਾ ਫਿਰ ਇੱਦਾਂ ਰੱਖੋ ਅੰਤਰ ਗੁਰ ਗਿਆਨ ਚੇਤਾ ਰੱਖਿਓ ਬਚਨ ਗੁਰੂ ਸਾਹਿਬ ਦੇ
ਬਚਨ ਯਾਦ ਰੱਖਿਓ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਫਿਰ ਕੀ ਹੋਏਗਾ ਸਤਿਗੁਰ ਸੇਤੀ ਰਤਿਆ ਐਂਟਰੀ ਮਿਲ ਜਾਏਗੀ ਦਰਗਹਿ ਪਾਈਏ ਠਾਉ ਇੱਥੇ ਕਿੱਥੇ ਲਿਖਿਆ ਮਰ ਕੇ ਅੱਜ ਹੁਣ ਇਸੇ ਵੇਲੇ ਜਦੋਂ ਹੀ ਫੀਲ ਬਣੇ ਫੀਲ ਕੀਤਾ ਉਹ ਫੀਲਿੰਗ ਬਣੀ ਜਿਉਂ ਹੀ ਅਸੀਂ ਇਹ ਨੁਕਤਾ ਸਮਝਿਆ ਆ ਮੈਥਡ ਆ ਜੁਗਤ ਸਤਿਗੁਰ ਦੀ ਦਿੱਤੀ ਹੋਈ ਜੁਗਤ ਸਮਝੀ ਨਾਲ ਦੀ ਨਾਲ ਦਰਗਾਹ 'ਚ ਐਂਟਰ ਹੋ ਗਏ ਤੇ ਜਿਉਂ ਹੀ ਭੁੱਲ ਗਏ ਦਰਗਾਹ 'ਚੋਂ ਨਿਕਲ ਗਏ ਤੇ ਬੜੇ ਸਿੱਖ ਐਸੇ ਨੇ ਜਿਹੜੇ ਸਾਰੀ ਜ਼ਿੰਦਗੀ ਦਰਗਾਹ 'ਚ ਹੀ ਰਹਿ ਗਏ ਨਿਕਲੇ ਹੀ ਨਹੀਂ ਹਰ ਵੇਲੇ ਹਰ ਜਗ੍ਹਾ ਦਰਗਾਹ 'ਚ ਹੀ ਰਹਿੰਦੇ ਹੈ ਜੀ ਹਰ ਵੇਲੇ ਦਰਗਾਹ 'ਚ ਹਰ ਵੇਲੇ ਹਰ ਥਾਂ ਦਰਗਾਹ 'ਚ ਰਹਿੰਦੇ ਹੈ ਤੇ ਰਹੋ ਹਰ ਜਗ੍ਹਾ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਪੈਸਣ ਪਾਈਏ ਜਦੋਂ ਅਸੀਂ ਦੁਨੀਆ ਵਿੱਚ ਵਲੰਟੀਅਰ ਬਣ ਕੇ ਕੰਮ ਕਰਾਂਗੇ ਸੇਵਾ ਕਰਾਂਗੇ ਤੇ ਦਰਗਾਹ 'ਚ ਹੀ ਆ ਫਿਰ ਤੇ ਵਲੰਟੀਅਰ ਬਣ ਕੇ ਹੁਣ ਚੰਗਾ ਪੁੱਤ ਹੈ ਜਿਹੜਾ ਮਾਂ 'ਚੋਂ ਰੱਬ ਵੇਖਦਾ ਹੈ ਪਿਤਾ 'ਚੋਂ ਰੱਬ ਵੇਖਦਾ ਹੈ ਬੱਚਿਆਂ 'ਚੋਂ ਰੱਬ ਵੇਖਦਾ ਹੈ ਬੌਸ 'ਚੋਂ ਰੱਬ ਵੇਖਦਾ ਹੈ ਮਾਲਕ 'ਚੋਂ ਰੱਬ ਵੇਖਦਾ ਹੈ ਜਿੱਥੇ ਕੰਮ ਕਰਦਾ ਉਹਨਾਂ 'ਚੋਂ ਰੱਬ ਵੇਖਦਾ ਹੈ ਆਪਣੇ ਨੌਕਰਾਂ 'ਚੋਂ ਵੀ ਰੱਬ ਵੇਖਦਾ ਹੈ ਤੇ ਉਹੋ ਜਿਹੇ ਬੰਦੇ ਨੂੰ ਤੇ ਹਰੇਕ ਬੰਦਾ ਪਿਆਰ ਕਰਦਾ ਉਹਦੇ ਤੋਂ ਜਾਨਾਂ ਵਾਰਦੇ ਆ ਸਾਰੇ ਵਲੰਟੀਅਰ ਬਣ ਕੇ ਜਿਹੜੇ ਸੇਵਾਦਾਰ ਬਣ ਕੇ ਜਿਹੜੇ ਹਰ ਜਗ੍ਹਾ ਸੇਵਾ ਕਰਦੇ ਹੋ ਤੇ ਹਰ ਵੇਲੇ ਹੀ ਦਰਗਾਹ 'ਚ ਰਹਿੰਦੇ ਆ ਮਾਂ ਕਹਿੰਦੀ ਤੇਰੇ ਵਰਗਾ ਪੁੱਤ ਰੱਬ ਹਰੇਕ ਨੂੰ ਦੇਵੇ ਘਰ ਵਾਲੀ ਕਹਿੰਦੀ ਤੇਰੇ ਵਰਗਾ ਘਰ ਵਾਲਾ ਰੱਬ ਸਭ ਨੂੰ ਦੇਵੇ ਬੱਚੇ ਕਹਿੰਦੇ ਤੇਰੇ ਵਰਗਾ ਪਿਤਾ ਸਾਨੂੰ ਹਰੇਕ ਜਨਮ 'ਚ ਮਿਲੇ ਹਰ ਵੇਲੇ ਜਿਹੜੇ ਬੰਦੇ ਇੱਦਾਂ ਕੰਮ ਕਰਦੇ ਹੋ ਤੇ ਹਰ ਵੇਲੇ ਦਰਗਾਹ 'ਚ ਸਦਾ ਹੀ ਦਰਗਾਹ 'ਚ ਰਹੋ ਭਾਈ ਪਰਮਾਤਮਾ ਹਰ ਜਗ੍ਹਾ ਹੈ ਤੇ ਪਰਮਾਤਮਾ ਦੀ ਦਰਗਾਹ ਵੀ ਹਰ ਜਗ੍ਹਾ ਹੀ ਹੈ ਤਾਂ ਕਰਕੇ ਇਦਾਂ ਦੇ ਜਿਹੜੇ ਹੁਣ ਵੇਖੋ ਗੁਰਬਾਣੀ ਦੇ ਇੰਨੇ ਪਿਆਰੇ ਪਿਆਰੇ ਨੁਕਤੇ ਸਾਡੀ ਸੁਰਤ ਵਿੱਚ ਆ ਜਾਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਧਿਆਈਏ ਇਹਨਾਂ ਸ਼ਬਦਾਂ ਦੀ ਅਸੀਂ ਪ੍ਰੈਕਟਿਸ ਕਰੀਏ ਧਿਆਈਏ ਮਤਲਬ ਚੇਤਾ ਰੱਖੀਏ ਫੇਰਦੇ ਰਹੀਏ ਆਪਣੇ ਅੰਦਰ ਵੀ ਗੁਰੂ ਜੀ ਇੱਦਾਂ ਕਹਿੰਦੇ ਬਾਣੀ ਵਿੱਚ ਗੁਰੂ ਸਾਹਿਬ ਨੇ ਇੱਦਾਂ ਕਿਹਾ ਇੱਦਾਂ ਕਿਹਾ ਤੇ ਵੇਖੋ ਫਿਰ ਕਿੱਦਾਂ ਦਾ ਸਿੱਖ ਬਣੇਗਾ ਕਿੱਦਾਂ ਦੀ ਘਾੜਤ ਘੜੀ ਜਾਏਗੀ ਹਰ ਵੇਲੇ ਹਰ ਥਾਂ ਪਰਮਾਤਮਾ ਨੂੰ ਵੇਖਣ ਵਾਲਾ ਬੰਦਾ ਕਿਸੇ ਨਾਲ ਧੋਖਾ ਨਹੀਂ ਕਿਸੇ ਨਾਲ ਠੱਗੀ ਨਹੀਂ ਕਿਸੇ ਨਾਲ ਬੇਈਮਾਨੀ ਨਹੀਂ ਕਿਹੜੀਆਂ ਗੱਲਾਂ ਕਰਦੇ ਹਾਂ ਵੀ ਯਹੂਦੀ ਕੌਮ ਇੱਕ ਨੰਬਰ 'ਤੇ ਚੱਲੇਗੀ ਇੱਕ ਨੰਬਰ 'ਤੇ ਅਸੀਂ ਜਾਵਾਂਗੇ ਗਿਆਨ ਨੂੰ ਗੁਰੂ ਕਹਿਣ ਵਾਲੇ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਹੈ ਸਿੱਖ ਕੌਮ ਇੱਦਾਂ ਦਾ ਸਿਸਟਮ ਸਾਡੇ ਦਿਮਾਗ 'ਚ ਆਵੇ ਸਾਡੇ ਬੱਚਿਆਂ ਦੇ 'ਚ ਆਵੇ ਆਹ ਸਿਧਾੜੀਆਂ ਕੇਸ ਰੱਖ ਕੇ ਕਿੱਥੇ ਪਹੁੰਚ ਸਕਦੇ ਹਾਂ ਅਗਲਾ ਕਹਿੰਦਾ ਇਹ ਬੰਦੇ ਨਾਲ ਗੱਲ ਕਰੋ ਇਹ ਬੇਈਮਾਨ ਨਹੀਂ ਹੋ ਸਕਦਾ ਇਹਨੇ ਨਾਲ ਗੱਲ ਕਰੋ ਇਹ ਨਹੀਂ ਠੱਗੀ ਮਾਰ ਸਕਦਾ ਤੇ ਮੈਂ ਪਰਸੋਂ ਤੁਹਾਨੂੰ ਕਿਹਾ ਹੀ ਸੀ ਅਗਲਾ ਤਰਸੇ ਵੀ ਸਿੱਖ ਕਿੱਥੇ ਰਹਿੰਦੇ ਆ ਕਹਿੰਦੇ ਇੱਥੇ 8-10 ਘਰ ਸਿੱਖਾਂ ਦੇ ਕਹਿੰਦੇ ਇੱਥੇ ਮੈਨੂੰ ਘਰ ਮਿਲ ਜੇ ਗੋਰਾ ਕਵੇ ਪਰ ਹੁਣ ਕੀ ਕਹਿੰਦੇ ਆ ਮੈਂ ਤੁਹਾਨੂੰ ਪਰਸੋਂ ਵੀ ਕਿਹਾ ਸੀ ਨਾ ਮੈਨੂੰ ਬੜੇ ਚਾਅ ਨਾਲ ਦੱਸਣਗੇ ਜਿੱਥੇ 5-7 ਪੰਜਾਬੀ ਘਰ ਬਣਾ ਲੈਣ ਸਾਰੇ ਹੀ ਗੋਰੇ ਛੱਡ ਜਾਂਦੇ ਨੇ ਇਹ ਬਹਾਦਰੀ ਵਾਲੀ ਗੱਲ ਹੈ ਕਿਤੇ ਅਗਲਾ ਤੇ ਤਰਸੇ ਵੀ ਕਿਤੇ ਤੂੰ ਕੰਮ ਤੇ ਲੱਗ ਜਾਏ ਨਾ ਸਿੱਖਾ ਤੁਸੀਂ ਤੇ ਕਮਾਲ ਦੇ ਬੰਦੇ ਹੁੰਦੇ ਹੋ ਤੁਹਾਡੇ ਵਰਗਾ ਵਲੰਟੀਅਰ ਨਹੀਂ ਲੱਭਦਾ ਤੁਸੀਂ ਤੇ ਹਰ ਹੁਣ ਆਹ ਟਕਨੀਕ ਜਿਹੜੀ ਹੈ ਗੁਰਬਾਣੀ ਦੀ ਜੁਗਤ ਜਿਹੜੀ ਹੈ ਸਾਡੀ ਪ੍ਰੈਕਟੀਕਲਿਟੀ ਵਿੱਚ ਆਵੇ ਸਾਡੀ ਲਾਈਫ ਵਿੱਚ ਆਵੇ ਤੇ ਗੱਲ ਬਣ ਜਾਏ ਪਰ ਸਿੱਖੀ ਨੂੰ ਕਿਹੜੇ ਪਾਸੇ ਲੈ ਗਏ ਮੰਤਰਾਂ ਵਾਲੇ ਪਾਸੇ ਸਿੱਖੀ ਨੂੰ ਕਿਹੜੇ ਪਾਸੇ ਲੈ ਗਏ ਅਸੀਂ ਬਿਜ਼ਨਸ ਬਣਾ ਲਿਆ ਧੰਦਾ ਬਣਾ ਲਿਆ ਲੋਕੀ ਕੈਨੇਡਾ 'ਚ ਬੈਠੇ ਆ ਪਾਠ ਇਹਨਾਂ ਦਾ ਇੰਡੀਆ 'ਚ ਚੱਲਦਾ ਭਾਈ ਇੱਥੇ ਬੈਠਿਆਂ ਨੂੰ ਕਿਵੇਂ ਕਹਿੰਦੇ ਜੀ ਬਸ ਬਾਬਾ ਜੀ ਨੇ ਕਿਹਾ ਸੀ $100-$200 ਲੱਗਦਾ ਹੈ ਖੰਡ ਪਾਠ ਹੋ ਜਾਂਦਾ ਹਰੇਕ ਮਹੀਨੇ $200 ਭੇਜੀ ਚੱਲੋ ਖੰਡ ਪਾਠ ਕਰਾਈ ਚੱਲੋ ਤੂੰ ਪਾਠ ਸੁਣਿਆ ਤੂੰ ਬਾਣੀ ਸੁਣੀ ਜਦੋਂ ਤੂੰ ਕੋਲ ਨਹੀਂ ਸੀ ਤੂੰ ਪਾਠ ਸੁਣਿਆ ਨਹੀਂ ਸੀ ਤੂੰ ਬਾਣੀ ਸੁਣੀ ਨਹੀਂ ਸੀ ਉਹਦਾ ਫਾਇਦਾ ਕਿਵੇਂ ਹੋਏਗਾ ਤੇਰੇ ਥਾਂ 'ਤੇ ਕੋਈ ਰੋਟੀ ਖਾ ਸਕਦਾ ਹੈ ਨਾ ਜੀ ਤੇਰੇ ਥਾਂ 'ਤੇ ਕੋਈ ਹੋਰ ਸੌਂ ਸਕਦਾ ਹੈ ਨਾ ਜੀ ਫਿਰ ਤੇਰੇ ਥਾਂ 'ਤੇ ਪਾਠ ਕੋਈ ਕਿਵੇਂ ਕਰ ਸਕਦਾ ਹੈ
ਪਰ ਧੰਦੇ ਬਣ ਗਏ ਨਾ ਸਾਡੇ ਵਿੱਚ, ਤੇ ਧੰਦਿਆਂ ਵਾਲੇ ਹੀ ਜਿਹੜੇ ਬੰਦੇ ਹੈ ਉਹ ਅੱਜ ਚੀਕਾਂ ਮਾਰਦੇ ਆ, ਜਿਨ੍ਹਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਉਹ ਚੀਕਾਂ ਮਾਰਦੇ, ਤੇ ਅੱਜ ਸਾਡੇ 'ਚ ਬੰਦੇ ਇੱਦਾਂ ਦੇ ਹੈ ਨਹੀਂ। ਇੱਥੇ ਬੈਠੇ ਦੋ ਦੋ $200 ਭੇਜ ਦਿੱਤਾ ਅਖੰਡਪਾਠ ਸਾਹਿਬ ਹੋ ਗਿਆ, $200 ਕਿੰਨੀ ਕੁ ਵੱਡੀ ਗੱਲ ਹੁੰਦੀ, ਜਿਹੜਾ ਬੰਦਾ 5000 ਕਮਾਉਂਦਾ ਹੈ ਤੇ $200 ਭੇਜ ਕੇ ਅਖੰਡਪਾਠ ਕਰਾ ਲੈਂਦਾ, ਬੜਾ ਸੌਖਾ ਹੈ, ਧੰਦਾ ਬਣ ਗਿਆ। ਪਰ ਗੁਰੂ ਸਾਹਿਬ ਨੇ ਇੱਦਾਂ ਬਣਾਇਆ ਸੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਇਸ ਕਰਕੇ ਦਿੱਤੇ ਹੈ ਵੀ ਤੁਸੀਂ ਸਿੱਖੋ ਧੰਦੇ ਚਲਾ ਲਿਓ ਆਪਣੇ, ਤੁਸੀਂ ਆਪਣੇ ਆਪ ਇੱਥੇ ਖੁਸ਼ ਹੋਏ ਫਿਰਿਓ ਵੀ ਹਾਂਜੀ ਸਾਡੇ ਤੇ ਉੱਥੇ ਪਾਠ ਹੋਈ ਜਾਂਦੇ ਆ। ਨਹੀਂ ਭਾਈ, ਇਦਾਂ ਦਾ ਕੁਛ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਸਾਡੇ ਸਾਡੀ ਜ਼ਿੰਦਗੀ 'ਚ ਚਾਨਣ ਲਿਆਉਣ ਵਾਸਤੇ ਹੈ, ਸਾਡੀ ਜ਼ਿੰਦਗੀ 'ਚ ਰੋਸ਼ਨੀ ਆਵੇ। ਤੇ ਮੈਂ ਇੰਡੀਆ 'ਚ ਵੀ ਬਹੁਤ ਵਾਰ ਪੁੱਛਦਾ ਹੁੰਦਾ ਵੀ ਤੁਹਾਡੇ ਥਾਂ 'ਤੇ ਕੋਈ ਹੁਣ ਸਾਡੇ ਵਰਗਿਆਂ ਨੂੰ ਘਰ ਸੱਦ ਲਓ, ਸਾਡੇ ਵਰਗਿਆਂ ਨੂੰ ਘਰ ਸੱਦ ਲਓ ਤੇ ਰੋਟੀ ਪਾਣੀ ਖਵਾ ਕੇ ਤੇ ਸਾਨੂੰ ਵਧੀਆ ਵਧੀਆ ਪ੍ਰਸ਼ਾਦਾ ਛਕਾਓ ਤੇ ਅਸੀਂ ਅਰਦਾਸ ਕਰ ਦਈਏ ਵੀ ਸੱਚੇ ਪਾਤਸ਼ਾਹ ਅਸੀਂ ਰੋਟੀ ਖਾ ਲਈ ਹੈ ਤੇ ਢਿੱਡ ਪਰਿਵਾਰ ਦਾ ਭਰ ਜਾ, ਘਰ ਵਾਲਿਆਂ ਨੇ ਰੋਟੀ ਨਹੀਂ ਖਾਧੀ, ਸਾਡੇ ਅਰਦਾਸ ਕਰਨ ਤੇ ਢਿੱਡ ਭਰ ਸਕਦਾ? ਜੇ ਰੋਟੀ ਨਾ ਖਾਓਗੇ ਤੇ ਤੁਹਾਡਾ ਢਿੱਡ ਕਿੱਦਾਂ ਭਰੇਗਾ? ਮੇਰੇ ਰੋਟੀ ਖਾਣ ਨਾਲ, ਮੇਰੇ ਜਥੇ ਦੇ ਰੋਟੀ ਖਾਣ ਨਾਲ ਤੁਹਾਡਾ ਢਿੱਡ ਕਿੱਦਾਂ ਭਰ ਜਾਏਗਾ? ਇਸੇ ਤਰ੍ਹਾਂ ਸਾਡੇ ਪਾਠ ਕਰਨ ਨਾਲ, ਪਾਠੀਆਂ ਦੇ ਪਾਠ ਕਰਨ ਨਾਲ ਤੁਹਾਨੂੰ ਫਲ ਕਿੱਦਾਂ ਮਿਲ ਜਾਏਗਾ? ਮੈਂ ਤੁਹਾਨੂੰ ਪੁੱਛਦਾ ਜੀ, ਸਾਡੇ ਜਥੇ ਦੇ ਰੋਟੀ ਖਾਣ ਨਾਲ ਤੁਹਾਡਾ ਢਿੱਡ ਭਰ ਜਾਏਗਾ? ਘਰ ਜਾ ਕੇ ਖਵਾਓ ਜੇ, ਦੱਸੋ ਜੀ। ਤੇ ਜੇ $100 ਦੇ ਦਿਓ ਨਾਲ ਫਿਰ ਭਰ ਜਾਏਗਾ? $1000 ਦੇ ਦਿਓ ਤੇ ਜਦੋਂ ਮੈਂ ਪੁੱਛਦਾ ਵੀ ਪਾਠ ਤੇ ਤੂੰ ਆਪ ਕੀਤਾ ਨਹੀਂ, ਬਾਣੀ ਪੜ੍ਹੀ ਨਹੀਂ, ਸਹਿਜ ਪਾਠ ਆਪ ਕਰਦਾ, ਉੱਥੇ ਪਾਠ ਤੇਰਾ ਚੱਲਦਾ ਹੈ, ਉਹ ਤੈਨੂੰ ਕਿਵੇਂ ਲੱਗ ਜਾਏਗਾ? ਅੱਗੋਂ ਕਹਿਣਗੇ $200 ਦਿੱਤਾ, ਆਖੋ ਸਤਨਾਮ। ਜੇ $200 ਦੇ ਕੇ ਮੇਰੀ ਖਾਧੀ ਰੋਟੀ ਤੇਰਾ ਢਿੱਡ ਨਹੀਂ ਭਰਦੀ, ਤੇ $200 ਦੇ ਕੇ ਮੇਰਾ ਕੀਤਾ ਪਾਠ ਤੈਨੂੰ ਕਿਵੇਂ ਲੱਗੇਗਾ? $500 ਦੇ ਕੇ ਤੁਸੀਂ ਮੇਰਾ ਕੀਤਾ ਪਾਠ ਤੁਹਾਡੇ ਤੱਕ ਕਿਵੇਂ ਪਹੁੰਚ ਜਾਏਗਾ? ਇਸ ਕਰਕੇ ਅਸੀਂ ਧੰਦਾ, ਸੁਣੋ ਪਿਆਰਿਓ, ਇਸ ਕਰਕੇ ਅਸੀਂ ਧੰਦਾ ਨਾ ਬਣਾਈਏ। ਇੰਨੀ ਸੋਹਣੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ, ਇੰਨੇ ਪਿਆਰੇ ਪਿਆਰੇ ਬਚਨ ਗੁਰੂ ਸਾਹਿਬ ਦੇ, ਇੰਨੀ ਸੋਹਣੀ ਸੋਚ, ਕਿੱਦਾਂ ਦੀ ਮੈਂਟੈਲਿਟੀ ਬਣ ਸਕਦੀ ਹੈ, ਕਿੱਦਾਂ ਦੀ ਬੰਦੇ ਦੀ ਮਾਇੰਡ ਦੀ ਘਾੜਤ ਘੜੀ ਜਾ ਸਕਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਈਏ। ਪਰ ਜੇ ਕਿਤੇ ਅੱਜ ਕਲਗੀਆਂ ਵਾਲੇ ਆ ਜਾਣ, ਉਹਨਾਂ ਨੂੰ ਦੱਸੀਏ ਵੀ ਵੇਖੋ ਮਹਾਰਾਜ ਸਿੱਖੀ ਦਾ ਹਾਲ ਵੇਖੋ, ਅੱਜ ਕੀ ਅੱਜ ਸੱਚੇ ਪਾਤਸ਼ਾਹ ਹਾਲ ਵੇਖੋ, ਧੰਦੇ ਬਣ ਗਏ ਧੰਦੇ, ਅੱਜ ਸੁਣਨ ਸਮਝਣ ਦੀ ਗੱਲ ਨਹੀਂ ਰਹੀ, ਅੱਜ ਤੇ ਬਾਣੀ ਨੂੰ ਦਿਖਾਇਆ ਜਾ ਰਿਹਾ ਹੈ, ਸੁਣਾਇਆ ਨਹੀਂ ਜਾ ਰਿਹਾ, ਗੁਰਬਾਣੀ ਨੂੰ ਵਿਖਾਇਆ, ਸਤਿਗੁਰੂ ਸਮਝਣ ਦਾ ਵਿਸ਼ਾ ਹੈ, ਇੱਥੇ ਵੇਖਣ ਦਾ ਵਿਸ਼ਾ ਬਣਾਇਆ ਹੋਇਆ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਸੱਚਾ ਗਿਆਨ ਹੈ, ਜਿਹੜਾ ਸੱਚਾ ਗਿਆਨ ਸਮਝਣ ਦਾ, ਲੈਣ ਦਾ ਵਿਸ਼ਾ ਹੁੰਦਾ ਹੈ, ਵੇਖਣ ਦਾ ਵਿਸ਼ਾ ਬਣ ਗਿਆ। ਜੇ ਅੱਜ ਆ ਕੇ ਵੇਖੋ ਨਾ ਇੱਥੇ, ਕੋਈ ਨਹੀਂ ਉਹ ਉਸ ਵੇਲੇ ਦਾ ਜਿਹੜਾ ਸਮਾਂ ਵੇਖਦੇ ਹਾਂ ਸਤਿਗੁਰੂ ਜੀ ਦੇ ਵੇਲੇ, ਕਿੱਦਾਂ ਦੇ ਗੁਰੂ ਦੇ ਸਿੱਖ ਪੈਦਾ ਹੁੰਦੇ ਸੀ, ਹੁਣੇ ਕਿੱਥੋਂ ਹੈ ਉਹ ਸਾਰਾ ਕੁਛ ਹੀ ਭੁੱਲ ਗਿਆ। ਵੈਸੇ ਨਾ ਜਦੋਂ ਨਾ ਸੱਚੀ ਜਦੋਂ ਸੰਗਤ ਟਿਕ ਜਾਂਦੀ ਬਾਹਰ ਸੀ, ਉਦੋਂ ਬੜਾ ਟਕਾ ਜਿਹਾ ਬਣ ਗਿਆ ਸੀ, ਹੁਣ ਫਿਰ ਉਵੇਂ ਹੋ ਗਿਆ ਕੰਮ, ਇੱਕ ਤਾਂ ਖੜਕਾ ਜਿਹਾ ਹੁੰਦਾ ਰਹਿੰਦਾ, ਦੂਜਾ ਫਿਰ ਸਾਰੇ ਆਲੇ ਦੁਆਲੇ ਵੇਖੀ ਜਾਂਦੇ ਆ। ਚਲੋ ਕੋਈ ਨਹੀਂ ਭਾਈ, ਜਿਵੇਂ ਵੀ ਹੈ, ਹੁਣ ਆਪਾਂ ਇਹ ਨਹੀਂ ਮੈਂ ਕਹਿ ਸਕਦਾ ਬਈ ਤੁਸੀਂ ਹੁਣ ਬਾਹਰ ਹੀ ਰੋਕ ਕੇ ਰੱਖੋ, ਮੱਥਾ ਤੇ ਸਾਰਿਆਂ ਨੇ ਟੇਕਣਾ ਹੀ ਹੈ, ਨਮਸਕਾਰ ਤੇ ਕਰਨੀ ਹੋਈ ਹੈ। ਪਰ ਇੰਡੀਆ ਵਿੱਚ ਤੁਹਾਨੂੰ ਪਤਾ ਬੜਾ ਇਸ ਗੱਲ ਦਾ ਸੌਖਾ ਹੈ ਕੰਮ, ਉੱਥੇ 8:30 ਵਜੇ ਦੀਵਾਨ 8 ਵਜੇ ਸ਼ੁਰੂ ਕਰੀਦਾ, 9 ਵਜੇ ਨੂੰ ਸਾਰੇ ਟਿਕ ਕੇ ਬਹਿ ਜਾਂਦੇ, ਫਿਰ 11-12 ਵਜੇ ਤੱਕ ਇੱਕ ਵੀ ਇੱਧਰ ਉੱਧਰ ਨਹੀਂ ਕੋਈ ਵੇਖਦਾ, ਬੜਾ ਟਕਾ ਬਣਿਆ। ਪਰ ਸੰਗਤ ਚਲੋ ਲੇਟ ਵੀ ਹੈ ਸਾਰੇ, ਆਪਾਂ ਇੱਕ ਇਕੱਲੇ ਨੇ ਮੱਥਾ ਟੇਕਣਾ ਹੁੰਦਾ, ਉੱਥੇ 10-10 ਲਾਈਨਾਂ ਲੱਗ ਕੇ ਮੱਥਾ ਟਿਕ ਜਾਂਦਾ ਫਟਾਫਟ, ਜਲਦੀ ਜਲਦੀ ਸਾਰੇ ਬੈਠ ਜਾਂਦੇ ਆ। ਆਓ ਸੱਚੇ ਪਾਤਸ਼ਾਹ ਕਿਤੇ ਵੇਖੋ ਅੱਜ ਸਿੱਖੀ ਦਾ ਹਾਲ ਕੀ ਹੈ। ਆ ਕਵਿਤਾ ਸੁਣਦੇ ਹਾਂ, ਚਲੋ ਕਵਿਤਾ ਦੇ ਵਿੱਚ ਜਦੋਂ ਸ਼ਬਦ ਪੜ੍ਹਦੇ ਹਾਂ, ਕਵਿਤਾ ਪੜ੍ਹਦੇ ਹਾਂ, ਫਿਰ ਉਦੋਂ ਗੱਲਬਾਤ ਵਿੱਚ ਥੋੜ੍ਹੀ ਜਿਹੀ ਇੰਟਰਸਟ ਵੇਲੇ, ਜਦੋਂ ਇਹਦੇ 'ਚ ਇੰਟਰਸਟ ਜ਼ਿਆਦਾ ਚਾਹੀਦਾ ਹੁੰਦਾ, ਜਦੋਂ ਕਵਿਤਾ ਚੱਲਦੀ ਹੋਵੇ ਉਦੋਂ ਫਿਰ
ਇੰਨਾ ਫਰਕ ਨਹੀਂ ਪੈਂਦਾ। ਲਓ ਨਮਸਕਾਰ ਕਰਾਈ ਚੱਲੋ, ਜਿਹੜੇ ਹੈ ਨੇ ਹੁਣ ਬਾਹਰ ਨਮਸਕਾਰ ਕਰੀ ਜਾਣ। ਆ ਸੁਣੋ ਕਵਿਤਾ, ਇੱਧਰ ਧਿਆਨ ਰੱਖਿਓ, ਹੁਣ ਆਪਾਂ ਧਿਆਨ ਇੱਧਰ ਰੱਖਿਓ, ਹਾਜ਼ਰ ਰਹੋ ਬਈ। ਹੇ ਮੇਰੇ ਸੱਚੇ ਪਾਤਸ਼ਾਹ, ਹਾਲ ਵੇਖੋ ਅੱਜ ਸਿੱਖੀ ਦਾ, ਕਿੱਦਾਂ ਦੇ ਬਣਾਏ ਸੀ ਤੇ ਕਿੱਦਾਂ ਦੇ ਅਸੀਂ ਬਣ ਗਏ, ਤੁਸੀਂ ਕਿੱਦਾਂ ਦੇ ਸਜਾਏ ਸੀ, ਕਿੱਦਾਂ ਦੇ ਰਹਿ ਗਏ ਅੱਜ ਅਸੀਂ। ਲਓ ਆਓ ਆਪਾਂ ਸੁਣੀਏ। ਦੇਖਿਓ ਦਸ਼ਮੇਸ਼ ਪਿਤਾ, ਦੇਖਿਓ ਦਸ਼ਮੇਸ਼ ਪਿਤਾ, ਕੀ ਸਿੱਖੀ ਦਾ ਹਾਲ ਬਣਾਇਆ, ਕੀ ਸਿੱਖੀ ਦਾ ਹਾਲ ਬਣਾਇਆ, ਦੇਖਿਓ ਦਸ਼ਮੇਸ਼ ਪਿਤਾ, ਨਲੂਏ ਜੇ ਦਿਸਦੇ ਨਾ, ਨਾ ਕੋਈ ਦਿਸਦਾ ਤੇਰਾ ਬੰਦਾ, ਕੋਈ ਕਿਸੇ ਜਥੇਬੰਦੀ ਦਾ ਸਿੱਖ ਹੈ, ਕੋਈ ਕਿਸੇ ਜਥੇਬੰਦੀ ਦਾ, ਕੋਈ ਨਾਨਕ ਸਰ ਦਾ ਸਿੱਖ ਬਣ ਗਿਆ, ਕੋਈ ਟਕਸਾਲ ਦਾ ਸਿੱਖ ਬਣ ਗਿਆ, ਕੋਈ ਖੰਡ ਕੀਰਤਨੀਆਂ ਦਾ ਹੀ ਸਿੱਖ ਬਣ ਗਿਆ, ਕੋਈ ਨਿਹੰਗਾਂ ਦਾ ਹੀ ਸਿੱਖ ਬਣ ਗਿਆ, ਤੇਰਾ ਬੰਦਾ ਕਿਹੜਾ ਰਹਿ ਗਿਆ ਇੱਥੇ। ਜਿਹੜਾ ਜਿਹੜੀ ਜਥੇਬੰਦੀ ਚਲੇ ਗਿਆ, ਆਪੋ ਆਪਣੇ ਪੰਜ ਪਿਆਰੇ, ਆਪੋ ਆਪਣੀ ਮਰਿਆਦਾ, ਆਪੋ ਆਪਣੇ ਬਾਟੇ ਵੰਡੇ ਗਏ ਨਾ, ਤੇਰਾ ਸਿੱਖ ਕਿਹੜਾ ਇੱਥੇ ਅੱਜ। ਲਓ ਸੁਣੋ ਦੁਆਰਾ, ਨਲੂਏ ਜੇ ਦਿਸਦੇ ਨਾ, ਨਾ ਕੋਈ ਦਿਸਦਾ ਤੇਰਾ ਬੰਦਾ, ਧਰਮੀ ਅਖਬਾਰ ਬਦੀਆਂ ਵਿੱਚ ਰੁੜ ਗਏ ਹਾਂ ਦਾਤਿਆ, ਬਦੀਆਂ ਵਿੱਚ ਰੁੜ ਗਏ ਹਾਂ, ਉਹ ਨਾ ਬਣੇ ਜੋ ਤੂੰ ਚਾਹਿਆ, ਉਹ ਨਾ ਬਣੇ ਜੋ ਤੂੰ ਚਾਹਿਆ, ਦੇਖਿਓ ਦਸ਼ਮੇਸ਼ ਪਿਤਾ, ਦੇਖਿਓ ਦਿਸਦਾ ਸੱਚ ਚਾਰੇ ਪਾਸੇ, ਸਾਰੀਆਂ ਕੂੜ ਦੀਆਂ ਨੇ ਹੱਡੀਆਂ, ਖਾ ਲੈ ਪੁੱਤਰ
ਬਣ ਗਏ ਪੁੱਤ ਮੁਗਲਾਂ ਦੇ ਦਾਤਿਆ ਬਣ ਗਏ ਪੁੱਤ ਮੁਗਲਾਂ ਦੇ ਮਾਂ ਸਾਹਿਬ ਨੂੰ ਦਿਲੋਂ ਬੁਲਾਇਆ ਮਾਂ ਸਾਹਿਬ ਨੂੰ ਦਿਲੋਂ ਬੁਲਾਇਆ ਦੇਖਿਓ ਦਸ਼ਮੇਸ਼ ਪਿਤਾ ਦੇਖਿਓ ਦਸ਼ਮੇਸ਼ ਪਿਤਾ ਇੱਕ ਗੱਲ ਦੇਖੇ ਮੈਂ ਕਮਾ ਅੱਜ ਮੈਨੂੰ ਕੁਛ ਨੌਜਵਾਨ ਮਿਲੇ ਸੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਹੋਣੀ ਵੀ ਗੱਲ ਕਰਦੇ ਸੀ ਪ੍ਰਧਾਨ ਨੇ ਜਿਹੜੇ ਕਿ ਇੱਥੇ ਵੀ ਇਹ ਬੜੀ ਬਿਮਾਰੀ ਇੰਗਲੈਂਡ ਵਿੱਚ ਪਹਿਲਾਂ ਬਹੁਤ ਸੀ ਯੂਰਪ ਵਿੱਚ ਕਿ ਸਿੱਖਾਂ ਦੀਆਂ ਬੱਚੀਆਂ ਕਈ ਮੁਸਲਮਾਨਾਂ ਨਾਲ ਵਿਆਹ ਕਰਾ ਰਹੀਆਂ ਸੀ ਬੜੇ ਤਰੀਕੇ ਨਾਲ ਉਹ ਬ੍ਰੇਨ ਵਾਸ਼ ਕਰਦੇ ਸੀ ਇੱਦਾਂ ਦੇ ਬੜੇ ਹੈਪਨ ਹੋਏ ਆ ਅਤੇ ਇੱਥੇ ਵੀ ਅੱਜ ਮੈਨੂੰ ਕਈ ਗੱਲਾਂ ਇੱਦਾਂ ਦੀਆਂ ਨੌਜਵਾਨਾਂ ਨੇ ਦੱਸੀਆਂ ਕਿ ਕਈ ਬੱਚੀਆਂ ਦੇ ਬ੍ਰੇਨ ਵਾਸ਼ ਕਰਕੇ ਲੜਕੀਆਂ ਜਿਹੜੀਆਂ ਸਿੱਖਾਂ ਦੀਆਂ ਆਈਆਂ ਇੱਕ ਇੱਦਾਂ ਦੀ ਵੀ ਬੱਚੀ ਦੀ ਗੱਲ ਚੱਲੀ ਦੱਸੀ ਵੀ ਜਿਹੜੀ ਅੰਮ੍ਰਿਤਧਾਰੀ ਸੀ ਦਸਤਾਰਧਾਰੀ ਵੀ ਸੀ ਪਰ ਹੌਲੀ ਹੌਲੀ ਉਹ ਆਪਣੇ ਦੋਸਤਾਂ ਨਾਲ ਆਪਣੀਆਂ ਫਰੈਂਡਾਂ ਨਾਲ ਗੱਲ ਕਰਨੀ ਛੱਡਤੀ ਉਹਨੇ ਉਸ ਤੋਂ ਬਾਅਦ ਹੌਲੀ ਹੌਲੀ ਪਿਓ ਨਾਲ ਵੀ ਹੁਣ ਸਿਰਫ ਮਾਂ ਨਾਲ ਮਾੜੀ ਮੋਟੀ ਗੱਲ ਕਰਦੀ ਹੈ ਉਰਦੂ ਉਹਨੇ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਐਸਾ ਬ੍ਰੇਨ ਵਾਸ਼ ਹੋਇਆ ਵੀ ਕਨਫਿਊਜ਼ ਹੋ ਗਈ ਕਕਾਰ ਲਾਤ 'ਤੇ ਸਿੱਖੀ ਛੱਡ ਦਿੱਤੀ ਹੌਲੀ ਹੌਲੀ ਉਹਦਾ ਮਾਇੰਡ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਉਸ ਪਾਸੇ ਜਾ ਰਿਹਾ ਅਤੇ ਇੱਦਾਂ ਦੀ ਬਿਮਾਰੀ ਇੱਥੇ ਨਹੀਂ ਆਉਣੀ ਚਾਹੀਦੀ ਸਾਨੂੰ ਬਹੁਤ ਅਵੇਅਰ ਹੋ ਕੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਪੈਣਾ ਜਿਹੜੇ ਤੁਹਾਡੇ ਦੋਸਤ ਮਿੱਤਰ ਆਲੇ ਦੁਆਲੇ ਮਾੜਾ ਜਿਹਾ ਉਹਨਾਂ ਵੱਲ ਧਿਆਨ ਜ਼ਰੂਰ ਰੱਖੋ ਜਿਹਨੇ ਤੁਹਾਡੇ ਸਰਕਲ ਵਿੱਚ ਨੇ ਤੁਹਾਡੇ ਫਰੈਂਡ ਨੇ ਤੁਹਾਡੇ ਦੋਸਤ ਮਿੱਤਰ ਨੇ ਆਜ਼ਾਦੀ ਇੱਥੇ ਹਰੇਕ ਨੂੰ ਹੈ ਹਰ ਬੰਦੇ ਨੂੰ ਫਰੀਡਮ ਹੋਣੀ ਚਾਹੀਦੀ ਹੈ ਗੱਲ ਤਾਂ ਠੀਕ ਹੈ ਆਜ਼ਾਦ ਹੈ ਪਰ ਇਹ ਨਾ ਹੋਵੇ ਜਿਵੇਂ ਕੋਈ ਟਿਸ਼ੂ ਚੁੱਕ ਕੇ ਅਸੀਂ ਅਤੇ ਪੂੰਝ ਕੇ ਸਿੱਟ ਦਿੰਦੇ ਹਾਂ ਇੱਦਾਂ ਨਾ ਹੋਵੇ ਹੋਣਾ ਇੱਦਾਂ ਦਾ ਹਾਲ ਹੈ ਜਿਹੜੇ ਬੰਦੇ ਇੱਦਾਂ ਦੇ ਚੱਕਰਾਂ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਫਸ ਜਾਣੀਆਂ ਬੜੇ ਬੁਰੇ ਤਰੀਕੇ ਨਾਲ ਇਹਨਾਂ ਲੋਕਾਂ ਨੇ ਵਰਤ ਕੇ ਅਤੇ ਸਿੱਟ ਦੇਣੀ ਹੈ ਔਰ ਇਹ ਹੈਪਨ ਬਹੁਤ ਜ਼ਿਆਦਾ ਹੋਏ ਹੈ ਇੰਗਲੈਂਡ ਵਗੈਰਾ ਉੱਧਰ ਬਹੁਤ ਹੋਏ ਹੈ ਪਰ ਹੁਣ ਕੰਟਰੋਲ ਹੋਇਆ ਅਤੇ ਇਹ ਨਾ ਹੋਵੇ ਕਿ ਸਾਡੇ ਇੱਥੇ ਬੱਚੇ ਭੋਲੇ ਵੀ ਹੈ ਭਲੇ ਮਾਨਸ ਹੈ ਬੱਚੇ ਉਮਰਾਂ ਛੋਟੀਆਂ ਹੈ ਅਤੇ ਇਹੋ ਜਿਹੇ ਚੱਕਰ ਵਿੱਚ ਕੋਈ ਸਾਡਾ ਨਿਆਣਾ ਜੇ ਕੋਈ ਫਸ ਰਿਹਾ ਹੋਵੇ ਤੁਹਾਡਾ ਦੋਸਤ ਮਿੱਤਰ ਅਤੇ ਉਹਨੂੰ ਕੋਸ਼ਿਸ਼ ਕਰੋ ਕਿ ਜਦੋਂ ਹੀ ਪਤਾ ਲੱਗੇ ਉਹਨੂੰ ਕੱਢੋ ਇਹੋ ਜਿਹਾ ਚੱਕਰ ਇੱਥੇ ਨਹੀਂ ਆਉਣਾ ਚਾਹੀਦਾ ਕਿਉਂ ਜਿਵੇਂ ਤੁਸੀਂ ਸੁਣਿਆ ਹੈ ਵੀ ਉਹ ਅੱਜ ਲਾਜ ਉਹ ਇੱਜ਼ਤ ਕਿੱਦਾਂ ਵੇਖੋ ਅੱਜ ਜਿਹੜੀਆਂ ਧੀਆਂ ਬਾਹਰ ਵਿਦੇਸ਼ਾਂ 'ਚ ਪੜ੍ਹਨ ਆਈਆਂ ਹੈ ਸੱਚੀ ਆਪਣੇ ਪਿਤਾ ਦੀ ਪੱਗ ਨਾਲ ਲੈ ਕੇ ਆਈਆਂ ਪਿਤਾ ਨੇ ਪੱਗ ਦੇ ਕੇ ਭੇਜਿਆ ਐਡਾ ਵੱਡਾ ਜਿਗਰਾ ਕੱਢਣਾ ਵੀ ਧੀ ਨੂੰ ਕਨੇਡਾ ਵਰਗੇ ਜਿਹੜੇ ਸਾਡੇ ਪੰਜਾਬੀ ਸਾਡੀ ਮੈਂਟੈਲਿਟੀ ਤਾਂ ਇੱਦਾਂ ਦੀ ਹੈ ਸਾਡੇ ਤਾਂ ਅਗਲਾ ਬਾਹਰ ਤੱਕ ਨਹੀਂ ਭੇਜਦਾ ਕਿਸੇ ਰਿਸ਼ਤੇਦਾਰੀ 'ਚ ਆਪਣੇ ਨਾਨਕੇ ਨਹੀਂ ਧੀਆਂ ਨੂੰ ਲੋਕ ਭੇਜਦੇ ਰਹੇ ਅੱਜ ਤੋਂ 20 ਸਾਲ ਪਹਿਲਾਂ ਪਰ ਅੱਜ ਕਨੇਡਾ ਵਰਗੇ ਦੇਸ਼ਾਂ ਵਿੱਚ ਅਸੀਂ ਆਪਣੀਆਂ ਧੀਆਂ ਨੂੰ ਭੇਜਿਆ ਉਹ ਆਪਣੇ ਪੈਰਾਂ 'ਤੇ ਖੜੀਆਂ ਹੋਣ ਅੱਗੇ ਤੋਂ ਅੱਗੇ ਵਧਣ ਆਪਣੇ ਮਾਪਿਆਂ ਨੂੰ ਬੁਲਾਉਣ ਪਰ ਇਹ ਜ਼ਰੂਰ ਉਹ ਧੀਆਂ ਚੇਤਾ ਰੱਖਣ ਕਿ ਪਿਤਾ ਦੀ ਪੱਗ ਉਹਨਾਂ ਦੇ ਹੱਥ ਵਿੱਚ ਹੈ ਉਹ ਨਾਲ ਲੈ ਕੇ ਆਈਆਂ ਕੁਛ ਵੀ ਐਸਾ ਨਾ ਹੋ ਜਾਏ ਕਿਤੇ ਇੱਥੇ ਕਿ ਅਸੀਂ ਕਲੰਕ ਲਵਾ ਲਈਏ ਆਪਣੇ ਉੱਤੇ ਵੀ ਖਿਆਲ ਰੱਖਣਾ ਪੈਣਾ ਜਿੰਨੇ ਨੌਜਵਾਨ ਵੀਰ ਆਏ ਹੈ ਚਾਹੀਦਾ ਇੱਥੋਂ ਦੇ ਵਸਨੀਕ ਵੀ ਨੇ ਜਿਹੜੇ ਇੱਦਾਂ ਗਲਵੱਕੜੀ ਇੱਦਾਂ ਰੱਖੋ ਉਹਨਾਂ ਨੂੰ ਵੀ ਚਾਹੀਦਾ ਪਰ ਸਟੂਡੈਂਟ ਜਿਹੜੇ ਬੱਚੇ ਆਏ ਹੈ ਉਹਨਾਂ ਨੂੰ ਵੀ ਚਾਹੀਦਾ ਇਹਨਾਂ ਕੰਟਰੀਆਂ ਦਾ ਜੋ ਮਾਹੌਲ ਹੈ ਉਹ ਖਰਾਬ ਨਾ ਹੋਵੇ ਇੱਥੇ ਆ ਕੇ ਅਸੀਂ ਇੱਦਾਂ ਦੇ ਕੰਮ ਨਾ ਕਰੀਏ ਵੀ ਜਿਹਦੇ ਕਰਕੇ ਸਾਡੀ ਬਦਨਾਮੀ ਹੋਵੇ ਇੱਥੋਂ ਦੇ ਪੁਰਾਣੇ ਪੰਜਾਬੀ ਜਿਹੜੇ ਰਹਿੰਦੇ ਹੈ ਉਹਨਾਂ ਦਾ ਵੀ ਫਰਜ਼ ਬਣਦਾ ਆਏ ਸਟੂਡੈਂਟਾਂ ਨੂੰ ਆਏ ਆਪਣੀ ਕਮਿਊਨਿਟੀ ਨੂੰ ਸਾਂਭੋ ਕੋਸ਼ਿਸ਼ ਕਰੋ ਆਪਣੇ ਭੈਣਾਂ ਭਰਾਵਾਂ ਦੀ ਹੈਲਪ ਕਰੀਏ ਪਰ ਜਿਹੜੇ ਬੱਚੇ ਆ ਰਹੇ ਹੈ ਉਹ ਵੀ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ
ਵੀ ਇਹ ਕੰਟਰੀ ਦਾ ਮਾਹੌਲ ਇੱਥੋਂ ਦਾ ਸਿਸਟਮ ਖਰਾਬ ਨਾ ਹੋਵੇ। ਉਹ ਚਮੂਤਰਿਆਂ ਤੇ ਬਹਿ ਕੇ ਨਾ ਸ਼ਾਮ ਨੂੰ ਉਹ ਚਮੂਤਰੇ ਤੇ ਜਿੱਦਾਂ ਬਾਹਰ ਜਗ੍ਹਾ ਖਾਲੀ ਹੈ ਉਹਦੇ ਤੇ ਬਹਿ ਕੇ ਬੋਤਲ ਰੱਖ ਕੇ ਚਾਰ ਜਣੇ ਲਾ ਕੇ ਸਪੀਕਰ ਤੇ ਉੱਚੀ ਆਵਾਜ਼ ਵਿੱਚ ਗਾਣੇ ਵੀਕਐਂਡ ਤੇ ਇਦਾਂ ਜੇ ਚੱਲਣਗੇ, ਮੈਨੂੰ ਮਾਫ ਕਰਨਾ ਜੀ ਮੈਂ ਇਹ ਵੇਖਿਆ ਤੇ ਮੈਨੂੰ ਸੱਚੀ ਸ਼ਰਮ ਆਈ। ਮੈਂ ਕਿਹਾ ਜੇ ਇਦਾਂ ਅਸੀਂ ਕਰਾਂਗੇ ਤੇ ਬੜੀ ਬਦਨਾਮੀ ਹੋਏਗੀ ਸਾਡੀ। ਆਹ ਕੁਛ ਜੇ ਅਸੀਂ ਇੱਥੇ ਕਰਾਂਗੇ ਤਾਂ ਕਰਕੇ ਮੈਂ ਆਉਣ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ, ਸਟੂਡੈਂਟਾਂ ਨੂੰ ਵੀ ਤੇ ਇੱਥੋਂ ਦੇ ਵਸਨੀਕਾਂ ਨੂੰ ਵੀ ਕਹਿਣਾ ਚਾਹੁੰਦਾ, ਕੈਨੇਡਾ ਦੇ ਵਸਨੀਕਾਂ ਨੂੰ ਕਿ ਬਹੁਤ ਸੋਹਣੇ ਰਾਹ ਖੁੱਲ੍ਹੇ ਆ ਬੱਚਿਆਂ ਵਾਸਤੇ, ਜਿੰਨੀ ਕਿਸੇ ਦੀ ਹੈਲਪ ਕਰ ਸਕਦੇ ਹੋ ਕਰੋ, ਜਿੰਨਾ ਕਿਸੇ ਨੂੰ ਸੈਟਲ ਕਰ ਸਕਦੇ ਹੋ ਕਰੋ, ਜੋਬਾਂ ਦੇ ਸਕਦੇ ਹੋ ਨੌਕਰੀਆਂ ਦੇ ਸਕਦੇ ਹੋ ਕਿਸੇ ਦੀ ਸਿਫਾਰਿਸ਼ ਕਰ ਸਕਦੇ ਹੋ ਜ਼ਰੂਰ ਕਰੋ। ਜੇ ਇਹ ਬਾਕੀ ਰਹੀ, ਜੇ ਤੁਸੀਂ ਇਹ ਹੱਕ ਲੈਣਾ ਚਾਹੁੰਦੇ ਹੋ ਕਿ ਜਿਹੜੇ ਸਟੂਡੈਂਟ ਨੇ ਉਹ ਜੇ ਹੱਕ ਲੈਣਾ ਚਾਹੁੰਦੇ ਆ ਨਾ ਵੀ ਸਾਨੂੰ ਪੁਰਾਣੇ ਪੰਜਾਬੀ ਇੱਦਾਂ ਬੱਚਿਆਂ ਵਾਂਗੂ ਰੱਖਣ, ਧੀਆਂ ਪੁੱਤਰਾਂ ਵਾਂਗੂ ਰੱਖਣ, ਤੇ ਮੈਂ ਆਉਣ ਵਾਲੇ ਸਟੂਡੈਂਟਾਂ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਫਿਰ ਬੱਚਿਆਂ ਵਾਲੀ ਜ਼ਿੰਮੇਵਾਰੀ ਵੀ ਨਿਭਾਉਣ। ਜੇ ਹੱਕ ਚਾਹੁੰਦੇ ਹੋ ਤੇ ਜ਼ਿੰਮੇਵਾਰੀ ਵੀ ਨਿਭਾਉਣੀ ਪਏਗੀ ਇਸ ਕੰਟਰੀ 'ਚ ਆ ਕੇ। ਜੇ ਇਹ ਪੰਜਾਬੀ ਬੱਚਿਆਂ ਵਾਂਗੂ ਰੱਖਣ ਤੇ ਹੱਕ ਅਸੀਂ ਜ਼ਿੰਮੇਵਾਰੀ ਵੀ ਨਿਭਾਈਏ। ਤੇ ਤੁਹਾਨੂੰ ਮੇਰੀ ਬੇਨਤੀ ਪੰਜਾਬੀਆਂ ਨੂੰ ਇਹੋ ਹੀ ਹੈ, ਪੁਰਾਣੇ ਜਿਹੜੇ ਹੈ ਵੀ ਆਪਾਂ ਕੋਸ਼ਿਸ਼ ਕਰੀਏ, ਦਿਲ ਦਿਮਾਗ ਆਪਣੇ ਵੱਡੇ ਕਰੀਏ। ਇਹ ਇੱਦਾਂ ਨਾ ਸਾਡਾ ਨਾ ਸੁਭਾਅ ਹੈ ਇੱਦਾਂ ਦਾ। ਚਲੋ ਫਿਰ ਆਪਾਂ ਕੋਸ਼ਿਸ਼ ਕਰਾਂਗੇ, ਗੱਲ ਫਿਰ ਕਰ ਲਾਂਗੇ ਕਿਉਂਕਿ ਸਮਾਂ ਆ ਸੁਣੋ ਪਹਿਲਾਂ ਗੱਲ ਜਿਹੜੀ ਆਪਾਂ ਸੁਣ ਰਹੇ ਸੀ ਇਹਨੂੰ ਦੁਬਾਰਾ ਆ ਜਿਹੜੀ ਲਾਸਟ ਲਾਈਨਾਂ ਸੁਣੀਆਂ ਨਾ ਇਹਨੂੰ ਦੋ ਪਹਿਰੇ ਹਾਂ ਆ ਪੜ੍ਹੋ ਜਿਹੜਾ ਪੜ੍ਹਿਆ ਸੀ ਦੁਬਾਰਾ ਫਿਰ ਦਿਸਦਾ ਸੱਚ ਚਾਰੇ ਪਾਸੇ ਦਿਸਦਾ ਨਾ ਸੱਚ ਦਿਸਦਾ ਸੱਚ ਚਾਰੇ ਪਾਸੇ ਕੂੜਦੀਆਂ ਨੇ ਹੱਡੀਆਂ ਦਿਸਦਾ ਨਾ ਸੱਚ ਦਿਸਦਾ ਨਾ ਸੱਚ ਚਾਰੇ ਪਾਸੇ ਬਣ ਗਏ ਪੁੱਤ ਮੁਗਲਾਂ ਦੇ ਦਾਤਿਆ ਬਣ ਗਏ ਪੁੱਤ ਮੁਗਲਾਂ ਦੇ ਮਾਂ ਸਾਹਿਬ ਨੂੰ ਦਿਲੋਂ ਬੁਲਾਇਆ ਸਾਹਿਬ ਨੂੰ ਦਿਲੋਂ ਬੁਲਾਇਆ ਦੇਖਿਓ ਦਸ਼ਮੇਸ਼ ਪਿਤਾ ਦੇਖਿਓ ਦਸ਼ਮੇਸ਼ ਪਿਤਾ ਜਾਤਾ ਸਾਡਾ ਖੇੜਾ। ਕੈਨੇਡਾ ਵਿੱਚ ਜਾਤ ਹੈ ਕਿ ਨਹੀਂ ਹੈ? ਇੱਥੇ ਜਾਤ ਪਾਤ ਹੈ? ਬੋਲੋ ਜਰਾ ਗੱਜ ਕੇ ਬਈ। ਤੇ ਆਪਾਂ ਲੈ ਕੇ ਆਉਣੀ ਹੈ ਕਿ ਨਹੀਂ? ਇੱਥੇ ਲੈ ਆਉਂਦੀ ਹੈ ਨਾਲ ਹੀ। ਤੇ ਜਿੰਨੇ ਜਿਹੜੇ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਗੁਰਦੁਆਰੇ ਤੇ ਹੁਣ ਵੀ ਬਣਨ ਲੱਗ ਪਏ ਹੈ,
ਪਰ ਆਪੋ ਆਪਣੀਆਂ ਜਾਤਾਂ ਦੇ ਆਪੋ ਆਪਣੇ ਟੈਂਪਲ ਗੁਰਦੁਆਰੇ ਬਣਨਗੇ। ਇਹ ਰਾਮਗੜੀਆ ਟੈਂਪਲ, ਆ ਜੱਟਾਂ ਦਾ ਟੈਂਪਲ, ਆ ਇਹ ਰਮਦਾਸੀਆਂ ਦਾ ਟੈਂਪਲ ਬਣੇਗਾ। ਇੱਦਾਂ ਬਣੇਗਾ ਨਾ, ਹੁਣ ਬਣ ਰਿਹਾ ਹੈ ਨਾ। ਇਹ ਕੰਟਰੀ 'ਚ ਜਾਤ ਹੈ ਸੀ, ਲੈ ਆਉਂਦੀ ਆਪਾਂ ਨਾਲ ਹੀ ਚੁੱਕੀ ਫਿਰਦੇ ਸਾਰਾ ਕੁਛ। ਇਹੀ ਤਾਂ ਖਲਾਰਾ ਕੱਢਣਾ ਸੀ ਅਸੀਂ। ਅਸੀਂ ਇਹਨਾਂ ਕੰਟਰੀਆਂ ਵੱਲ ਵੇਖ ਕੇ ਆਪਣੀ ਕੰਟਰੀ ਦਾ ਗੰਦ ਕੱਢਣਾ ਸੀ, ਖਲਾਰਾ ਕੱਢਣਾ ਸੀ ਵਿੱਚ। ਪਰ ਅਸੀਂ ਕੀ ਕੀਤਾ, ਅਸੀਂ ਉੱਥੋਂ ਇੱਥੇ ਲੈ ਆਏ ਚੁੱਕ ਕੇ। ਇਹ ਉਹ ਕੂੜਾ ਹੈ, ਇਹ ਉਹ ਕੂੜਾ ਹੈ ਜਿਹੜਾ ਇੱਥੇ ਇੱਥੇ ਆਉਂਦਾ ਹੈ, ਇੱਥੇ ਆਉਂਦਾ। ਇਹ ਕੂੜਾ ਇੱਥੇ ਲੈ ਕੇ ਆਇਆ ਸੀ, ਇਹ ਬੈਗਾਂ 'ਚ ਪਾ ਕੇ ਨਹੀਂ ਆਉਂਦਾ, ਇੱਥੇ ਆਉਂਦਾ ਹੈ। ਅਤੇ ਮੇਰੀ ਬੇਨਤੀ ਹੈ ਜੀ, ਔਖਾ ਬਹੁਤ ਹੁੰਦਾ ਹੈ, ਜੱਟ ਜੱਟ ਪੂਣਾ ਛੱਡ ਦਿਓ ਇੱਥੇ ਆ ਕੇ, ਅਤੇ ਰਮਦਾਸੀਆ ਰਮਦਾਸ ਪੂਣਾ ਛੱਡ ਦਿਓ, ਅਤੇ ਜਿਹੜਾ ਇੱਥੇ ਰਾਮਗੜੀ ਹੈ ਰਾਮਗੜੀ ਹੈ ਪੂਣਾ ਛੱਡ ਦਿਓ। ਇੱਥੇ ਬਸ ਤੁਸੀਂ ਇੱਥੋਂ ਦੇ ਵਸਨੀਕ ਹੋ ਕੇ ਰਹੋ, ਸਿੱਖ ਬਣ ਕੇ ਰਹੋ, ਨਾਗਰਿਕ ਇੱਥੋਂ ਦੇ ਚੰਗੇ ਬਣ ਕੇ ਰਹੋ, ਇੱਥੇ ਚੀਜ਼ਾਂ ਨਾ ਕਰੇ, ਕੋਸ਼ਿਸ਼ ਕਰੋ ਪਿਆਰਿਓ। ਹੱਥ ਜੋੜ ਕੇ ਬੇਨਤੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਉਹੀ ਕੁਛ ਫਿਰ ਇੱਥੇ ਕਲੇਸ਼ ਪੈ ਜਾਣਾ, ਉਹੀ ਲੜਾਈਆਂ ਉਹੀ ਝਗੜੇ ਜਿਹੜੇ ਸਾਡੇ 'ਚ ਨੇ ਅੱਜ। ਇਹਦੇ 'ਤੇ ਲੀਡਰੀ ਕਰਦੇ ਆ ਸਾਡੇ ਲੀਡਰ, ਇਹ ਮਨੂਵਾਦੀ ਸੋਚ ਹੈ, ਵੰਡੇ ਹੋਏ ਹਾਂ ਆਪਾਂ। ਇਹ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ, ਇੱਥੇ ਸਿਰਫ ਸਿੱਖ ਹੈ ਅਤੇ ਸਿੱਖ ਹੋਵੇ। ਇਹ ਕੂੜਾ ਕਰਕਟ ਨਾ ਲੈ ਕੇ ਆਇਓ, ਲੈ ਆਉਂਦਾ ਜੀ ਬਹੁਤ ਬੁਰੀ ਤਰ੍ਹਾਂ ਲੈ ਆਉਂਦਾ, ਪਰ ਕੋਸ਼ਿਸ਼ ਕਰੋ ਪਿਆਰ। ਲਓ ਫਿਰ ਸੁਣੋ, ਜਾਤਾ ਵਾਲੇ ਰੌਣਿਆ ਨੇ ਸਾਥੋਂ ਖੋਲਿਆ ਸਾਡਾ ਖੇੜਾ, ਧੜਿਆ ਦੇ ਵਿੱਚ ਵੰਡ ਹੋ ਗਏ, ਅੰਮ੍ਰਿਤ ਵੀ ਦਾਤਾ ਵੰਡ ਲਿਆ ਤੇਰਾ, ਸਾਧਾਂ ਦਿਆਂ ਡੇਰਿਆਂ ਨੇ ਦਾਤਿਆ, ਸਾਧਾਂ ਦਿਆਂ ਡੇਰਿਆਂ ਨੇ ਭਰਮਾਂ ਵਿੱਚ ਜਗ ਨੂੰ ਪਾਇਆ, ਪਰਮਾ ਵਿੱਚ ਜਗ ਨੂੰ ਪਾਇਆ, ਦੇਖਿਓ ਦਸ਼ਮੇਸ਼ ਪਿਤਾ, ਦੇਖਿਓ ਦਸ਼ਮੇਸ਼ ਪਿਤਾ, ਧੁਰ ਤੋਂ ਆਈ ਬਾਣੀ ਦਾ ਜਾਂਦਾ ਸਤ ਸੁਣਿਆ ਨਾ, ਸਿੱਖ ਕਿਨੂੰ ਦੋਸ਼ ਦੇਵਾਂਗਾ ਦਾਤਿਆ, ਕਿਨੂੰ ਦੋਸ਼ ਦੇਵਾਂਗਾ
ਬੇੜਾ ਆਪਣਾ ਆਪ ਡੁਬਾਇਆ। ਬੇੜਾ ਆਪਣਾ ਆਪ ਡੁਬਾਇਆ। ਦੇਖਿਓ ਦਸ਼ਮੇਸ਼ ਪਿਤਾ ਕੀ ਸਿੱਖੀ ਦਾ ਹਾਲ ਬਣਾਇਆ। ਹਾਲ ਬਣਾਇਆ ਦੇਖਿਓ ਦਸ਼ਮੇਸ਼ ਪਿਤਾ ਹਾਂ ਦੇਖਿਓ ਦਸ਼ਮੇਸ਼ ਪਿਤਾ। ਸਤਿਗੁਰੂ ਜੀ ਮਿਹਰ ਕਰਨ, ਆਪਣੀ ਜ਼ਿੰਮੇਵਾਰੀ ਨੂੰ ਪਛਾਣੀਏ। ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣਾ ਪਿਤਾ ਕਹਿੰਦੇ ਹਾਂ, ਉਹਨਾਂ ਦੇ ਪੁੱਤ ਬਣ ਕੇ ਵਿਖਾਈਏ। ਸੋ ਸੰਗਤ, 9:15 ਤੋਂ ਉੱਪਰ ਹੋ ਗਿਆ ਸਮਾਂ, ਅਜੇ ਵੀ ਮੱਥਾ ਟੇਕਣ ਵਾਲੇ ਆਈ ਜਾਂਦੇ ਆ। ਸੋ ਬਹੁਤ ਚਾਅ ਨਾਲ, ਬੜੇ ਉਤਸ਼ਾਹ ਨਾਲ ਸਾਰਿਆਂ ਤੁਸਾਂ ਹਾਜ਼ਰੀ ਆਪਾਂ ਭਰੀਏ। ਇਸੇ ਤਰ੍ਹਾਂ ਹੀ ਸਤਿਗੁਰੂ ਕਿਰਪਾ ਰੱਖਣ, ਕਾਇਮ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਕੱਲ੍ਹ ਦਾ ਇੱਕ ਦੀਵਾਨ ਇੱਥੋਂ ਦਾ ਬਾਕੀ ਰਹਿੰਦਾ। ਅੱਜ ਮੇਰਾ ਜੀ ਕਰਦਾ ਸੀ ਵੀ ਕੋਈ ਇਤਿਹਾਸ ਥੋੜ੍ਹਾ ਜਿਹਾ ਵਿੱਚ ਸਾਂਝਾ ਕਰਾਂਗਾ, ਪਰ ਇੱਦਾਂ ਦਾ ਮਾਹੌਲ ਨਹੀਂ ਬਣ ਸਕਿਆ। ਸੋ ਹੁਣ ਮੈਂ ਜਿਹੜੀ ਗੱਲ ਵਿੱਚ ਕਰਨੀ ਚਾਹੁੰਦਾ ਵੀ ਸੀ, ਬਈ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਅਸਲ 'ਚ ਉਹ ਦਰਸ਼ਨ ਹੈ ਕੀ ਹੈ? ਪਰ ਚਲੋ ਆਓ ਆਪਾਂ ਇੰਨਾ ਹੀ ਸਮਝੀਏ ਵੀ ਸਾਡੇ ਗੁਣਾਂ ਦਾ ਜ਼ਿੰਦਗੀ ਵਿੱਚ ਆਉਣਾ, ਪ੍ਰਗਟ ਹੋਣਾ ਹੀ ਰੱਬ ਦੇ ਦਰਸ਼ਨ ਹਨ। ਸਾਰੇ ਪਾਸੇ ਪ੍ਰਗਟ ਰੂਪ ਵਿੱਚ ਸਾਡੇ ਪਰਮਾਤਮਾ ਹੀ ਹੈ। ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਤਾਰ ਜਿਨ ਸਗਲੀ ਹੋਈ। ਉਹਦੀ ਕਿਰਪਾ ਦੇ ਪਾਤਰ ਬਣਨਾ, ਉਹਦੀਆਂ ਸ਼ਰਤਾਂ 'ਤੇ ਪੂਰੇ ਉਤਰਨਾ ਪੈਣਾ। ਹਰੇਕ 'ਤੇ ਕਿਰਪਾ ਹੋ ਸਕਦੀ ਹੈ, ਉਹਦੀਆਂ ਰਿਕੁਆਇਰਮੈਂਟਸ ਹਨ, ਸ਼ਰਤਾਂ ਨੇ, ਉਹ ਪੂਰੀਆਂ ਕਰੀਏ। ਕੱਲ੍ਹ ਦੀਵਾਨ ਦਾ ਟਾਈਮ ਜਿਹੜਾ ਹੈ ਉਹ ਤਕਰੀਬਨ 11:30 ਤੋਂ ਲੈ ਕੇ ਅਤੇ 2 ਵਜੇ ਤੱਕ ਹੋਏਗਾ। ਆਪਾਂ ਸਾਰੇ ਪਹੁੰਚ ਕੇ ਦਰਸ਼ਨ ਦੇਣੇ ਜੀ ਪਿਆਰਿਓ, ਰਲ ਮਿਲ ਕੇ ਆਪਾਂ ਹਾਜ਼ਰੀ ਭਰਾਂਗੇ। ਅਤੇ ਕੋਸ਼ਿਸ਼ ਕਰਿਓ ਜੇ ਵੇਲੇ ਨਾਲ ਆਇਆ ਜਾਵੇ ਫਿਰ ਜ਼ਿਆਦਾ ਚੰਗਾ ਹੈ, ਸਾਰੇ ਜਣੇ ਬੈਠ ਜਾਣ ਬਹੁਤ ਵਧੀਆ। ਸੋ ਬਹੁਤ ਧੰਨਵਾਦ ਆਪ ਜੀ ਨੇ ਹਾਜ਼ਰੀ ਭਰੀ। ਮੈਨੂੰ ਸ਼ੁਰੂ ਤੋਂ ਨਾ ਇਹ ਸੁਭਾਅ ਬਣਿਆ ਹੋਇਆ ਹੈ, ਇੰਡੀਆ ਵਿੱਚ ਮੈਂ ਸ਼ੁਰੂ ਤੋਂ ਹੀ ਇੱਦਾਂ ਹੁੰਦਾ ਹੈ ਵੀ ਐਂ ਟਕਾਅ ਬਣਿਆ ਹੋਵੇ ਫਿਰ ਜ਼ਿਆਦਾ ਆਨੰਦ ਬਣਦਾ। ਕਈ ਕਥਾਵਾਚਕਾਂ ਦਾ, ਸਾਡਿਆਂ ਦਾ ਸੁਭਾਅ ਹੁੰਦਾ ਹੈ, ਢਾਡੀ ਵੀਰਾਂ ਦਾ ਵੀ ਹੁੰਦਾ, ਉਹ ਆਪੋ ਆਪਣਾ ਸੁਭਾਅ ਹੁੰਦਾ। ਕੋਈ ਆਈ ਜਾਵੀ ਜਾਈ ਜਾਵੇ ਉਹ ਆਪਣਾ ਪੂਰਾ ਜ਼ੋਰ ਲਾ ਕੇ ਲਗਾਤਾਰ ਕਰ ਲੈਂਦੇ ਆ ਸਪੀਚ, ਪਰ ਮੈਨੂੰ ਇੱਦਾਂ ਬੋਲਣਾ ਬਹੁਤ ਔਖਾ ਹੁੰਦਾ ਜਿੰਨਾ ਚਿਰ ਪੂਰਾ ਟਕਾਅ ਨਾ ਹੋਵੇ, ਹਿੱਲ ਜੁੱਲ ਹੁੰਦੀ ਰਹੇ। ਪਰ ਆਓ ਤੁਸੀਂ ਰਲ ਮਿਲ ਕੇ, ਆਪਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕੁਝ ਸਮਾਂ ਹਾਜ਼ਰੀ ਭਰਨ ਦੀ, ਬਹੁਤ ਪਿਆਰ ਉਤਸ਼ਾਹ ਨਾਲ ਹਾਜ਼ਰੀ ਭਰ ਰਹੇ ਹਾਂ। ਮੈਨੂੰ ਲੱਗਦਾ ਹੈ ਗੁਰਦੁਆਰਾ ਸਾਹਿਬ ਦਾ ਕੋਈ ਕੋਨਾ ਐਸਾ ਨਹੀਂ ਹੋਣਾ ਜਿੱਥੇ ਅੱਜ ਸੰਗਤ ਨਹੀਂ ਬੈਠੀ ਹੋਏਗੀ। ਤੇ ਬਾਹਰ ਪੰਡਾਲ ਵਿੱਚ ਵੀ ਬਹੁਤ ਖੁੱਲ੍ਹਾ ਪੰਡਾਲ ਲਾਇਆ, ਸਕਰੀਨ ਲੱਗੀ ਹੈ ਉੱਥੇ, ਉਹਦੇ ਵਿੱਚ ਵੀ ਕਾਫੀ ਸੰਗਤ ਬਹਿ ਕੇ ਹਾਜ਼ਰੀ ਭਰ ਰਹੀ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਮਿਹਰ ਰੱਖਣ। ਕੱਲ੍ਹ ਦਾ ਦਿਨ ਬਾਕੀ ਰਹਿ ਗਿਆ, ਚਾਰੇ ਦਿਨ ਬਹੁਤ ਉਤਸ਼ਾਹ ਨਾਲ ਹੁੰਮ ਹੁਮਾ ਕੇ ਸਾਰੇ ਪਹੁੰਚੇ, ਸਭ ਨੇ ਹਾਜ਼ਰੀ ਭਰੀ, ਸਭ ਦਾ ਧੰਨਵਾਦ। ਬੇਨਤੀ ਇਹ ਹੈ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ, ਜਿਹੜੇ ਮੇਰੇ ਵੀਰ ਭਰਾ ਭੈਣਾਂ ਅਜੇ ਤੱਕ ਜਿਨ੍ਹਾਂ ਨੇ ਖੰਡੇ ਦੀ ਪਹੁਲ ਪ੍ਰਾਪਤ ਨਹੀਂ ਕੀਤੀ, ਕੱਲ੍ਹ 12:00 ਇੱਥੇ ਹਾਲ ਦੇ ਵਿੱਚ ਨੇੜੇ ਅੰਮ੍ਰਿਤ ਸੰਚਾਰ ਹੋਣਾ, 5 ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਜੋ ਸਾਡਾ ਵਿਧਾਨ ਹੈ ਸਿੱਖੀ ਦਾ, ਦਾਖਲਾ ਲੈਣ ਦਾ ਜਿਹੜਾ ਕੰਸੈਪਟ ਹੈ, ਇੱਕ ਟੀਮ ਵਿੱਚ ਕੌਮ ਵਿੱਚ ਆਉਣ ਦਾ ਜਿਹੜਾ
ਉਹਦੇ ਵਾਸਤੇ ਸਾਡਾ ਜੋ ਵਿਧਾਨ ਬਣਿਆ ਹੋਇਆ ਹੈ। ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਛਕ ਲਓ, ਖੰਡੇ ਦੀ ਪੌਲ ਪ੍ਰਾਪਤ ਕਰੋ। ਜੇ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ ਹੈ, ਆਓ ਆਪਾਂ ਦੁਬਾਰਾ ਸੁਧਾਈ ਕਰਾ ਕੇ ਸਤਿਗੁਰੂ ਜੀ ਦੇ ਜਹਾਜ਼ੇ ਚੜ੍ਹੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ। ਬੇਨਤੀ ਹੈ ਜੀ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਚਾਰੇ ਕਕਾਰ ਜਿਹੜੇ ਹੈ ਬਾਹਰੋਂ ਪ੍ਰਾਪਤ ਹੋ ਜਾਣਗੇ ਆਪ ਜੀ ਨੂੰ। ਚਾਰੇ ਕਕਾਰ ਲੈ ਕੇ ਆਪ ਸਾਰੇ ਕੱਲ੍ਹ ਦੁਪਹਿਰੇ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ। ਆਓ, ਲੰਘਿਆ ਵੇਲਾ ਹੱਥ ਨਹੀਂ ਆਉਂਦਾ, ਸਬੱਬ ਨਾਲ ਸਮਾਂ ਮਿਲਦਾ ਹੈ, ਸਬੱਬ ਨਾਲ ਘੜੀਆਂ ਮਿਲਦੀਆਂ। ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਆਪਣਾ ਮਨ ਬਣਾਓ, ਤਿਆਰੀ ਕਰੋ, ਗੁਰੂ ਵਾਲੇ ਬਣੀਏ। ਲੰਘਿਆ ਵੇਲਾ, ਹੁਣ ਸਾਡੇ ਕਿੰਨੇ ਸਾਥੀ ਹੈ ਜਿਹੜੇ ਸਾਡੇ ਸਾਨੂੰ ਛੱਡ ਗਏ, ਕਿੰਨੇ ਭਰਾ ਸਾਡੇ, ਕਦੇ ਕੋਈ ਚੱਲਿਆ, ਕਦੇ ਕੋਈ ਚੱਲਿਆ, ਕਦੇ ਕੋਈ ਚੱਲਿਆ, ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਤੀਰ। ਇੱਥੇ ਸਭ ਨੇ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਸਾਰੇ ਹੀ ਤੁਰੇ ਜਾਂਦੇ ਆ, ਜਾਣਾ ਸਾਰਿਆਂ ਨੇ। ਤਾਂ ਕਰਕੇ ਭਰੋਸਾ ਇੱਕ ਪਲਦਾ ਨਹੀਂ, ਅਤੇ ਕੋਸ਼ਿਸ਼ ਕਰੀਏ ਅੱਜ ਕੱਲ੍ਹ ਨਾ ਕਰਦੇ ਰਹੀਏ। ਕੋਈ ਨਹੀਂ ਜੀ ਮਨ ਬਣਾਵਾਂਗੇ ਜੀ, ਕੋਈ ਨਹੀਂ ਜੀ ਸੋਚਾਂਗੇ ਜੀ, ਹਮ ਆਦਮੀ ਹਾਂ ਇੱਕਦਮ ਹੀ, ਮੁਹਲਤ ਮੁਹਤ ਨਾ ਜਾਣਾ, ਇੱਕਦਮ ਦੇ ਆਦਮੀ ਆ। ਦਮ ਆ ਰਿਹਾ ਤੇ ਆਦਮੀ ਨਾ ਆਇਆ ਤੇ ਮਿੱਟੀ ਦੀ ਢੇਰੀ, ਬਸ ਮਿੱਟੀ ਦੀ ਢੇਰੀ ਆ। ਇਸ ਕਰਕੇ ਜਿਹੜੇ ਵੀ ਵੀਰ ਭਰਾ ਤਿਆਰ ਹੋਏ ਹੈ, ਭੈਣਾਂ ਤਿਆਰ ਹੋਈਆਂ, ਬਜ਼ੁਰਗ ਤਿਆਰ ਹੋਏ ਹੈ, ਬੱਚਿਆਂ ਦਾ ਮਨ ਮੰਨਿਆ ਹੈ, ਵੱਧ ਤੋਂ ਵੱਧ ਖੰਡੇ ਦੀ ਪੌਲ ਪ੍ਰਾਪਤ ਕਰੋ। ਕੱਲ੍ਹ ਅਸੀਂ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਸਾਰੇ ਰਲ ਕੇ ਹਾਜ਼ਰੀ ਭਰਾਂਗੇ। ਸੋ ਗਿਆਨ ਅੰਮ੍ਰਿਤ ਸਾਡੀ ਬੁੱਧੀ ਵਾਸਤੇ, ਸਾਡੇ ਬ੍ਰੇਨ ਵਾਸਤੇ ਬੜਾ ਲਾਜ਼ਮੀ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਦੀਆ। ਇਹ ਗਿਆਨ ਅੰਮ੍ਰਿਤ ਜਿਹੜਾ ਹੈ ਸਾਡੇ ਦਿਮਾਗ ਨੂੰ ਖੋਲ੍ਹਦਾ ਹੈ, ਸਮਝ ਲੈਣੀ, ਅਕਲ ਲੈਣੀ, ਗੁਰੂ ਸਾਹਿਬ ਦਾ ਗਿਆਨ ਲੈਣਾ, ਇਹ ਸਭ ਤੋਂ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਜਦੋਂ ਗੁਰਬਾਣੀ ਸਾਡੇ ਮਨ ਨੂੰ ਪਸੰਦ ਆਉਂਦੀ ਹੈ ਨਾ, ਫਿਰ ਮਨ ਅੰਮ੍ਰਿਤ ਪੀਂਦਾ, ਜਿਹਨੂੰ ਕਹਿੰਦੇ ਹੈ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ। ਜਦੋਂ ਗੁਰਬਾਣੀ ਸਾਡੇ ਮਨ ਨੂੰ ਭਾ ਜਾਵੇ, ਫਿਰ ਸਾਡਾ ਮਨ ਅੰਮ੍ਰਿਤ ਪੀਂਦਾ, ਅਤੇ ਜਦੋਂ ਮਨ ਅੰਮ੍ਰਿਤ ਪੀਂਦਾ ਹੈ, ਫਿਰ ਸਿਰਸ਼ਾਰ ਹੁੰਦਾ, ਨਿਹਾਲ ਹੋ ਜਾਂਦਾ, ਨਸ਼ੇ ਵਿੱਚ ਹੋ ਜਾਂਦਾ, ਜਿਹਨੂੰ ਕਹਿੰਦੇ ਹੈ ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ। ਗੁਰੂ ਨਾਨਕ ਪਾਤਸ਼ਾਹ ਜਿਵੇਂ ਕਹਿੰਦੇ ਆ, ਜੋਗੀ ਪੀਂਦੇ ਆ ਸ਼ਰਾਬਾਂ, ਜੋਗੀ ਕਹਿੰਦੇ ਆ ਸ਼ਰਾਬ ਪੀ ਕੇ ਮਸਤੀ ਚੜ੍ਹ ਜਾਂਦੀ ਹੈ, ਨਸ਼ਾ ਚੜ੍ਹ ਜਾਂਦਾ ਹੈ, ਲੋਰ ਆਉਂਦਾ ਹੈ, ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੇ, ਕਿੱਥੇ ਐਸੀ ਸਮਾਧੀ ਲਾਈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਜੋਗੀਓ ਜੇ ਨਸ਼ਾ ਕਰਨਾ ਹੈ ਤਾਂ ਨਾਮ ਦਾ ਕਰੋ, ਮੈਂ ਐਸਾ ਨਸ਼ਾ ਕੀਤਾ ਜਿਹੜਾ ਕਦੇ ਲਹਿੰਦਾ ਹੀ ਨਹੀਂ, ਬਾਬਾ ਮੇਰਾ ਮਨ ਮਤਵਾਲਾ ਹੋ ਗਿਆ, ਮੇਰਾ ਮਨ ਨਸ਼ੇ 'ਚ ਹੋ ਗਿਆ। ਬਾਬਾ ਉਹ ਜੋਗੀਆ ਤੇਰੇ ਵਾਲੇ ਨਸ਼ੇ ਨਹੀਂ ਕਰਦੇ ਅਸੀਂ, ਲਓ ਪੜੀਏ ਇੱਕ ਵਾਰਾ ਗੱਜ ਕੇ, ਬਾਬਾ ਮਨ ਮਤਵਾਰੋ, 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 ਮਨ ਮਤਵਾਰੋ, ਮਨ ਮਤਵਾਰੋ, ਮਨ ਮਤਵਾਰੋ, ਮਨ ਮਤਵਾਰੋ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਮਨ ਮਸਤ ਹੈ, ਨਸ਼ਾ ਚੜ੍ਹਿਆ, ਕਾਹਦਾ, ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ ਪੀਵੈ,
ਪੀਂਦਾ ਇਹ ਉਹ ਸ਼ਰਾਬ ਹੈ ਜਿਹੜੀ ਮਨ ਪੀਂਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁੜ ਹੈ ਗਿਆਨ ਦਾ, ਗੁੜ ਕਰ ਗਿਆਨ ਧਿਆਨ ਕਰ ਧਾਵੇ, ਧਿਆਨ ਦੇ ਫੁੱਲ ਪਾਏ ਮਹੂਏ ਦੇ ਤੇ ਸੱਕ ਪਾਇਆ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਸੱਕ ਪਾਇਆ ਕਰਨੀ ਦਾ, ਜ਼ਿੰਦਗੀ 'ਚ ਲਾਗੂ ਕੀਤਾ ਗਿਆਨ। ਜਦੋਂ ਜ਼ਿੰਦਗੀ 'ਚ ਗੁਰੂ ਦਾ ਗਿਆਨ ਲਾਗੂ ਕਰ ਲਈਏ ਫਿਰ ਸੱਕ ਪਾ ਦਿੱਤਾ। ਭਾਠੀ ਭਵਨ ਸਰੀਰ ਦਾ ਮੋਹ ਛੱਡਤਾ, ਇਹ ਭੱਠੀ ਹੈ। ਭਾਠੀ ਭਵਨ ਪ੍ਰੇਮ ਕਾ ਪੋਚਾ, ਪੋਚਾ ਸ਼ਰਾਬ ਕੱਢਦੇ ਆ ਜਿਹੜੇ, ਪੋਚਾ ਜਿਹਾ ਵੀ ਫਿਰਦੇ ਆ ਉੱਤੇ। ਕਹਿੰਦੇ ਉਹ ਬਚਨਾਂ ਨਾਲ ਪਿਆਰ ਕਰਨ ਦਾ ਕਰਦਾ ਮੈਂ, ਗਿਆਨ ਨਾਲ ਮੇਰਾ ਪਿਆਰ ਹੈ, ਸਮਝ ਨਾਲ ਪਿਆਰ ਹੈ, ਰੱਬ ਦੇ ਨਿਯਮਾਂ ਨਾਲ ਮੇਰਾ ਪਿਆਰ ਹੈ, ਇਹੀ ਪੋਚਾ ਹੈ। ਫਿਰ ਇਤ ਰਸ ਅਮਿਓ ਚੁਆਈ ਹੈ, ਫਿਰ ਇਹ ਨਸ਼ਾ ਇਹ ਫਿਰ ਬਾਬਾ ਮਨ ਮਤਵਾਰੋ, ਮਨ ਫਿਰ ਨਸ਼ੇ 'ਚ ਰਹਿੰਦਾ ਹੈ, ਇਹ ਮਨ ਫਿਰ ਮਸਤ ਰਹਿੰਦਾ ਹੈ। ਤਾਂ ਕਰਕੇ ਮੇਰਿਓ ਵੀਰੋ ਭਾਈਓ, ਜਦੋਂ ਅਸੀਂ ਜਿੰਨਾ ਗੁਰਬਾਣੀ ਮਨ ਭਾਈ ਆ ਅੰਮ੍ਰਿਤ ਛੱਕ ਛੱਕੇ, ਜਦੋਂ ਸਾਡਾ ਮਨ ਅੰਮ੍ਰਿਤ ਪੀਏਗਾ ਫਿਰ ਮਨ ਮਸਤ ਹੋਏਗਾ ਅਤੇ ਮਨ ਤਕੜਾ ਹੋਏਗਾ, ਮਨ ਮਜ਼ਬੂਤ ਹੋਏਗਾ। ਫਿਰ ਐਸਾ ਨਸ਼ਾ ਹੈ ਬਾਕੀ ਦੇ ਨਸ਼ਿਆਂ ਦੀ ਜ਼ਿੰਦਗੀ ਵਿੱਚ ਲੋੜ ਨਹੀਂ ਰਹਿੰਦੀ। ਇੰਨਾ ਵਧੀਆ ਨਸ਼ਾ ਹੈ ਕਾਹਦਾ? ਗੁਰੂ ਦੇ ਗਿਆਨ ਦਾ, ਗੁਰੂ ਦੇ ਗਿਆਨ ਦਾ ਸਭ ਤੋਂ ਵਧੀਆ ਨਸ਼ਾ। ਆਓ ਜੀ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣੀਏ ਜੀ। ਕੱਲ੍ਹ ਅੰਮ੍ਰਿਤ ਛਕਣਾ, ਜਿਨ੍ਹਾਂ ਨੇ 12 ਵਜੇ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਦਰਸ਼ਨ ਦਿਓ, ਵੱਧ ਤੋਂ ਵੱਧ ਤਿਆਰੀਆਂ ਕਰੋ। ਜਿਹੜੇ ਅਜੇ ਤੱਕ ਦਾਖਲਾ ਨਹੀਂ ਲਿਆ, ਦਾਖਲਾ ਲਓ। ਗੱਜ ਕੇ ਬੋਲੋ, ਆਨੰਦ ਸਾਹਿਬ 'ਚ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ, ਬਾਕੀ ਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਸਰਬ ਸੰਗਤਾਂ ਪ੍ਰਬੰਧਕ ਵੀਰਾਂ ਦਾ ਸਭ ਦਾ ਬਹੁਤ ਧੰਨਵਾਦ ਹੈ। ਅਤੇ ਮੈਨੂੰ ਕਮੇਟੀ ਵਾਲੇ ਕਹਿੰਦੇ ਧਾਰਨਾ ਪੜ੍ਹੋ ਖੰਡੇ ਵਾਲਾ ਅੰਮ੍ਰਿਤ ਪੀ, ਅਤੇ ਮੈਨੂੰ ਤਾਂ ਫਿਰ ਪਿੱਟ ਸਿਆਪਾ ਪੈਂਦਾ ਵੀ ਇਹ ਕੱਚੀ ਬਾਣੀ ਪੜ੍ਹਦੇ ਆ। ਮੈਂ ਇੱਕ ਧਾਰਨਾ ਨਹੀਂ ਪੜ੍ਹੀ ਜੀ, ਅੱਜ ਤੀਜਾ ਦੀਵਾਨ ਲੱਗ ਗਿਆ ਅਤੇ ਮੇਰੀ ਇੱਕ ਡਿਕਸੀ ਵਾਲੇ ਰੋਡ ਗੁਰਦੁਆਰੇ 'ਤੇ ਬੇਨਤੀ ਹੈ ਵੀ ਇੱਥੇ ਦਾ ਜਿਹੜਾ ਇਹ ਰੂਲ ਹੈ ਨਾ ਵੀ ਇੱਥੇ ਕਦੇ ਕਿਸੇ ਨੇ ਧਾਰਨਾ ਪੜ੍ਹੀ ਨਹੀਂ ਜਾਂ ਧਾਰਨਾ ਵਾਲਾ ਬਾਬਾ ਇੱਥੇ ਆਇਆ ਨਹੀਂ, ਇਹਨੂੰ ਰੂਲ ਬਣਿਆ ਹੀ ਰਹਿਣ ਦਿਓ, ਇਹਨੂੰ ਤੋੜੋ ਨਾ। ਸੁਣੋ, ਇਹ ਤਾਂ ਮੈਂ ਕਹਿਣ ਲੱਗਿਆ, ਵੇਖੋ ਕਵਿਤਾ ਹੈ ਕਵੀਸ਼ਰ ਜਿਹੜੇ ਨੇ, ਵੈਸੇ ਮੈਂ ਤਾਂ ਧਾਰਨਾ ਨੂੰ, ਜੇ ਤੁਸੀਂ ਮੈਨੂੰ ਪੁੱਛੋ ਵੀ ਧਾਰਨਾ ਗਲਤ ਹੈ ਕਿ ਠੀਕ ਹੈ, ਧਾਰਨਾ ਤਾਂ ਐਕਸਪਲੇਨ ਕਰਨ ਦਾ ਇੱਕ ਤਰੀਕਾ ਹੈ, ਕਥਾ ਦਾ ਇੱਕ ਰੂਪ ਹੈ, ਬੋਲ ਕੇ ਗੱਲ ਕਹਿ ਲਓ ਚਾਹੇ ਗਾ ਕੇ ਕਹਿ ਲਓ, ਗੱਲ ਹੈ ਗੱਲ ਕਹਿਣੀ, ਐਕਸਪਲੇਨ ਕਰਨੀ। ਗੁਰਬਾਣੀ ਨੂੰ ਐਕਸਪਲੇਨ ਕਰਨਾ ਵੀ ਇੱਕ ਧਾਰਨਾ ਦਾ ਹੀ ਰੂਪ ਹੁੰਦਾ ਹੈ। ਪਰ ਉਹ ਇਹ ਹੈ ਵੀ ਜਿਵੇਂ ਹੁਣ ਇਸ ਧਾ ਹੁਣ ਜਿਵੇਂ ਮੈਂ ਇਹਨਾਂ ਨੂੰ ਜਿਹੜੇ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਬਲ ਹੋਣੀ ਹੈ ਸੈਕਟਰੀ ਨੇ ਭਾਈ ਰਣਜੀਤ ਸਿੰਘ, ਅਤੇ ਜਿੱਦਣ ਮੀਡੀਏ ਵਿੱਚ ਜਾਂਦੇ ਸੀ ਨਾ ਉੱਥੇ ਜਦੋਂ ਚੈਨਲਾਂ 'ਤੇ ਬੈਠਦੇ ਹੈ ਉੱਥੇ ਫਿਰ ਕਈ ਫੋਨ ਕਰਦੇ ਆ, ਉਹ ਤਾਂ ਬਾਣੀ ਪੜ੍ਹਦੇ ਨੇ ਕੱਚੀਆਂ ਧਾਰਨਾ ਲਾਉਂਦੇ ਆ, ਉਹੋ ਜਿਹਾ ਨੂੰ ਸੱਦਣ ਦਾ ਇੱਥੇ ਕੀ ਫਾਇਦਾ? ਅਤੇ ਮੈਂ ਵੇਖੋ 3 ਦੀਵਾਨ ਲੰਘ ਗਏ ਆ ਵੀ ਬਸ ਹੁਣ ਆਨੰਦ ਸਾਹਿਬ ਪੜ੍ਹਨ ਲੱਗੇ ਹਾਂ, ਅਤੇ 3 ਹੋ ਗਏ, ਕੱਲ੍ਹ ਦਾ ਦੀਵਾਨ ਫੇਰ ਹੈ। ਮੈਂ ਮੇਰਾ ਜੇ ਹੁਣ ਮੰਨ ਲਓ ਇੱਦਾਂ ਵੀ ਤਾਂ ਦੀਵਾਨ ਲੱਗ ਹੀ ਜਾਂਦੇ ਹੈ, ਜੇ ਇੱਦਾਂ ਹੀ ਲਾਈ ਚੱਲੋ ਇਹ ਕੋਈ ਇਸ਼ੂ ਨਹੀਂ ਹੈ ਵੀ ਇਹਦੇ ਧਾਰਨਾ ਕਰਕੇ ਹੀ ਸੰਗਤ ਨੇ ਆਉਣਾ ਹੈ ਜਾਂ ਧਾਰਨਾ ਹੀ ਸੁਣਨੀਆਂ ਨੇ ਸਾਰਿਆਂ ਨੇ, ਸਮਝਣ ਵਾਲੇ ਸਮਝਦੇ ਹੈ। ਹੁਣ ਕਵਿਤਾਵਾਂ ਕਿੰਨੀਆਂ ਕਿੰਨੀਆਂ ਲੰਬੀਆਂ ਕਵਿਤਾ ਜਿਹੜੀ ਹੈ ਕਵੀਸ਼ਰ ਪੜ੍ਹਦੇ ਹੈ, ਢਾਡੀ ਪੜ੍ਹਦੇ ਹੈ, ਅਸੀਂ ਢਾਡੀਆਂ ਦੀ ਕੋਈ ਕਵਿਤਾ ਲੈ ਕੇ ਆਪਣੇ ਸਿੰਘ ਪੜ੍ਹ ਦਿੰਦੇ, ਗੱਲ ਤਾਂ ਗੱਲ ਸਮਝਣ ਦੀ ਹੈ, ਉਹ ਗੱਲ ਸਾਡੇ ਦਿਮਾਗ 'ਚ ਆਵੇ। ਇਸ ਕਰਕੇ 10ਵੇਂ ਪਿਤਾ ਦੀਆਂ ਖੁਸ਼ੀਆਂ ਜੀ ਲੈਣੀਆਂ, ਬੋਲੋ ਖੰਡੇ ਵਾਲਾ ਅੰਮ੍ਰਿਤ, ਬਸ ਫਿਰ ਪਤਾ ਹੀ ਹੈ ਤੁਹਾਨੂੰ ਵੀ ਪੀਣਾ ਚਾਹੀਦਾ, ਬੋਲ ਕੇ ਕੋਈ ਬਹੁਤਾ ਫਰਕ ਨਹੀਂ ਪੈ ਜਾਣਾ, ਸਮਝ ਤਾਂ ਹੈ ਹੀ ਹੈ, ਬਾਕੀ ਤਾਂ ਸਾਜਾਂ ਦਾ ਹੀ ਰਹਿ ਗਿਆ, ਇੱਦਾਂ ਮਸਤੀ ਜੀ ਵੀ ਸਾਜ਼ ਬੜੇ ਵੱਜ ਰਹੇ ਆ, ਪਤਾ ਤਾਂ ਸਾਰਿਆਂ ਨੂੰ ਹੀ ਹੈ ਵੀ ਖੰਡੇ ਵਾਲਾ ਅੰਮ੍ਰਿਤ ਪੀ, ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ ਸੀ, ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ, ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਵਾਰ ਤੇ, ਦੋ ਸਰਹੰਦ ਵਾਲੀ ਨੀ, ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵੀ ਕੀ, ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਅੰਮ੍ਰਿਤ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਹਿ।
ਜਿਸੀ ਮਨ ਮਦੀਆਂ ਵਾਧਾਈਆਂ ਸਤਿਸੰਗ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਪ੍ਰਭੂ ਹਰੀ ਤੇਰਾ ਮਨ ਜਿਨੀ ਵਸਾਇਆ ਹੈਰਾਨ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਰੋਹਾ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਸੱਚੇ ਸਾਹਿਬ ਗਿਆ ਨਾਹੀਂ ਕਰਦੇ ਰਹਿ ਸਾਚਾ ਮੇਰਾ ਸਤਿਗੁਰ ਰਹੇ ਆ ਭਰਪੂਰ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਚੰਗਿਆਈਆਂ ਬੁਰਿਆਈਆਂ ਬਚ ਤਰ ਮਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮਰੀ ਗਤ ਮਿਤ ਨਾਨਕ ਦਾਸ ਤੁਧਿਆ ਗੇ ਅਰ ਪਾਈ ਕਹੋ ਨਾਨਕ